ਡਾਕੂਆਂ ਤੋਂ ਰੱਖਿਆ। ਸੰਧੂ ਨਗਰ ਦਾ ਭਾਈ ਚੰਦੂ ਲਾਲ, ਜੋ ਸੰਤ ਜੀ ਮਹਾਰਾਜ ਦਾ ਬੜਾ ਸ਼ਰਧਾਲੂ ਤੇ ਗੁਰੂ ਘਰ ਦਾ ਪੂਰਨ ਸਿੱਧਕੀ ਸਿੱਖ ਸੀ, ਡੇਰੇ ਆ ਕੇ ਸੇਵਾ ਕਰਦਾ, ਸੰਤਾਂ ਦੇ ਬਚਨ ਸੁਣਦਾ, ਬਾਹਰ ਅੰਦਰ ਕਾਰੋਬਾਰ ਦੇ ਸਮੇਂ ਵੀ ਸੰਤਾਂ ਨੂੰ ਅੰਗ ਸੰਗ ਜਾਣਦਾ। ਇਹ ਅਕਸਰ ਵਪਾਰ ਦਾ ਕੰਮ ਕਰਦਾ ਸੀ, ਦੂਰੋਂ ਨੇੜਿਓਂ ਮਾਲ ਖਰੀਦ ਕੇ ਲਿਆਉਂਦਾ, ਨਗਰਾਂ ਵਿਚ ਵੇਚ ਕੇ ਲਾਭ ਪ੍ਰਾਪਤ ਕਰਦਾ। ਇਕ ਸਮੇਂ ਇਹ ਆਪਣੇ ਪਾਸ ਮਾਇਆ ਲੈ ਕੇ ਮਾਲ ਖਰੀਦਣ ਲਈ ਇਕੱਲਾ ਹੀ ਜਾ ਰਿਹਾ ਸੀ। ਰਸਤੇ ਵਿਚ ਬਹੁਤ ਘਣਾ ਜੰਗਲ ਆ ਗਿਆ, ਇਸ ਨੂੰ ਡਾਕੂਆਂ ਨੇ ਘੇਰਾ ਪਾ ਲਿਆ ਅਤੇ ਆਖਿਆ ਕਿ ਜੇ ਚੰਗੀ ਚਾਹੁੰਦਾ ਹੈ ਤਾਂ ਜੋ ਕੁਝ ਤੇਰੇ ਪਾਸ ਹੈ ਸਾਰਾ ਹੀ ਇੱਥੇ ਰੱਖ ਦੇ, ਨਹੀਂ ਤਾਂ ਤੈਨੂੰ ਹੁਣੇ ਹੀ ਕਤਲ ਕਰਦੇ ਹਾਂ। ਹਥਿਆਰ ਬੰਦ ਡਾਕੂਆਂ ਦੀਆਂ ਭਿਆਨਕ ਸ਼ਕਲਾਂ ਦੇਖ ਕੇ ਇਸ ਦਾ ਸਰੀਰ ਥਰ ਥਰ ਕੰਬਣ ਲੱਗ ਪਿਆ। ਉਸ ਸਮੇਂ ਇਸ ਨੇ ਬਾਬਾ ਜੀ ਨੂੰ ਸਾਰੀਆਂ ਥਾਵਾਂ ਤੇ ਵਿਆਪਕ ਜਾਣ ਕੇ ਬਾਬਾ ਜੀ ਨੂੰ ਯਾਦ ਕੀਤਾ ਅਤੇ ਆਖਿਆ, ਮਹਾਰਾਜ ਛੇਤੀ ਬਹੁੜੋ, ਸੰਭਾਲੋ ਆਪਣਾ ਗਰੀਬ ਨਿਵਾਜ ਬਿਰਦ, ਹੁਣ ਤਾਂ ਇਕ ਤੁਹਾਡਾ ਹੀ ਆਸਰਾ ਹੈ। ਘਰ ਬਾਹਰ ਤੇਰਾ ਭਰਵਾਸਾ, ਤੂੰ ਜਨ ਕੈ ਹੈ ਸੰਗ। ਆਪ ਦੀ ਓਟ ਲਿਆ ਮਾਤਾ ਦੇ ਗਰਭ ਵਿਚ ਜਠਰਾ ਅਗਨੀ ਵੀ ਨਹੀਂ ਸੜ ਸਕਦੀ। ਯਥਾ ਤਿਥੈ ਤੂੰ ਸਮਰੱਥ, ਜਿਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਹੇ ਦਾਤਾ, ਆਪਣੇ ਜਾਣ ਕੇ ਇਨ੍ਹਾਂ ਜ਼ਾਲਮਾਂ ਤੋਂ ਬਚਾਓ। ਇਸ ਤਰ੍ਹਾਂ ਦੀਆਂ ਬੇਨਤੀਆਂ ਕਰਦੇ ਨੇ ਕੀ ਤੱਕਿਆ ਕਿ ਵਰਦੀ ਸਮੇਤ ਕੋਈ ਸੂਰਵੀਰ ਸ਼ਸਤਰਧਾਰੀ ਫੌਜੀ ਜਵਾਨ ਹੱਥ ਵਿਚ ਬਰਛਾ ਫੜੀ ਘੋੜੇ ਤੇ ਅਸਵਾਰ ਸਾਹਮਣੇ ਆਉਂਦਾ ਹੈ। ਇਸ ਦੇ ਮਨ ਵਿਚ ਧੀਰਜ ਆਇਆ, ਸੰਤਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਵਾਸਤੇ ਹੋਰ ਵੀ ਸ਼ਰਧਾ ਵਧੀ। ਉਧਰੋਂ ਜਦੋਂ ਡਾਕੂਆਂ ਦੀ ਨਿਗਾਹ ਇਸ ਫੌਜੀ ਜਵਾਨ ਤੇ ਪਈ ਤਾਂ ਸਾਰੇ ਡਾਕੂ ਨੱਸ ਗਏ। ਫਿਰ ਉਸ ਨਿਰੰਕਾਰ ਨੂੰ ਪਹਿਰਾ ਤੇ ਖੜਾਉਣ ਵਾਲੇ ਫੌਜੀ ਹੌਲਦਾਰ ਨੇ ਅੱਗੇ ਹੋ ਕੇ ਚੰਦੂ ਲਾਲ ਨੂੰ ਉਸ ਭਿਆਨਕ ਜੰਗਲ ਵਿਚੋਂ ਪਾਰ ਕੀਤਾ ਅਤੇ ਆਪ ਉਥੇ ਹੀ ਛਪਨ ਹੋ ਗਏ। ਚੰਦੂ ਲਾਲ ਨੇ ਪ੍ਰਸੰਨ ਚਿੱਤ ਆਪਣਾ ਕਾਰਜ ਕੀਤਾ। ਜਦੋਂ ਸੰਤਾਂ ਪਾਸ ਆਇਆ, ਚਰਨ ਪਰਸੇ ਭੇਟਾ ਅਰਪੀ ਤਾਂ ਜਾਣੀ ਜਾਣ ਦਾਤੇ ਨੇ ਮੁਸਕਰਾ ਕੇ ਆਖਿਆ, ਸੁਣਾ ਬਈ ਚੰਦੂ ਲਾਲ, ਕਿਵੇਂ ਬੀਤੀ? ਇਹੋ ਜੀ ਕਠਿਨ ਪ੍ਰੀਖਿਆ ਵਿਚ ਨਾ ਪਿਆ ਕਰ, ਇਹੋ ਜਿਹੀ ਕਠਿਨ ਪ੍ਰੀਖਿਆ ਵਿਚ ਨਾ ਪਾਇਆ ਕਰ। ਇਸ ਨੇ ਹੱਥ ਜੋੜੇ ਸੱਜਲ ਨੇਤਰੀ ਅਰਜ਼ ਕੀਤੀ, ਹੇ ਭਗਤ ਵਤਸਲ ਗਰੀਬ ਨਿਵਾਜ, ਤੇਰੀਆਂ ਤੂੰ ਹੀ ਜਾਣੇ। ਮੇਰਾ ਤਾਂ ਇਹ ਨਿਸ਼ਚਾ ਹੈ ਕਿ ਜਿਸ ਉਪਰ ਤੁਹਾਡੀ ਕਿਰਪਾ ਹੈ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਾ ਕੋ ਰਾਖੈ ਸਾਵਰਾ ਮਾਰ ਨ ਸਕੈ ਕੋਏ, ਵਾਲ ਨ ਬਾਂਕਾ ਕਰ ਸਕੈ ਸਭ ਜਗ ਵੈਰੀ ਹੋਏ। ਤੁਹਾਡੀ ਸ਼ਰਨ ਪਿਆ ਤੱਤੀ ਹਵਾ ਨਹੀਂ ਲੱਗਦੀ। ਹਜ਼ੂਰ ਨੇ ਉੱਤਰ ਦਿੱਤਾ, ਠੀਕ ਹੈ, ਜੋ ਗੁਰੂ ਘਰ ਦੇ ਬਣੇ ਹਨ ਸ਼ਰਧਾ ਰੱਖਦੇ ਹਨ ਉਨ੍ਹਾਂ ਦੀ ਹਰ ਜਗ੍ਹਾ ਰੱਖਿਆ ਹੁੰਦੀ ਹੈ। ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ। ਸੰਤਾਂ ਦੇ ਪਾਵਨ ਬਚਨ ਸੁਣ ਕੇ ਇਉਂ ਚੰਦੂ ਲਾਲ ਤੇ ਹੋਰ ਬਹੁਤ ਸਾਰੇ ਪ੍ਰੇਮੀ ਸ਼ਰਧਾਲੂ ਬਣੇ। ਕਰਮੂ ਸ਼ਾਹ ਦੀ ਸਹਾਇਤਾ। ਇਸੇ ਤਰ੍ਹਾਂ ਮਚੈ ਪਿੰਡ ਦਾ ਰਹਿਣ ਵਾਲਾ ਕਰਮੂ ਸ਼ਾਹ ਬੜਾ ਧਨਾੜ ਸੰਤਾਂ ਦਾ ਪ੍ਰੇਮੀ ਤੇ ਚੰਗਾ ਸ਼ਰਧਾਲੂ ਸੀ। ਇਕ ਵਾਰ ਇਸ ਦੇ ਘਰ ਡਾਕੂ ਆ ਗਏ, ਇਹ ਘਰ ਦੇ ਅੰਦਰ ਹੀ ਸੀ। ਜਦੋਂ ਇਸ ਨੂੰ ਪਤਾ ਲੱਗਾ ਤਾਂ ਦਰਵਾਜ਼ੇ ਬੰਦ ਕਰ ਲਏ। ਡਾਕੂ ਬਾਹਰ ਖੜੇ ਬੂਹਾ ਭੰਨ ਰਹੇ ਸਨ, ਇਹ ਅੰਦਰ ਖੜਾ ਸੰਤਾਂ ਨੂੰ ਯਾਦ ਕਰ ਰਿਹਾ ਸੀ। ਹਜ਼ੂਰ ਨੇ ਭਗਤਾਂ ਦੇ ਰੱਖਿਅਕ ਹੋਣ ਦਾ ਬਿਰਦ ਸੰਭਾਲਿਆ, ਇਸ ਦੀ ਸਹਾਇਤਾ ਲਈ ਤਿਆਰ ਹੋ ਗਏ। ਇਧਰੋਂ ਡਾਕੂਆਂ ਨੇ ਵੀ ਬਰਛੀਆਂ ਮਾਰ ਮਾਰ ਕੇ ਅੰਦਰ ਜਾਣ ਲਈ ਥੋੜਾ ਜਿਹਾ ਛੇਕ ਬਣਾ ਲਿਆ, ਜਿਸ ਰਸਤੇ ਇਕ ਆਦਮੀ ਸੌਖਾ ਲੰਘ ਸਕਦਾ ਸੀ, ਪਰ ਡਾਕੂ ਅੰਦਰ ਜਾਣ ਉਸ ਸਮੇਂ ਅੰਨੇ ਹੋ ਜਾਣ। ਫਿਰ ਉਨ੍ਹਾਂ ਡਾਕੂਆਂ ਨੂੰ ਇਕ ਵਰਦੀ ਵਾਲਾ ਫੌਜੀ ਵੀ ਬਰਛਾ ਫੜੀ ਅੰਦਰ ਪਹਿਰੇ ਤੇ ਖੜਾ ਨਜ਼ਰ ਆਇਆ। ਉਸ ਨੇ ਇਨ੍ਹਾਂ ਤੇ ਵਾਰ ਕੀਤੇ, ਜਿਸ ਦੇ ਬਰਛੇ ਨਾਲ ਇਕ ਦੋ ਪਠਾਨ ਡਾਕੂ ਵੀ ਜ਼ਖਮੀ ਹੋ ਗਏ। ਉਧਰੋਂ ਕਰਮੂ ਸ਼ਾਹ ਨੇ ਅੰਦਰੋਂ ਹੀ ਆਪਣੇ ਮਕਾਨ ਦੀ ਛੱਤ ਤੇ ਚੜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਡਾਕੂ ਆ ਗਏ, ਮੈਨੂੰ ਬਚਾਓ। ਨਗਰ ਵਿਚ ਪਤਾ ਲੱਗ ਗਿਆ, ਇਹ ਭਲਾ ਲੋਕ ਸੀ, ਸਭ ਨੇ ਉਸ ਸਮੇਂ ਇਸ ਦੀ ਪੂਰੀ ਮਦਦ ਕੀਤੀ। ਇਨ੍ਹਾਂ ਨੇ ਆਪਣੀਆਂ ਬੰਦੂਕਾਂ ਦੇ ਫਾਇਰ ਵੀ ਕੀਤੇ, ਜਿਸ ਕਰਕੇ ਸਾਰੇ ਡਾਕੂ ਭੱਜ ਗਏ।
ਕਰਮੂ ਸ਼ਾਹ ਦਾ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚ ਗਿਆ। ਡੇਰੇ ਆਇਆ, ਭਾਵਨਾ ਨਾਲ ਸੰਤਾਂ ਨੂੰ ਮੱਥਾ ਟੇਕਿਆ, ਅਰਜ ਕੀਤੀ, ਗਰੀਬ ਨਿਵਾਜ ਆਪਣਾ ਬਿਰਧ ਸੰਭਾਲ ਕੇ ਆਪ ਹੀ ਦਾਸਾਂ ਦੀ ਪੈਜ ਰੱਖਦੇ ਹੋ, ਤਨ ਹੋ ਮਹਾਰਾਜ। ਸੰਤਾਂ ਕਿਹਾ, ਕਰਮੂ ਸ਼ਾਹ, ਜੋ ਵੀ ਗੁਰੂ ਨਾਨਕ ਦਾ ਬਣ ਗਿਆ ਉਸ ਨੂੰ ਇੱਥੇ ਬਚਾਉਣਾ ਤਾਂ ਕੀ ਮੁਸ਼ਕਲ ਹੈ। ਸਤਿਗੁਰੂ ਜੀ ਅੰਤ ਸਮੇਂ ਉਸ ਦੇ ਨੇੜੇ ਜਮਾਂ ਦੇ ਦੂਤ ਵੀ ਨਹੀਂ ਆਉਣ ਦਿੰਦੇ। ਮਾਨਸ ਕੀ ਕਹੋ ਕੇ ਤਕ ਬਾਤ, ਜਮ ਤੇ ਰੱਖ ਹੈ ਦੇ ਕਰ ਹਾਥ। ਪਰ ਸਿੱਖ ਦੀ ਗੁਰੂ ਘਰ ਤੇ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ। ਭੁਜੰਗੀਆਂ ਦੀ ਦਾਤ। ਚੌਧਰੀ ਸੰਤ ਸਿੰਘ ਤੇ ਫੌਜੀ ਅਰੂੜ ਸਿੰਘ, ਇਹ ਦੋਵੇਂ ਹੀ ਪ੍ਰੇਮੀ ਬਾਬਾ ਜੀ ਦੇ ਸ਼ਰਧਾਲੂ ਤੇ ਸਿਦਕੀ ਸਿੱਖ ਸਨ। ਇਨ੍ਹਾਂ ਦੋਹਾਂ ਨੇ ਸੰਤਾਂ ਦਾ ਜਸ ਸੁਣਿਆ ਹੋਇਆ ਸੀ ਕਿ ਜੋ ਵੀ ਪ੍ਰੇਮੀ ਬਾਬਾ ਜੀ ਦੇ ਪਾਸ ਆਸਾਂ ਲੈ ਕੇ ਹਜ਼ੂਰ ਦੇ ਡੇਰੇ ਆਇਆ, ਫਿਰ ਉਹ ਨਿਰਾਸ਼ ਨਹੀਂ ਮੁੜਿਆ। ਉਸ ਦੀ ਭਾਵਨਾ ਨੂੰ ਜ਼ਰੂਰ ਹੀ ਫਲ ਲੱਗਾ। ਇਹ ਵੀ ਸ਼ਰਧਾਵਾਨ ਹੋ ਕੇ ਹੋਤੀ ਡੇਰੇ ਪੁੱਜੇ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਭੇਟਾ ਅਰਪੀ, ਬਚਨ ਸੁਣੇ, ਕੁਝ ਕੁ ਸਮਾਂ ਪਾਸ ਬੈਠੇ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਜਿਵੇਂ ਆਪ ਹੋਰ ਪ੍ਰੇਮੀਆਂ ਤੇ ਕਿਰਪਾ ਕਰਦੇ ਹੋ, ਇਸੇ ਤਰ੍ਹਾਂ ਆਪਣੇ ਜਾਣ ਕੇ ਸਾਡੇ ਤੇ ਵੀ ਤਰਸ ਕਰੋ ਅਤੇ ਭੁਜੰਗੀਆਂ ਦੀ ਦਾਤ ਬਖਸ਼ੋ। ਇਨ੍ਹਾਂ ਦੀ ਭਾਵਨਾ ਤੱਕ ਕੇ ਸੰਤਾਂ ਨੇ ਹੁਕਮ ਕੀਤਾ, ਗੁਰੂ ਪਿਆਰਿਓ, ਕੋਈ ਚਿੰਤਾ ਨਾ ਕਰੋ, ਗੁਰੂ ਨਾਨਕ ਦੇ ਭੰਡਾਰੇ ਭਰੇ ਹਨ, ਉਨ੍ਹਾਂ ਦੀ ਕੁੰਜੀ ਸੰਤਾਂ ਦੇ ਪਾਸ ਹੈ। ਯਥਾ ਸੰਤਨ ਹੱਥ ਰਾਖੀ ਕੁੰਜੀ, ਯਥਾ ਭਗਤ ਤੇ ਭੰਡਾਰ ਗੋਰੇ ਨਾਨਕ ਕੋ ਸੌਂਪੇ, ਫੇਰੇ ਲੇਖਾ ਮੂਲ ਨ ਲਿਆ। ਉਨ੍ਹਾਂ ਭੰਡਾਰਿਆਂ ਚੋਂ ਤੁਹਾਨੂੰ ਅਕਾਲ ਪੁਰਖ ਦੇ ਦਾਤ ਬਖਸ਼ੀ ਹੈ, ਅਕਾਲ ਪੁਰਖ ਨੇ ਦਾਤ ਬਖਸ਼ੀ ਹੈ। ਹਰ ਰੋਜ਼ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਜਿਤਨੇ ਵੀ ਹੋ ਸਕਣ ਵੱਧ ਤੋਂ ਵੱਧ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਿਆ ਕਰੋ। ਫਿਰ ਦਿਨ ਦੇ ਸਮੇਂ ਰੋਟੀ ਕੱਪੜਾ ਦੁਆਰਾ ਅਤਿਥੀ ਅਭਿਆਗਤਾਂ ਦੀ ਸੇਵਾ ਕਰਿਆ ਕਰੋ। ਉਨ੍ਹਾਂ ਦੀਆਂ ਅਸੀਸਾਂ ਨਾਲ ਗੁਰੂ ਤਰੁੱਠ ਕੇ ਤੁਹਾਡੇ ਤੇ ਦਾਤ ਕਰੇਗਾ। ਹਜ਼ੂਰ ਦੇ ਇਨ੍ਹਾਂ ਪਾਵਨ ਬਚਨਾਂ ਤੇ ਦੋਵਾਂ ਨੇ ਨਿਸ਼ਚਾ ਕੀਤਾ ਅਤੇ ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਦਾ ਅਭਿਆਸ ਸ਼ੁਰੂ ਕਰ ਦਿੱਤਾ। ਅਭਿਆਗਤਾਂ ਦੀ ਸੇਵਾ ਕਰਦੇ ਹੋਇਆਂ ਦੇ ਘਰ ਮਹਾਂਪੁਰਸ਼ਾਂ ਦੇ ਵਰ ਨਾਲ ਭੁਜੰਗੀਆਂ ਦਾ ਜਨਮ ਹੋਇਆ। ਬੜੀ ਖੁਸ਼ੀਆਂ ਮਨਾਈਆਂ ਗਈਆਂ ਤੇ ਲੋਕੀ ਆ ਕੇ ਵਧਾਈਆਂ ਦਿੰਦੇ। ਇਨ੍ਹਾਂ ਨੇ ਸੰਤਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਗੁਰੂ ਦੁਆਰਿਓ ਨਾਮ ਰਖਵਾਏ ਤੇ ਚੋਲੇ ਪਵਾਏ। ਯਥਾ ਅੰਗ 272, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਕਪਤਾਨ ਜਵਾਲਾ ਸਿੰਘ ਤੇ ਕਿਰਪਾ। ਇਸੇ ਤਰ੍ਹਾਂ ਇਕ ਹੋਰ ਸਿੱਖ ਜਿਸਦਾ ਨਾਮ ਜਵਾਲਾ ਸਿੰਘ ਜੀ ਸੀ, ਜੋ 35 ਸਿੱਖ ਪਲਟਨ ਵਿਚ ਕਪਤਾਨੀ ਦੇ ਅਹੁਦੇ ਤੇ ਸੀ ਤੇ ਦੂਜਾ ਪ੍ਰੇਮੀ 37 ਨੰਬਰ ਪਲਟਨ ਦਾ ਰਾਜਪੂਤ ਸੂਬੇਦਾਰ ਸੀ। ਇਨ੍ਹਾਂ ਦੋਹਾਂ ਨੇ ਨਿਮਰਤਾ ਸਹਿਤ ਡੇਰੇ ਆ ਕੇ ਹਜ਼ੂਰ ਦੇ ਪਾਵਨ ਚਰਨਾਂ ਦੀ ਧੂੜ ਮਸਤਕ ਨੂੰ ਲਾਈ, ਭੇਟਾ ਅਰਪੀ ਤੇ ਫਿਰ ਹੱਥ ਜੋੜ ਕੇ ਕਪਤਾਨ ਜਵਾਲਾ ਸਿੰਘ ਨੇ ਅਰਜ ਕੀਤੀ, ਗਰੀਬ ਨਿਵਾਜ, ਤੁਹਾਡੀ ਬਖਸ਼ਿਸ਼ ਦਾ ਸਦਕਾ ਨਿਰੰਕਾਰ ਨੇ ਘਰ ਵਿਚ ਸਾਰੇ ਸੁੱਖ ਬਖਸ਼ੇ ਹਨ, ਕਿਸੇ ਚੀਜ਼ ਦੀ ਥੁੜ ਨਹੀਂ, ਪਰ ਇਹ ਸਾਰੇ ਹੀ ਪਦਾਰਥ ਇਕ ਘਰ ਦੇ ਚਿਰਾਗ ਤੋਂ ਬਿਨਾਂ ਨਿਫਲ ਹਨ, ਸੰਸਾਰ ਵਿਚ ਸਾਂਝ ਕਾਇਮ ਨਹੀਂ ਰਹਿੰਦੀ। ਯਥਾ ਪੁੱਤੀ ਗੰਡ ਪਵੈ ਸੰਸਾਰ, ਸੰਸਾਰ ਦੇ ਮਿੱਠੇ ਮੇਵੇ ਪੁੱਤਰ ਦੀ ਦਾਤ ਤੋਂ ਬਿਨਾਂ ਧਨ ਪਦਾਰਥ ਸਰਕਾਰੀ ਅਹੁਦਾ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਭਾਵੇਂ ਮਹਾਂਪੁਰਸ਼ ਤੋਂ ਮੰਗ ਤਾਂ ਸੱਚੀ ਹੀ ਮੰਗਣੀ ਚਾਹੀਦੀ ਹੈ, ਨਾਮ ਗਿਆਨ ਦੀ ਦਾਤ। ਯਥਾ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਥਾ ਹਰ ਰਸ ਸਾਧੂ ਹਾਟ ਸਮਾਏ। ਪਰ ਮਹਾਰਾਜ ਜੀ, ਅਸੀਂ ਗ੍ਰਸਤੀ ਜੋ ਹੋਏ, ਇਹ ਗ੍ਰਸਤ ਮਾਰਗ ਵਿਚ ਦੁਨੀਆਦਾਰਾਂ ਨੂੰ ਹਰ ਇਕ ਚੀਜ਼ ਦੀ ਲੋੜ ਤੇ ਇੱਛਾ ਬਣੀ ਰਹਿੰਦੀ ਹੈ। ਉਹ ਦੁਨਿਆਵੀ ਸੁੱਖ ਵੀ ਸਿੱਖਾਂ ਨੇ ਸਾਰੇ ਸੁੱਖਾਂ ਦੇ ਮਾਲਕ ਤੋਂ ਹੀ ਮੰਗਣੇ ਹਨ। ਸੰਤਨ ਬੇਨ ਅਵਰ ਨ ਦਾਤਾ ਬੀਆ। ਸੋ ਦੀਨ ਦਿਆਲ ਜੀ, ਆਪ ਸਾਡੇ ਤੇ ਵੀ ਦਇਆ ਕਰੋ ਅਤੇ ਦਰ ਆਇਆਂ ਦੀ ਲਾਜ ਰੱਖੋ। ਇਸ ਤਰ੍ਹਾਂ ਰਾਜਪੂਤ ਸੂਬੇਦਾਰ ਨੇ ਵੀ ਚਰਨ ਫੜੇ ਅਤੇ ਬੇਨਤੀ ਕੀਤੀ, ਭੋਗ ਮੋਖ ਦੇ ਦਾਤੇ ਮਹਾਂਪੁਰਸ਼ੋ,
ਉਮਰ ਵਡੇਰੀ ਹੋ ਗਈ ਹੈ। ਪੈਨਸ਼ਨ ਤੇ ਘਰ ਜਾਣ ਵਾਲਾ ਹਾਂ, ਪਰ ਅੰਧੇਰੇ ਘਰ ਵਿੱਚ ਰੋਸ਼ਨੀ ਕਰਨ ਵਾਲੇ ਤੋਂ ਬਗੈਰ ਘਰ ਵੀ ਡਰਾਉਣਾ ਲੱਗਦਾ ਹੈ। ਗਰੀਬ ਨਿਵਾਜ, ਗਰੀਬ ਤੇ ਤਰਸ ਕਰੋ ਅਤੇ ਆਪਣਾ ਜਾਣ ਕੇ ਰੇਖ ਵਿੱਚ ਮੇਖ ਮਾਰੋ। ਸ਼੍ਰੀ ਸ਼ਾਂਤ ਸਰੂਪ ਨਿਤ ਅਵਤਾਰ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਦੀਆਂ ਬੇਨਤੀਆਂ ਸੁਣੀਆਂ ਤੇ ਪਸੀਜ ਕੇ ਬਚਨ ਕੀਤਾ। ਸਰਦਾਰ ਜੀ, ਗੁਰੂ ਘਰ ਤੇ ਭਰੋਸਾ ਰੱਖੋ, ਅਭਿਆਗਤਾਂ ਦੀ ਸੇਵਾ ਤੇ ਗੁਰਬਾਣੀ ਦਾ ਪਾਠ ਕਰੋ। ਗੁਰੂ ਨਾਨਕ ਤੁਹਾਡੇ ਤੇ ਮਿਹਰ ਕਰਨਗੇ, ਉਹ ਹੀ ਸਾਰੇ ਪਦਾਰਥਾਂ ਦੇ ਸੁੱਖਾਂ ਦੇ ਦਾਤੇ ਹਨ। ਯਥਾ ਸਤਿਗੁਰ ਦਾਤਾ ਸਭਨਾ ਵਥੂ ਕਾ। ਇਸੇ ਤਰ੍ਹਾਂ ਸੂਬੇਦਾਰ ਸਾਹਿਬ ਤੇ ਤਾਈ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਅਕਾਲ ਪੁਰਖ ਤੇ ਭਰੋਸਾ ਰੱਖ ਕੇ ਨਾਮ ਜਪਿਆ ਕਰੋ। ਹਫ਼ਤੇ ਵਿਚ ਇਕ ਵਾਰੀ ਛੋਟੇ ਛੋਟੇ ਬੱਚਿਆਂ ਨੂੰ ਇਕੱਠਿਆਂ ਕਰਕੇ ਲੱਡੂ ਪੇੜੇ ਮਿਠਾਈ ਖਵਾਇਆ ਕਰੋ, ਤੁਹਾਡੀ ਵੀ ਗੁਰੂ ਘਰੋਂ ਭਾਵਨਾ ਪੂਰੀ ਹੋਵੇਗੀ। ਭਗਵਾਨ ਬੇਟਾ ਦੇਵੇਗਾ। ਸੰਤਾਂ ਦੀ ਰਸਨਾ ਤੋਂ ਇਹ ਅੰਮ੍ਰਿਤਮਈ ਬਚਨ ਸੁਣ ਕੇ ਦੋਹਾਂ ਦੇ ਮਨ ਨੂੰ ਬੜਾ ਧੀਰਜ ਮਿਲਿਆ ਤੇ ਪ੍ਰਸੰਨਤਾ ਪ੍ਰਾਪਤ ਹੋਈ। ਨਮਸਕਾਰ ਕਰਕੇ ਹੁਕਮ ਪਾ ਕੇ ਆਪਣੇ ਸਥਾਨ ਤੇ ਆ ਗਏ। ਸੰਤਾਂ ਦੀ ਕਿਰਪਾ ਨਾਲ ਦੋਹਾਂ ਦੇ ਘਰ ਸਾਲ ਬਾਅਦ ਬੱਚਿਆਂ ਦੇ ਜਨਮ ਲਿਆ। ਬਾਬਾ ਜੀ ਦੇ ਪਾਵਨ ਚਰਨਾਂ ਤੇ ਲਿਜਾ ਕੇ ਮੱਥਾ ਟਿਕਾਇਆ, ਨਾਮ ਰਖਵਾਏ, ਚੋਲੇ ਪਵਾਏ। ਅੱਗੇ ਵਾਸਤੇ ਮਹਾਂਪੁਰਸ਼ਾਂ ਤੇ ਹੋਰ ਵੀ ਸ਼ਰਧਾ ਵਧੀ। ਹੁਕਮਨਾਮੇ ਦਾ ਦਰਸ਼ਨ। ਇਕ ਦਿਨ ਸੰਤ ਜੀ ਮਹਾਰਾਜ ਸ਼ਾਮ ਦੇ 4 ਵਜੇ ਇਸ਼ਨਾਨ ਕਰਕੇ ਗੁਫਾ ਪਾਸ ਥੜੇ ਤੇ ਬੈਠੇ ਸਨ, ਜੋ ਮਿੱਟੀ ਦੇ ਕੱਚੇ ਥੜੇ ਆਪ ਜੀ ਨੇ ਬੈਠਣ ਵਾਸਤੇ ਹੀ ਬਣਾਏ ਸਨ। ਐਤਵਾਰ ਹੋਣ ਕਰਕੇ ਸਾਰੇ ਦਫ਼ਤਰਾਂ ਤੇ ਸਕੂਲਾਂ ਵਿਚ ਛੁੱਟੀ ਸੀ। ਉਸ ਸਮੇਂ ਫੌਜੀ, ਗ੍ਰਹਿਸਥੀ, ਡੇਰੇ ਦੇ ਸਾਧ ਤੇ ਬਾਹਰੋਂ ਆਏ ਵਿਰਕਤ ਮਹਾਤਮਾ, ਮਰਦਾਨ ਦੀ ਸੰਗਤ, ਗੁਜਰਗੜੀ ਆਦਿ ਨਗਰਾਂ ਦੇ ਪ੍ਰੇਮੀ ਹਜ਼ੂਰੀ ਵਿਚ ਬੈਠੇ ਦਰਸ਼ਨ ਕਰ ਰਹੇ ਸਨ ਅਤੇ ਗੁਰਬਾਣੀ ਦੇ ਅਖੰਡ ਕੀਰਤਨ ਦਾ ਅਗੰਮੀ ਰਸ ਮਾਣਦੇ ਹੋਇਆਂ ਸਭਨਾਂ ਦੀਆਂ ਸੁਰਤਾਂ ਜੁੜ ਗਈਆਂ ਸਨ, ਜਿਸ ਕਰਕੇ ਅਣਡਿੱਠੇ ਬੈਕੁੰਠ ਦੀ ਝਾਕੀ ਬੱਜ ਰਹੀ ਸੀ। ਯਥਾ ਅੰਗ 742 ਬੈਕੁੰਠ ਨਗਰ ਜਹਾ ਸੰਤ ਵਾਸਾ। ਸਰੋਤਿਆਂ ਦੇ ਅੰਦਰੋਂ ਧਿਆਤਾ ਦੇ ਧਿਆਨ ਦਾ ਅਭਾਵ ਹੋ ਕੇ ਕੇਵਲ ਧੇ ਹੀ ਧੇ ਬਾਕੀ ਸੀ। ਸਤਿਗੁਰਾਂ ਨੇ ਫਰਮਾਇਆ ਹੈ, ਅੰਗ 1208, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਪਾਏ। ਉਸ ਸਮੇਂ ਮਾਛੀਵਾੜੇ ਦੇ ਹੁਕਮਨਾਮੀਏ ਗਨੀ ਖਾਂ, ਨਬੀ ਖਾਂ ਦੇ ਖਾਨਦਾਨ ਵਿਚੋਂ ਜਦੋਂ ਚੋਜੀ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੰਘਾਂ ਦਾ ਭਰੋਸਾ ਦੇਖਣ ਲਈ ਉੱਚ ਦੇ ਪੀਰ ਦਾ ਲਿਬਾਸ ਧਾਰਨ ਕੀਤਾ ਸੀ, ਉਸ ਸਮੇਂ ਇਨ੍ਹਾਂ ਗੁਰੂ ਸਵਾਰਿਆਂ ਨੇ ਹਜ਼ੂਰ ਦੇ ਪਲੰਗੇ ਉਠਾਉਣ ਦੀ ਸੇਵਾ ਕੀਤੀ ਸੀ। ਤਦ ਸਤਿਗੁਰਾਂ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਆਪਣੇ ਮੁਬਾਰਕ ਹਸਤ ਕਮਲਾਂ ਨਾਲ ਲਿਖ ਕੇ ਬਖਸ਼ਿਸ਼ ਕੀਤੀ ਸੀ। ਲਿਖਿਆ, ਜੋ ਵੀ ਸਿੱਖ ਇਨ੍ਹਾਂ ਦੇ ਦਰਸ਼ਨ ਕਰੇ ਉਹ ਯਥਾ ਸ਼ਕਤ ਦਰਸ਼ਨੀ ਭੇਟਾ ਅਰਪੇ। ਉਹ ਹੁਕਮਨਾਮਾ ਲੈ ਕੇ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਬਾਹਰ ਗੁਫਾ ਤੇ ਪੁੱਜੇ। ਉਸ ਸਮੇਂ ਮਾਛੀਵਾੜੇ ਦੇ ਹੁਕਮਨਾਮੀਏ ਗਨੀ ਖਾਂ, ਨਵੀ ਖਾਂ ਦੇ ਖਾਨਦਾਨ ਵਿਚੋਂ ਹੁਕਮਨਾਮਾ ਲੈ ਕੇ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਗੁਫਾ ਤੇ ਪੁੱਜੇ। ਸੰਤਾਂ ਨੂੰ ਨਮਸਕਾਰ ਕਰਕੇ ਹੁਕਮਨਾਮੇ ਦੇ ਦਰਸ਼ਨ ਕਰਵਾਏ। ਸੰਤਾਂ ਨੇ ਹੁਕਮਨਾਮਾ ਹੱਥਾਂ ਤੇ ਲੈ ਕੇ ਮਸਤਕ ਝੁਕਾਇਆ, ਅੱਖੀਆਂ ਤੇ ਲਾਇਆ, ਸੀਸ ਤੇ ਰੱਖਿਆ, ਫਿਰ ਕਿਤਨਾ ਚਿਰ ਨੇਤਰ ਬੰਦ ਕਰਕੇ ਹੁਕਮਨਾਮੇ ਨੂੰ ਝੋਲੀ ਵਿਚ ਪਾ ਕੇ ਕਿਸੇ ਅਗੰਮੀ ਰਸ ਵਿਚ ਲੀਨ ਰਹੇ। ਕੁਝ ਕੁ ਸਮੇਂ ਤੋਂ ਬਾਅਦ ਹਰ ਅੰਮ੍ਰਿਤ ਭਿੰਨੇ ਲੋਇਣਾ, ਹਰੀ ਵੈਰਾਗ ਵਿਚ ਭਿੱਜੇ ਨੇਤਰ ਖੋਲੇ ਅਤੇ ਉੱਚੀ ਆਵਾਜ਼ ਵਿਚ ਆਖਿਆ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਖਾਲਸਾ ਪੰਥ ਦੇ ਵਾਲੀ, ਆਪ ਨੇ ਸਾਡੇ ਨਾ ਸ਼ੁਕਰ ਗੁਜ਼ਾਰਾਂ ਵਾਸਤੇ ਕਿੰਨੀਆਂ ਤਕਲੀਫਾਂ ਚੱਲੀਆਂ, ਕਸ਼ਟ ਸਹਾਰੇ, ਫਿਰ
ਧੰਨ ਹਨ ਗਨੀ ਖਾਂ ਤੇ ਨਬੀ ਖਾਂ, ਜਿਨ੍ਹਾਂ ਨੇ ਫੌਜਾਂ ਦੇ ਮਾਲਕ ਦਸਮ ਪਾਤਸ਼ਾਹ ਜੀ ਦੇ ਪਲੰਘੇ ਚੁੱਕਣ ਦੀ ਸੇਵਾ ਕੀਤੀ ਤੇ ਨਾਲ ਜਾ ਕੇ ਹਜ਼ੂਰ ਨੂੰ ਵੈਰੀਆਂ ਦੇ ਘੇਰੇ ਚੋਂ ਬਾਹਰ ਕੱਢਿਆ। ਫਿਰ ਉਨ੍ਹਾਂ ਹੁਕਮਨਾਮਿਆਂ ਨੂੰ ਕਿਹਾ ਕਿ ਤੁਸੀਂ ਵੀ ਧੰਨ ਹੋ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਵਨ ਹੱਥਾਂ ਨਾਲ ਲਿਖੇ ਹੁਕਮਨਾਮੇ ਦੇ ਦਰਸ਼ਨ ਕਰਵਾਏ। ਵਡਭਾਗੀਓ ਜੀ ਆਇਆਂ ਨੂੰ ਧੰਨ ਭਾਗ ਹਨ ਸਾਡੇ ਜੋ ਹਜ਼ੂਰ ਦੇ ਪਾਵਨ ਹਸਤ ਕਮਲਾਂ ਦੀ ਨਿਸ਼ਾਨੀ ਦੇਖੀ ਹੈ। ਕਰਾਓ ਇਨ੍ਹਾਂ ਦਾ ਸਾਰੀ ਸੰਗਤ ਨੂੰ ਦਰਸ਼ਨ ਤੇ ਸੁਣਾਓ ਪੜ੍ਹ ਕੇ। ਸੰਤਾਂ ਦਾ ਹੁਕਮ ਪਾ ਕੇ ਉਨ੍ਹਾਂ ਨੇ ਸਾਰੀ ਸੰਗਤ ਨੂੰ ਹੁਕਮਨਾਮਿਆਂ ਦੇ ਦਰਸ਼ਨ ਕਰਵਾਏ ਅਤੇ ਪੜ੍ਹ ਕੇ ਵੀ ਸੁਣਾਏ। ਫਿਰ ਬਾਬਾ ਜੀ ਨੇ ਸੰਤ ਆਇਆ ਸਿੰਘ ਜੀ ਨੂੰ ਕਿਹਾ ਕਿ 101 ਰੁਪਏ, 5 ਸੇਰ ਮਠਿਆਈ, 1 ਕੀਮਤੀ ਦੁਸ਼ਾਲਾ, ਹੁਕਮਨਾਮਿਆਂ ਦੀ ਦਰਸ਼ਨੀ ਭੇਟਾ ਕਰੋ, ਹੁਕਮਨਾਮਿਆਂ ਦੀ ਦਰਸ਼ਨੀ ਭੇਟਾ ਕਰੋ। ਇਉਂ ਜਦੋਂ ਮਹਾਂਪੁਰਸ਼ਾਂ ਦੇ ਹੁਕਮ ਦੀ ਪਾਲਣਾ ਕੀਤੀ ਗਈ ਫਿਰ ਤਾਂ ਸਾਰੀ ਸੰਗਤ ਨੇ ਕਿਸੇ ਨੇ 125, ਕਿਸੇ ਨੇ 150, ਕਿਸੇ ਨੇ 5 ਰੁਪਏ ਭੇਟ ਕੀਤੇ। ਉਨ੍ਹਾਂ ਨੂੰ ਬਹੁਤ ਸਾਰੀ ਮਾਇਆ ਬਣ ਗਈ। ਫਿਰ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਾ ਕੇ ਵਿਦਾ ਕੀਤੇ। ਬਾਅਦ ਵਿਚ ਸੰਤ ਜੀ ਨਿਰੰਕਾਰ ਦੀ ਕੁਦਰਤ ਤੱਕ ਕੇ ਕਿਸੇ ਅਗੰਮੀ ਰਸ ਵਿਚ ਬੜੇ ਹੱਸੇ ਕਿ ਉਹ ਵੀ ਸਮਾਂ ਸੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਇਰਦ ਗਿਰਦ ਦੁਸ਼ਮਣ ਮੁਗਲਾਂ ਦਾ ਘੇਰਾ ਤੇ ਮਾਲਵੇ ਦੀ ਧਰਤੀ ਤੇ ਵਿਚਰਦੇ ਸਨ ਅਤੇ ਉਹ ਹੀ ਅੱਜ ਵੈਰੀ ਮੁਸਲਮਾਨ ਪਠਾਨ ਉਨ੍ਹਾਂ ਦੇ ਨਾਮ ਲੇਵਾ ਸੰਤਾਂ ਦੀ ਚਰਨ ਧੂੜੀ ਚਾਹੁੰਦੇ ਹੋਏ ਸਲਾਮੀਏ ਹੋ ਕੇ ਸੇਵਾ ਕਰ ਰਹੇ ਹਨ। ਨੋਟ: ਲੇਖਕ ਨੇ ਵੀ ਤਬਦੀਲੀ ਤੋਂ ਪਹਿਲਾਂ ਇਨ੍ਹਾਂ ਹੁਕਮਨਾਮਿਆਂ ਦਾ ਦਰਸ਼ਨ ਕੀਤਾ ਹੈ। ਜਦੋਂ ਉਹ ਸੰਤ ਜੀ ਮਹਾਰਾਜ ਦੇ ਪਾਸ ਰਾੜਾ ਸਾਹਿਬ ਲੈ ਕੇ ਆਏ ਸਨ, ਹਜ਼ੂਰ ਨੇ ਵੀ ਸੰਗਤ ਦੇ ਸਮੂਹ ਸਮੇਤ ਬਹੁਤ ਸਾਰੀ ਮਾਇਆ ਭੇਟਾ ਕਰਕੇ ਬੜਾ ਸਤਿਕਾਰ ਕੀਤਾ ਸੀ। ਆਇਆ ਹਕਾਰਾ ਚੱਲਣ ਵਾਰਾ। ਜਦੋਂ 74 ਸਾਲਾਂ ਦੀ ਆਯੂ ਵਿਚ ਲੱਖਾਂ ਪ੍ਰਾਣੀਆਂ ਨੂੰ ਅਕਾਲ ਪੁਰਖ ਨਾਲ ਜੋੜ ਕੇ ਸੰਤ ਜੀ ਮਹਾਰਾਜ ਨੇ ਅਲਾਹੀ ਹੁਕਮ ਅਨੁਸਾਰ ਆਪਣੇ ਨਿੱਜੀ ਧਾਮ ਸੱਚਖੰਡ ਨੂੰ ਜਾਣ ਦੀ ਵਿਚਾਰ ਕੀਤੀ ਤਾਂ ਇਕ ਹਫ਼ਤਾ ਪਹਿਲਾਂ ਇਲਾਕੇ ਦੀ ਸਾਰੀ ਸੰਗਤ ਨੂੰ ਬੁਲਾ ਕੇ ਆਖਿਆ, ਜਿਵੇਂ ਤੀਸਰੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੇ ਪ੍ਰਸੰਗ ਨੂੰ ਸਤਿਗੁਰ ਅਮਰਦਾਸ ਜੀ ਮਹਾਰਾਜ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਪੰਚਮ ਪਾਤਸ਼ਾਹ ਨੂੰ ਸੁਣਾਇਆ ਹੈ ਕਿ ਸਤਿਗੁਰ ਭਾਣੈ ਆਪਣੈ ਬਹਿ ਪਰਵਾਰ ਸਦਾਇਆ, ਮਤ ਮੈਂ ਪਿੱਛੈ ਕੋਈ ਰੋਵ ਸੀ, ਸੋ ਮੈਂ ਮੂਲ ਨ ਪਾਇਆ। ਅੰਗ 923। ਇਸੇ ਤਰ੍ਹਾਂ ਬਾਬਾ ਕਰਮ ਸਿੰਘ ਜੀ ਮਹਾਰਾਜ ਬੋਲੇ, ਸੰਗਤ ਜੀ, ਸੰਸਾਰ ਦੇ ਵਿਚ ਜੋ ਵੀ ਸਰੀਰ ਧਾਰ ਕੇ ਆਇਆ ਹੈ ਉਹ ਆਪਣੇ ਸਮੇਂ ਅਨੁਸਾਰ ਚਲਾ ਗਿਆ। ਮੌਤ, ਅਮੀਰ ਗਰੀਬ, ਰਾਜਾ ਰੰਕ, ਪਾਪੀ ਪੁੰਨੀ, ਮੂਰਖ ਤੇ ਪੰਡਿਤ ਨੂੰ ਇੱਕੋ ਜਿਹਾ ਜਾਣਦੀ ਹੈ ਤੇ ਸੰਸਾਰ ਤੇ ਮਨੁੱਖ ਪੈਦਾ ਹੀ ਮਰਨ ਵਾਸਤੇ ਹੋਇਆ ਹੈ। ਯਥਾ ਰਾਣਾ ਰਾਓ ਨ ਕੋ ਰਹਿ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਏ ਨ ਬੰਧੈ ਧੀਰ। ਅਸੀਂ ਵੀ ਆਪਣੇ ਮਾਲਕ ਦੀ ਆਗਿਆ ਵਿਚ ਚਲਦੇ ਹੋਏ, ਕੱਲੇ ਆਵਹੇ ਨਾਨਕਾ, ਸਦੇ ਉੱਠੀ ਜਾਹੇ, ਅਥਵਾ ਲਾਈ ਹਯਾਤ ਆਏ ਲੇ ਚੱਲੀ, ਕਜ਼ਾ ਚੱਲੇ ਹਮ। ਗੁਰੂ ਪਿਤਾ ਦੀ ਗੋਦ ਦਾ ਆਨੰਦ ਮਾਣਨ ਲਈ ਸਰੀਰ ਰੂਪੀ ਪਿੰਜਰੇ ਤੋਂ ਆਜ਼ਾਦ ਹੋ ਕੇ ਬੈਕੁੰਠ ਨੂੰ ਜਾਣਾ ਚਾਹੁੰਦੇ ਹਾਂ, ਸੋ ਗੁਰੂ ਪਿਆਰਿਓ ਤੁਸੀਂ ਪ੍ਰਸੰਨ ਚਿੱਤ ਗੋਬਿੰਦ ਦੇ ਗੁਣ ਗਾਇਨ ਕਰਨੇ, ਸਾਰੀਆਂ ਸੰਗਤਾਂ ਰਲ ਕੇ ਡੇਰੇ ਨੂੰ ਚਲਾਓ, ਕਿਸੇ ਨੇ ਸ਼ੋਕ ਨਹੀਂ ਕਰਨਾ। ਹਜ਼ੂਰ ਦੀ ਰਸਨਾ ਤੋਂ ਇਹ ਅਸਹਿ ਬਚਨ ਸੁਣ ਕੇ ਸਭਨਾਂ ਦੇ ਮਨ ਫਿਸ ਗਏ। ਭਾਰਤ ਵਰਸ਼ ਦਾ ਅਮੋਲਕ ਲਾਲ ਅਲੋਪ ਹੁੰਦਾ ਜਾਣ ਕੇ ਮਨ ਦੁੱਖਾਂ ਨਾਲ ਵਿੰਨੇ ਗਏ। ਵਿਛੋੜੇ ਦਾ ਨਾਮ ਸੁਣ ਕੇ ਹੀ ਦੁੱਖ ਪ੍ਰਾਪਤ ਹੁੰਦਾ ਹੈ। ਯਥਾ ਅੰਗ 1110। ਵਿਛੋੜਾ ਸੁਣੇ ਡੁਖੋ ਵੇਣ ਡਿੱਠੇ, ਮਰਿਓ ਦੇ ਬਾਜ ਪਿਆਰੇ ਆਪਣੇ, ਬਿਰਹੀ ਨਾ ਤੀਰੀਓ ਦੇ।
ਪਰ ਜਿਨ੍ਹਾਂ ਨੂੰ ਸੱਚਮੁੱਚ ਹੀ ਵਿਛੋੜੇ ਦਾ ਦੁੱਖ ਆ ਪਿਆ ਹੋਵੇ, ਉਨ੍ਹਾਂ ਨੂੰ ਤਾਂ ਫਿਰ ਉਹ ਹੀ ਸੱਜਣ ਜਾਣ ਸਕਦੇ ਹਨ ਜਿਨ੍ਹਾਂ ਨੂੰ ਦੇਖਣਾ ਪੈ ਗਿਆ। ਯਥਾ ਲਾਗੀ ਹੋਏ ਸੋ ਜਾਣੈ ਪੀਰ, ਦੂਸਰੇ ਨੂੰ ਇਸ ਦੁੱਖ ਦਾ ਕੀ ਪਤਾ। ਯਥਾ ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਸੰਗਤ ਬੜੀ ਉਦਾਸ ਹੋਈ, ਪ੍ਰੇਮੀਆਂ ਦੀਆਂ ਭੁੱਬਾਂ ਨਿਕਲ ਗਈਆਂ। ਰੋ ਰੋ ਕੇ ਸਾਰਿਆਂ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਪ ਤੋਂ ਬਗੈਰ ਸਾਡਾ ਇੱਥੇ ਰਾਕਸ਼ਸਾਂ ਦੇ ਦੇਸ਼ ਵਿੱਚ ਕੌਣ ਹੈ? ਆਪ ਜੀ ਨੇ ਹੀ ਤਰਸ ਕਰਕੇ ਇਨ੍ਹਾਂ ਜ਼ਾਲਮ ਪਠਾਨਾਂ ਤੋਂ ਸਾਡੀ ਜਾਨ ਬਚਾਈ ਤੇ ਇਨ੍ਹਾਂ ਸਭਨਾਂ ਨੂੰ ਦੇਵਤੇ ਬਣਾ ਦਿੱਤਾ। ਬਾਜ਼ਾਂ ਤੋਂ ਚਿੜੀਆਂ ਦੀ ਸੇਵਾ ਕਰਾਈ, ਸ਼ੇਰ ਬੱਕਰੀਆਂ ਦੇ ਚਰਨੀ ਪਾ ਕੇ ਸੁਧਾਰ ਦਿੱਤੇ। ਆਪ ਕਿਰਪਾ ਕਰਕੇ ਸਾਨੂੰ ਕੁਝ ਸਮਾਂ ਹੋਰ ਦਰਸ਼ਨ ਬਖਸ਼ੋ, ਕਿਉਂਕਿ ਸੰਸਾਰ ਵਿੱਚ ਆਉਣਾ ਤੇ ਪਰਲੋਕ ਨੂੰ ਜਾਣਾ ਤੁਹਾਡੇ ਵੱਸ ਵਿੱਚ ਹੈ। ਸਤਿਗੁਰੂ ਜੀ ਨੇ ਵੀ ਇਹੋ ਹੀ ਕਥਨ ਕੀਤਾ ਹੈ ਕਿ ਮਹਾਂਪੁਰਸ਼ ਕਦੇ ਮਰਦੇ ਨਹੀਂ। ਜਿਵੇਂ ਗਰਮੀ ਦੀ ਤਪਸ ਦੇ ਸਤਾਏ ਜੀਵਾਂ ਤੇ ਤਰਸ ਕਰਕੇ ਆਕਾਸ਼ ਵਿੱਚ ਬੱਦਲ ਆਉਂਦੇ ਹਨ, ਵਰਖਾ ਕਰਕੇ ਫਿਰ ਉਸੇ ਹੀ ਆਕਾਸ਼ ਵਿੱਚ ਲੀਨ ਹੋ ਜਾਂਦੇ ਹਨ, ਇਸੇ ਤਰ੍ਹਾਂ ਸੰਤਾਂ ਮਹਾਂਪੁਰਸ਼ਾਂ ਕਾਰਕਾਂ ਅਤੇ ਅਵਤਾਰਾਂ ਨੇ ਵੀ ਪਰਉਪਕਾਰ ਵਾਸਤੇ ਸਰੀਰ ਧਾਰਨ ਕੀਤਾ ਹੁੰਦਾ ਹੈ। ਉਨ੍ਹਾਂ ਦਾ ਜੀਵ ਆਤਮਾ ਕਰਮਾਂ ਦਾ ਫਲ ਭੋਗਣ ਵਾਸਤੇ ਕਿਸੇ ਦੇਸ਼ ਨੂੰ ਨਹੀਂ ਜਾਂਦਾ। ਯਥਾ ਹਰ ਕੇ ਸੇਵਕ ਜੋ ਹਾਰੇ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨ ਜਾਹਿ ਨ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਅੰਗ 855। ਸੋ ਮਹਾਰਾਜ, ਮਹਾਂਪੁਰਸ਼ਾਂ ਤਾਂ ਜੀਵਾਂ ਨੂੰ ਦੁਖੀ ਦੇਖ ਕੇ ਪਰਉਪਕਾਰ ਵਾਸਤੇ ਆਉਂਦੇ ਹਨ, ਸੰਸਾਰੀ ਜੀਵਾਂ ਵਾਂਗੂ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਨਹੀਂ ਆਉਂਦੇ। ਯਥਾ ਤਰਵਰ ਸਰਵਰ ਸੰਤ ਜਨ, ਚੌਥਾ ਬਾਦਲ ਮੇਹ, ਪਰ ਉਪਕਾਰਣ ਵਾਸਤੇ ਚੌਹਾਂ ਧਾਰੀਤ ਦੇਹ। ਉਨ੍ਹਾਂ ਦਾ ਸੰਸਾਰ ਤੇ ਆਉਣਾ ਤੇ ਪਰਲੋਕ ਨੂੰ ਜਾਣਾ ਸੁਤੰਤਰ ਹੈ। ਜਿਵੇਂ ਜੇਲ੍ਹ ਖਾਨੇ ਵਿਚ ਕੈਦੀ ਆਪਣੇ ਕੀਤੇ ਗੁਨਾਹਾਂ ਦਾ ਫਲ ਭੋਗਣ ਵਾਸਤੇ ਆਉਂਦੇ ਹਨ, ਡਾਕਟਰ ਤੇ ਦਰੋਗਾ ਵੀ ਉਸੇ ਜੇਲ੍ਹ ਵਿਚ ਜਾਂਦੇ ਹਨ, ਪਰ ਉਹ ਕਦੇ ਕੈਦ ਦੇ ਦੁੱਖਾਂ ਤੋਂ ਆਜ਼ਾਦ ਹੁੰਦੇ ਹਨ ਕੈਦੀਆਂ ਦੀ ਸਹੂਲਤ ਵਾਸਤੇ ਆਉਂਦੇ ਹਨ। ਇਸੇ ਤਰ੍ਹਾਂ ਸੰਸਾਰ ਵੀ ਜੇਲ੍ਹ ਖਾਨੇ ਦੇ ਸਮਾਨ ਹੈ। ਪ੍ਰਤੰਤ ਹੋਣ ਕਰਕੇ ਅਸੀਂ ਸਾਰੇ ਜੀਵ ਆਪਣੇ ਕਰਮਾਂ ਦਾ ਫਲ ਭੋਗ ਰਹੇ ਹਾਂ, ਕਿਉਂਕਿ ਆਪ ਜੀ ਦਾ ਹੀ ਉਪਦੇਸ਼ ਹੈ ਕਿ ਹਰ ਜੀਵ ਨੂੰ ਸ਼ੁਭ ਅਸ਼ੁਭ ਮਿਸ਼ਰਤ ਕਰਮਾਂ ਕਰਕੇ ਹੀ ਸਰੀਰ ਮਿਲਿਆ ਹੈ। ਮਹਾਂਪੁਰਸ਼ ਤੇ ਅਵਤਾਰ ਡਾਕਟਰ ਵਾਂਗੂ ਜੀਵ ਰੋਗੀ ਨੂੰ ਨਾਮ ਦਾ ਦਾਰੂ ਦੇਣ ਵਾਸਤੇ ਆਉਂਦੇ ਹਨ। ਯਥਾ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸੰਤਾਂ ਨੇ ਉੱਤਰ ਦਿੱਤਾ, ਗੁਰਮੁਖੋ, ਸੰਸਾਰ ਦੀ ਰਚਨਾ ਨਦੀ ਦੇ ਪ੍ਰਵਾਹ ਵਾਂਗੂ ਆਉਣ ਜਾਣ ਵਾਲੀ ਹੈ। ਤੁਸੀਂ ਕਿਸੇ ਪ੍ਰਕਾਰ ਵੈਰਾਗ ਨਾ ਕਰੋ, ਕਿਉਂਕਿ ਦੇਹ ਦਾ ਮਿਲਾਪ ਸਦਾ ਰਹਿਣ ਵਾਲਾ ਨਹੀਂ। ਸ਼ਬਦ ਦੇ ਮਿਲਾਪੀ ਸਦੀਵੀ ਮਿਲੇ ਹਨ। ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਸੋ ਗੁਰੂ ਦੇ ਪਿਆਰਿਓ, ਦੇਹ ਤਾਂ ਬਾਲਕ ਜਵਾਨ ਤੇ ਬਿਰਧ ਹੋ ਜਾਂਦੀ ਹੈ, ਜੰਮਦੀ ਮਰਦੀ ਹੈ। ਜੀਵ ਆਤਮਾ ਅਜਰ ਤੇ ਅਮਰ ਹੈ, ਇਸ ਦੇ ਵਿਨਾਸ਼ ਦਾ ਸ਼ੋਕ ਨਹੀਂ ਕਰਨਾ ਚਾਹੀਦਾ। ਫੇਰ ਚਿੰਤਾ ਤਾ ਕੀ ਜੀਐ, ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ, ਨਾਨਕ ਥੇਰੋ ਨਹੀਂ ਕੋਏ। ਅਥਵਾ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਤਥਾ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਤੁਸੀਂ ਆਪਣੇ ਮਨ ਵਿੱਚ ਜੋ ਵੀ ਆਵੇ ਮੰਗੋ, ਗੁਰੂ ਨਾਨਕ ਭਲੀ ਕਰੇਗਾ, ਫਿਰ ਇਸ ਸਰੀਰ ਦਾ ਦਰਸ਼ਨ ਨਹੀਂ ਹੋਣਾ। ਇਹ ਬਚਨ ਸੁਣ ਕੇ ਪ੍ਰੇਮੀਆਂ ਦੇ ਹੰਝੂ ਨਾ ਰੁਕਣ। ਸਾਰਿਆਂ ਨੇ ਵਿਚਾਰ ਕਰਕੇ ਛੋਟੇ ਸੰਤ ਲਾਲ ਸਿੰਘ ਜੀ ਦੇ
ਪਾਸ ਆ ਕੇ ਬੇਨਤੀ ਕੀਤੀ ਜੋ ਉਸ ਸਮੇਂ ਗੁਰੂ ਕੇ ਲੰਗਰ ਵਿੱਚ ਸੇਵਾ ਕਰ ਰਹੇ ਸਨ ਕਿ ਤੁਸੀਂ ਸਾਡੇ ਤੇ ਕਿਰਪਾ ਕਰਕੇ ਸੰਤਾਂ ਪਾਸ ਬੇਨਤੀ ਕਰੋ ਕਿ ਕੁਝ ਸਮਾਂ ਹੋਰ ਦਰਸ਼ਨ ਬਖਸ਼ਣ। ਉਹਨਾਂ ਨੇ ਅੱਜ ਸੱਚਖੰਡ ਨੂੰ ਜਾਣ ਵਾਸਤੇ ਸੰਗਤ ਨੂੰ ਆਖ ਦਿੱਤਾ ਹੈ। ਇਹ ਗੱਲ ਸੁਣ ਕੇ ਸੰਤ ਲਾਲ ਸਿੰਘ ਜੀ ਬੜੇ ਹੈਰਾਨ ਹੋਏ। ਜੋ ਬਾਬਾ ਜੀ ਦੇ ਅਨੰਨ ਸੇਵਕ, ਪੂਰਨ ਸ਼ਰਧਾਲੂ ਤੇ ਸਭ ਤੋਂ ਪਹਿਲਾਂ ਦੇ ਮੁਖੀ ਸਿੱਖ ਸਨ, ਸੰਗਤ ਦੇ ਕਹੇ ਬਚਨ ਅਚਾਨਕ ਉਨ੍ਹਾਂ ਦਾ ਹਿਰਦਾ ਤੀਰ ਵਾਂਗ ਵਿੰਨ ਗਏ। ਜਿਸ ਜਗ੍ਹਾ ਤੇ ਖੜੇ ਸੀ ਉਸੇ ਜਗ੍ਹਾ ਸਰੀਰ ਸੁੰਨ ਹੋ ਗਿਆ। ਉਨ੍ਹਾਂ ਦੇ ਮਨ ਦੀ ਇਹ ਸਦਰ ਸੀ ਕਿ ਮੈਂ ਬਾਬਾ ਜੀ ਦੇ ਸਰੀਰ ਅਲੋਪ ਕਰਨ ਤੋਂ ਪਹਿਲਾਂ ਹੀ ਪਰਲੋਕ ਨੂੰ ਚਲਿਆ ਜਾਵਾਂ, ਜਿਸ ਕਰਕੇ ਵਿਛੋੜੇ ਦਾ ਦੁੱਖ ਨਾ ਦੇਖਾਂ। ਅੰਗ 83। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਾਰੇ ਚੱਲੀਐ, ਤ੍ਰਿਗੋ ਜੀਵਨ ਸੰਸਾਰ ਤਾ ਕੈ ਪਾਛੈ ਜੀਵਣਾ। ਸੰਗਤ ਦੀ ਬੇਨਤੀ ਸੁਣ ਕੇ ਸੰਤ ਲਾਲ ਸਿੰਘ ਜੀ ਵਾਹੋ ਦਾ ਹੀ ਬਾਬਾ ਜੀ ਦੀ ਹਜ਼ੂਰੀ ਵਿਚ ਪੁੱਜੇ। ਮਗਰ ਮਗਰ ਸਾਰੀ ਸੰਗਤ ਸੀ, ਹੱਥ ਜੋੜ ਕੇ ਨਿੰਮੋ ਚੁਣੇ ਹੋ ਕੇ ਸਨਮੁਖ ਖੜੇ ਹਨ। ਸੰਤ ਲਾਲ ਸਿੰਘ ਜੀ, ਆਪ ਜੀ ਦਾ ਜਨਮ ਪਿੰਡ ਗੰਗਾਵਾਲੀ ਜ਼ਿਲ੍ਹਾ ਕੈਮਲਪੁਰ ਵਿਚ ਸੰਮਤ 1885 ਬਿਕਰਮੀ ਨੂੰ ਅਰੋੜ ਬੰਸ ਘਰਾਣੇ ਵਿਚ ਹੋਇਆ। ਮਾਪਿਆਂ ਦਾ ਇਕਲੌਤਾ ਪੁੱਤਰ, ਬੜਿਆਂ ਚਾਹਵਾਂ ਨਾਲ ਪਾਲਣਾ ਕੀਤੀ। ਘਰ ਵਿਚ ਕਿਸੇ ਪਦਾਰਥ ਦੀ ਘਾਟ ਨਹੀਂ ਸੀ। ਖੁੱਲੀ ਖੁਰਾਕ ਦੇ ਕਾਰਨ ਬਚਪਨ ਤੋਂ ਹੀ ਭਰਵਾਂ ਸਰੀਰ ਤੇ ਦਰਸ਼ਨੀ ਜਵਾਨ ਸਨ। 18 ਸਾਲ ਦੀ ਉਮਰ ਵਿਚ ਫੌਜੀ ਨੌਕਰੀ ਦਾ ਸ਼ੌਕ ਜਾਗਿਆ। ਮਰਦਾਨ ਛਾਉਣੀ ਆ ਕੇ ਆਪਣਾ ਨਾਮ ਤੇ ਪੂਰਾ ਪਤਾ ਨੋਟ ਕਰਵਾਇਆ। ਕਦ ਮਿਣਿਆ ਡਾਕਟਰੀ ਚੋਂ ਪਾਸ ਹੋਏ। ਦਰਸ਼ਨੀ ਚਿਹਰਾ ਤੱਕ ਕੇ ਸਾਹਿਬ ਖੁਸ਼ ਹੋ ਗਿਆ, ਪਰ ਜਦੋਂ ਵਾਕਫੀ ਮੰਗੀ ਤਾਂ ਇੱਥੇ ਆ ਕੇ ਕੰਮ ਰੁਕ ਗਿਆ। ਵਾਕਫ ਇਨ੍ਹਾਂ ਦਾ ਕੋਈ ਹੈ ਨਹੀਂ ਸੀ। ਉਸ ਸਮੇਂ ਸੰਤ ਬਾਬਾ ਕਰਮ ਸਿੰਘ ਜੀ ਨੇ ਜਾਮਨੀ ਦੇ ਕੇ ਇਨ੍ਹਾਂ ਨੂੰ ਭਰਤੀ ਕਰਵਾਇਆ। ਨੋਟ: ਇਹ ਪ੍ਰਸੰਗ ਵਿਸਤਾਰ ਸਹਿਤ ਪਿੱਛੇ ਲਿਖ ਆਏ ਹਾਂ। ਉਸ ਸਮੇਂ ਬਾਬਾ ਜੀ ਤੋਂ ਉਪਦੇਸ਼ ਲਿਆ ਤੇ ਉਨ੍ਹਾਂ ਨਾਲ ਅਟੁੱਟ ਪਿਆਰ ਪੈ ਗਿਆ। ਤਦ ਤੋਂ ਇੱਕੋ ਜਗ੍ਹਾ ਇਕੱਠੇ ਰਹਿਣਾ, ਅੰਮ੍ਰਿਤ ਵੇਲੇ ਜਾਗਣਾ, ਭਜਨ ਅਭਿਆਸ ਕਰਨਾ, ਫਿਰ ਸੰਤਾਂ ਦੇ ਨਾਲ ਆ ਕੇ ਹੀ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ, ਦਿੱਲੀ ਦੇ ਗਦਰ ਵਿਚ ਵੀ ਨਾਲ ਰਹਿ ਕੇ ਗਰੀਬ ਮਜਲੂਮਾਂ ਅਭਿਆਗਤਾਂ ਦੀ ਸਹਾਇਤਾ ਕੀਤੀ। ਛੁੱਟੀ ਦੇ ਸਮੇਂ ਇਕੱਠੇ ਹੀ ਕਾਜ਼ੀਆਂ ਨਗਰ ਆਏ। ਛੁੱਟੀ ਪੂਰੀ ਹੋਣ ਤੋਂ ਪਹਿਲਾਂ ਹੀ ਸੰਤਾਂ ਦੇ ਨਾਲ ਕਾਜ਼ੀਆਂ ਤੋਂ ਰਸਤੇ ਵਿਚ ਕਈ ਥਾਵਾਂ ਨੂੰ ਪਵਿੱਤਰ ਕਰਦੇ ਹੋਏ ਹੋਤੀ ਮਰਦਾਨ ਪਹੁੰਚੇ ਸਨ। ਫਿਰ ਜਦੋਂ ਸੰਤਾਂ ਨੇ ਨੌਕਰੀ ਛੱਡੀ, ਪਰਮੇਸ਼ਰ ਪਰਾਇਣ ਹੋਏ ਤਾਂ ਸੰਤ ਲਾਲ ਸਿੰਘ ਜੀ ਹੋਤੀ ਤੋਂ 4 ਮੀਲ ਕਲਪਾਣੀ ਦੇ ਕੰਢੇ ਸੰਤਾਂ ਨੂੰ ਪ੍ਰਸ਼ਾਦ ਪਹੁੰਚਾਉਂਦੇ। ਛੁੱਟੀ ਵਾਲੇ ਦਿਨ ਤੇ ਡਿਊਟੀ ਤੋਂ ਬਾਅਦ ਵਿਹਲੇ ਹੋ ਕੇ ਸੰਤਾਂ ਪਾਸ ਹੀ ਬੈਠਦੇ। ਜਦੋਂ ਪੈਨਸ਼ਨ ਹੋ ਗਈ ਫਿਰ ਤਾਂ ਆਪ ਪੱਕੇ ਹੀ ਸੰਤਾਂ ਦੇ ਪਾਸ ਆ ਕੇ ਰਹਿਣ ਲੱਗੇ। ਸੰਤਾਂ ਦਾ ਪ੍ਰਤਾਪ ਦੇਖ ਕੇ ਹੋਤੀ ਦੇ ਖਾਨ ਖਵਾਜਾ ਮੁਹੰਮਦ, ਜਿਸ ਦੇ ਨਾਮ ਤੇ ਉਸ ਦੇ ਪੁੱਤਰ ਅਕਬਕ ਖਾਨ ਨੇ ਹੋਤੀ ਸ਼ਹਿਰ ਖਵਾਜਾ ਗੰਜ ਬਾਜ਼ਾਰ ਦਾ ਨਾਮ ਰੱਖਿਆ। ਕਈ ਮੀਲਾਂ ਦਾ ਜੰਗਲ ਸੰਤਾਂ ਦੇ ਨਾਮ ਲਗਵਾ ਦਿੱਤਾ। ਇਸ ਵਿਚ ਡੇਰੇ ਦੀ ਜ਼ਮੀਨ ਤੋਂ ਗੁਫਾ ਤੱਕ ਦੀ ਸਾਰੀ ਧਰਤੀ ਸੀ, ਜਿਸ ਕਰਕੇ ਦੋਹਾਂ ਮਹਾਂਪੁਰਸ਼ਾਂ ਨੇ ਰਲ ਮਿਲ ਕੇ ਗੁਫਾ ਪੁੱਟੀਆਂ। ਖੂਹੀ ਲਗਵਾਈ, ਡੇਰੇ ਤੋਂ ਬਾਹਰ 3 ਮੀਲ ਗੁਫਾ ਤੱਕ ਤੇ ਇਧਰ ਡੇਰੇ ਤੋਂ ਸਟੇਸ਼ਨ ਤੱਕ ਭਾਈ ਲਾਲ ਸਿੰਘ ਜੀ ਨੇ ਸੜਕਾਂ ਬਣਵਾਈਆਂ, ਬੂਟੇ ਤੇ ਬ੍ਰਿਛ ਲਗਵਾਏ, ਲੰਗਰ ਦੀ ਸੇਵਾ ਤੇ ਡੇਰੇ ਦੇ ਪ੍ਰਬੰਧ ਨੂੰ ਸੰਭਾਲਣਾ, ਪੂਰਨ ਸ਼ਰਧਾਲੂ ਹੋ ਕੇ ਸੰਤਾਂ ਦਾ ਹੁਕਮ ਮੰਨਣਾ, ਜਿਵੇਂ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਵਿਚ ਸਿੱਖ ਦੀ ਅਵਸਥਾ ਕਥਨ ਕੀਤੀ ਹੈ, ਉਹ ਸਾਰੇ ਗੁਣ ਆਪ ਜੀ ਤੇ ਪੂਰਨ ਘਟਦੇ ਸਨ। ਅੰਗ 286। ਗੁਰ ਕੈ ਗ੍ਰਹ ਸੇਵਾ ਕੋ ਜੋ ਰਹੈ, ਗੁਰ ਕੀ ਆਗਿਆ ਮਨ ਮਹੇਸ ਹੈ, ਆਪਸ ਕੋ ਕਰ ਕਾਛੋ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ,
मन बेचै सत गुर कै पासे तेसो सेवक के कारज रासे सेवा करत होए नेह कामी तिस को होत प्रापते स्वामी। अते भाई गुरदास साहिब जी फरमांदे हन मुर्दा होए मुरीद न गली होवना साबर सिदक शहीद परम भौ खोवना गोला मुल खरीद कारे जोवना ना तेस भुख न नींद न खाना सोवना पीहण होए जदीद पानी ढोवना पखे दी तागीद पग मल धोवना सेवक होए संजीद न हसन रोवना दर दरवेस रसीद परम रस भोवना चंद मुमारक ईद पुग खलोवना चंद मुमारक ईद पुग खलोवना। एहो जेहे महापुरश दा हजूरी विच सजल नेत्रा दे हथ जोड़ खड़े होना ते मगर संगता दा आना दिल दी जाननहार दाते ने पुछया भाई लाल सिंह जी की गल है इधरों सेवकां दे गले चो कोई बचन नहीं निकलदा कंठ रुक रुक गया बाणी अस्त व्यस्त हो गई। फिर संता ने कहा संगत जी शरीर ता किसे दा भी सदा चिर नहीं रहा इस दे जान दा सियाने लोक सोग नहीं करदे तुसी इस समय साडे पासों जो जी चाहे मंगो गुरु नानक दे भंडारे विचों अकाल पुरख पासों तुहानू दिवा दिंदे हां। जदों सारी संगत ने एह वचन सुने ता मुखी सिखा ने हाथ जोड़ के अर्ज कीती महाराज संगत दी एहो ही मंग है आप कुछ समा होर दर्शन बख्शो। संता ने उत्तर दिता एह मंग ता अगम्मी हुकम विच है उस दाते दी रजा अमिट है। संगता दे प्रेरे संत लाल सिंह जी कहन लगे गरीब निवाज इना नियासरिया दा आसरा आप ही हो कृपा करके कटो कट दो साल होर दर्शन देवो। अपने प्रेमी ते अनिन सेवक दी बेनती सुन के संत चुप कर गए। सोचदे हन एक पासे रब्बी हुकम दा मोड़ना दूजे पासे खालक दी खलकत दा दिल ढाहना ते संगत दी बेनती ठुकराउणी जिस दे विच परमेश्वर दा वासा है बड़ी ढाडी परीख्या आ पई हुण की कीता जावे। परमेश्वर दा हुकम भी मनना जरूरी है अते संगत दा मान भी नहीं तोड़िया जा सकता। फिर इना ने अपने वास्ते नहीं परोपकार वास्ते बेनती कीती है पूरन गुरसिखा दी बेनती नू ता आप सतगुरु जी भी प्रवान करदे आए हन क्योंकि गुरु ता संगता दे अते परमेश्वर दे भगता दे अधीन है। यथा सब को तेरे वासे अगम अगोचरा तू भगता कै वासे भगता तान तेरा अथवा नामा कहै भगत वासे केसव अज हूं बाल के द्वार खरो। इना प्यारियां विच प्यारे दा वासा है इना दा निरादर प्यारे दा निरादर है। जे तो प्रिया दी सिख ही आओ न ठाहे कहीदा। इओ सोच बिमोचन सोचन लागै अपने प्यारियां दियां सोचां दूर करन वाले अज आप सोचां विच पै गए। उधरों संगत बड़ी शशो पंज विच है कि देखो हजूर दा की दरगाही हुकम हुंदा है साडे भागां दी प्रीख्या हो रही है चंगे हन जां मंदे अते अंतरजामी परमेश्वर जिस दा बिरद है प्रभ दास का दुख न खावे सक हे फड़ जूनी जुते। यथा पातशाही दसवीं संतन दुख पाए ते दुखी जिवें मां बच्चे नूं दुखी देखे ता उस दा भी दिल फड़िया जांदा है इसे तरह ਆਪਣਿਆਂ ਨੂੰ ਦੁਖੀ ਦੇਖ ਕੇ ਪਰਮੇਸ਼ਰ ਦਾ ਮਨ ਵੀ ਵਿਖੇਪਤਾ ਵਿਚ ਹੋ ਆਉਂਦਾ ਹੈ ਕਿਸੇ ਨਾ ਕਿਸੇ ਰੂਪ ਵਿਚ ਆ ਕੇ ਉਨ੍ਹਾਂ ਦਾ ਕਸ਼ਟ ਮੇਟਦਾ ਹੈ। ਰਾਜਕ ਦੀ
ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਨੂੰ ਅਗੰਮੀ ਹੁਕਮ ਹੁੰਦਾ ਹੈ। ਅਰਜ਼ੀ ਦਾਤੇ ਅਕਾਲ ਪੁਰਖ ਨੇ ਆਕਾਸ਼ ਬਾਣੀ ਕੀਤੀ। ਕਰਮ ਸਿੰਘ, ਕਰ ਇਨ੍ਹਾਂ ਵਿਚਾਰੇ ਗਰੀਬਾਂ ਤੇ ਤਰਸ। ਇਸੇ ਲਈ ਹੀ ਮੈਂ ਤੇਰਾ ਰੂਪ ਧਾਰ ਕੇ ਫੌਜੀ ਵਰਦੀ ਵਿੱਚ ਪਹਿਰੇ ਤੇ ਖੜਿਆ ਸਾਂ ਕਿ ਤੂੰ ਫੌਜ ਦੀ ਨੌਕਰੀ ਛੱਡ ਕੇ ਸੱਚੀ ਨੌਕਰੀ ਕਰੇ। ਖਲਕਤ ਦੀ ਸੇਵਾ ਕਰਨੀ ਮੇਰੀ ਸੇਵਾ ਹੈ, ਕੋਈ ਚਿੰਤਾ ਨਾ ਕਰ। ਜਿਵੇਂ ਮੈਂ ਤੈਨੂੰ ਆਪਣੇ ਸਿਮਰਨ ਵਿੱਚ ਲੀਨ ਤੱਕ ਕੇ ਆਪ ਆ ਕੇ ਤੇਰੀ ਥਾਂ ਪੂਰੀ ਕੀਤੀ ਸੀ, ਤੂੰ ਵੀ ਇਸ ਮਰਿਆਦਾ ਨੂੰ ਕਾਇਮ ਰੱਖ ਕੇ ਕਿਸੇ ਹੋਰ ਨੂੰ ਆਪਣੀ ਥਾਂ ਤੇ ਭੇਜ ਦੇ। ਇਹ ਅਗੰਮੀ ਝਲਕਾਰਾ ਤੇ ਆਕਾਸ਼ਬਾਣੀ ਸੁਣ ਕੇ ਹਾਰਤ ਹਾਰੇ ਦੇ ਨੇਤਰ ਖੁੱਲੇ ਤੇ ਆਖਿਆ, ਭਾਈ ਲਾਲ ਸਿੰਘ, ਇਹ ਨਿਆਸਰੇ ਨਹੀਂ, ਇਨ੍ਹਾਂ ਦਾ ਆਸਰਾ ਦੋ ਜਹਾਂ ਦਾ ਵਾਲੀ ਮੇਰਾ ਗੁਰੂ ਨਾਨਕ ਹੈ। ਇਹ ਗੁਰੂ ਵਾਲੇ ਹਨ, ਇਨ੍ਹਾਂ ਦਾ ਸਹਾਰਾ ਹੁਣ ਸਤਿਗੁਰੂ ਜੀ ਹਨ। ਨਿਆਸਰੇ ਤਾਂ ਗੁਰੂ ਤੋਂ ਬੇਮਖ ਤੇ ਨਿਗੁਰੇ ਹੁੰਦੇ ਹਨ, ਜਿਨ੍ਹਾਂ ਦੀ ਥਾਂ ਥਾਂ ਤੇ ਬੇਪਤੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਇੱਕ ਸ਼ਰਤ ਤੇ ਤੁਹਾਡੀ ਸਾਰਿਆਂ ਦੀ ਬੇਨਤੀ ਮੰਨੀ ਜਾ ਸਕਦੀ ਹੈ। ਇਹ ਹੈ ਭਾਈ ਲਾਲ ਸਿੰਘ ਜੀ, ਤੁਹਾਡੇ ਵਸ ਦੀ ਗੱਲ, ਕਿਉਂਕਿ ਮੈਨੂੰ ਆਪਣੇ ਮਾਲਕ ਦਾ ਹੁਕਮ ਹੈ, ਮੇਰਾ ਹਾਰੇ ਭਾਣਾ ਆਓ ਮੈਂ ਪਾਸ ਹੈ ਜੀਓ। ਸੋ ਸਾਈ ਵਾਲਿਓ, ਸਾਈ ਦੇ ਹੁਕਮ ਵਿੱਚ ਹੀ ਚੱਲਣ ਕਰਕੇ ਸੁਖ ਹੈ। ਮਹਾਂਪੁਰਸ਼ ਤੇ ਈਸ਼ਵਰੀ ਅਵਤਾਰ ਸੰਸਾਰ ਵਿੱਚ ਵਿਗੜੀ ਮਰਿਆਦਾ ਨੂੰ ਕਾਇਮ ਕਰਨ ਆਉਂਦੇ ਹਨ, ਵਿਗਾੜਦੇ ਨਹੀਂ। ਉਸ ਡਾਢੇ ਦੇ ਹੁਕਮ ਵਿੱਚ ਹੀ ਚੱਲਣਾ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸਾਡੀ ਆਯੂ ਤਾਂ ਸਿਰਫ 8 ਦਿਨ ਬਾਕੀ ਹੈ ਅਤੇ ਤੁਹਾਡੀ 2 ਸਾਲ ਤੇ 2 ਮਹੀਨੇ ਹੈ। ਹਾਂ, ਜੇਕਰ ਤੁਸੀਂ ਅੱਜ ਤੋਂ 8ਵੇਂ ਨੂੰ ਸਾਡੀ ਥਾਂ ਤੇ ਚਲੇ ਜਾਵੋ ਤਾਂ ਅਸੀਂ ਹੋਰ 2 ਸਾਲ ਤੇ 2 ਮਹੀਨੇ ਸੰਗਤ ਦੇ ਦਰਸ਼ਨ ਕਰ ਸਕਦੇ ਹਾਂ। ਦੁਨੀਆਂ ਦੇ ਲੋਕ ਆਪਣੀ ਜ਼ਿੰਦਗੀ ਵਾਸਤੇ, ਆਪਣੇ ਪਰਿਵਾਰ ਵਾਸਤੇ ਵੀ ਕੁਝ ਨਹੀਂ ਕਰਦੇ। ਚਾਹੇ ਕੋਈ ਕਿਤਨਾ ਵੀ ਦੁਖੀ ਜਾਂ ਗਰੀਬ ਹੈ, ਪਰ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਸਾਰੇ ਚਾਹੁੰਦੇ ਹਨ ਸਾਡਾ ਸਰੀਰ ਹੋਰ ਕੁਝ ਸਮਾਂ ਬਣਿਆ ਰਹੇ। ਦੇਹ ਨੂੰ ਰੱਖਣ ਵਾਸਤੇ ਕੁਸ਼ਤੇ ਖਾਂਦੇ, ਜਵਾਨ ਬਣਨ ਲਈ ਦਾੜੀ ਨੂੰ ਕਲਫਾਂ ਲਾਉਂਦੇ ਹਨ, ਪਰ ਮਰਿਆ ਕੋਈ ਨਹੀਂ ਲੋੜਦਾ। ਇਹ ਅੱਜ ਤੱਕ ਕਿਸੇ ਦਾ ਖਿਆਲ ਨਹੀਂ ਹੋਇਆ ਕਿ ਮੈਂ ਬਹੁਤ ਸਮਾਂ ਜਿਉ ਲਿਆ ਹੈ, ਹੁਣ ਮਰ ਜਾਵਾਂ। ਯਥਾ ਰਾਜੇ ਨ ਕੋਈ ਜੀਵਿਆ, ਪਹੁੰਚ ਨ ਚਲਿਆ ਕੋਈ। ਅੰਗ 1412। ਤਥਾ ਭਾਈ ਗੁਰਦਾਸ ਸਾਹਿਬ ਜੀ, ਰਾਜੇ ਨ ਕੋਈ ਜੀਵਿਆ, ਕੂੜੇ ਪਰਵਾਸੇ, ਪੀਰ ਮੁਰੀਦਾ ਪੈਰ ਹੜੀ, ਸੱਚੀ ਰਹ ਰਾਸੇ। ਫਿਰ ਵੀ ਸਮੇਂ ਅਨੁਸਾਰ ਕੋਈ ਟਿਕ ਨਹੀਂ ਸਕਦਾ। ਸਾਰੀ ਦੁਨੀਆ ਮਰਦੀ ਹੀ ਮਰਦੀ ਜਾਂਦੀ ਹੈ, ਪਰ ਕਿਸੇ ਨੂੰ ਸਹੀ ਅਰਥਾਂ ਵਿੱਚ ਮਰਨ ਦੀ ਜਾਂਚ ਨਹੀਂ। ਯਥਾ ਅੰਗ 1366। ਕਬੀਰ, ਮਰਤਾ ਮਰਤਾ ਜਗ ਮੂਆ, ਮਰ ਭੀ ਨ ਜਾਣਿਆ ਕੋਏ। ਜਿਨ੍ਹਾਂ ਨੂੰ ਮਰਨ ਦੀ ਜਾਂਚ ਆ ਗਈ, ਉਹ ਫਿਰ ਇਹ ਜਿਹੀ ਮਰਨੀ ਮਰਦੇ ਹਨ ਕਿ ਮੁੜ ਕੇ ਉਹਨਾਂ ਦਾ ਮਰਨਾ ਨਹੀਂ ਹੁੰਦਾ। ਐਸੇ ਮਰਨੇ ਜੋ ਮਰੈ, ਬਹੁਰੇ ਨ ਮਰਨਾ ਹੋਏ। ਅਥਵਾ ਐਸੇ ਮਰਹੋ ਜੇ ਬਹੁਰੇ ਨ ਮਰਨਾ। ਅੰਗ 327। ਐਸੀ ਮਰਨੀ ਕੌਣ ਮਰ ਸਕਦੇ ਹਨ? ਜਿਨ੍ਹਾਂ ਦੇ ਅੰਦਰੋਂ ਜਿਉਣ ਦੀ ਇੱਛਾ ਮੁੱਕ ਗਈ ਹੈ, ਉਹਨਾਂ ਦਾ ਨਿਸ਼ਚਾ ਹੈ ਜਿਤਨਾ ਚਿਰ ਜੀਵੇ ਦੇਸ਼ ਲਈ, ਜੋ ਕੁਝ ਕਰੇ ਕੌਮ ਲਈ, ਜੇ ਮਰੇ ਤਾਂ ਧਰਮ ਵਾਸਤੇ। ਉਹਨਾਂ ਦਾ ਮਰਨਾ ਪ੍ਰਵਾਨ ਹੈ। ਮਰਣੋ ਮੁਣਸਾ ਸੂਰਿਆ ਹੱਕ ਹੈ, ਜੇ ਹੋਏ ਮਰਹੇ ਪਰਵਾਣੋ। ਵਾਹ ਵਾਹ ਧੰਨ ਗੁਰੂ ਨਾਨਕ ਅਰਸ਼ੀ ਦਾਤਾ। ਕਬੀਰ, ਜਿਸ ਮਰਨੇ ਤੇ ਜਾਗੋ ਡਰੈ, ਮੇਰੇ ਮਨ ਆਨੰਦ।
ਅੰਗ 1365। ਦੁਨੀਆਂ ਤਾਂ ਮੌਤ ਤੋਂ ਡਰਦੀ ਹੈ, ਪਰ ਤੇਰੇ ਪਿਆਰਿਆਂ ਨੂੰ ਸੁਣ ਕੇ ਚਾਹ ਚੜਦਾ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦੀ ਮੌਤ ਦਾ ਸ਼ੋਕ ਨਹੀਂ ਕਰਨਾ ਚਾਹੀਦਾ। ਕਬੀਰ, ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਸੰਤਾਂ ਦੇ ਇਹ ਬਚਨ ਸੁਣ ਕੇ ਸੰਗਤ ਬੈੜੀ ਬੜੀ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਇਨ੍ਹਾਂ ਦੀ ਥਾਂ ਤੇ ਲਾਲ ਸਿੰਘ ਜੀ ਚਲੇ ਜਾਵਣ ਪਰ ਸੰਤ ਬਾਬਾ ਲਾਲ ਸਿੰਘ ਜੀ ਨੂੰ ਇਤਨੀ ਖੁਸ਼ੀ ਹੋਈ ਜਿਵੇਂ ਜਨਮ ਜਨਮ ਦੇ ਕੰਗਲੇ ਨੂੰ ਸਮੂਹ ਕਾਮਨਾ ਪੂਰੀਆਂ ਕਰਨ ਵਾਲਾ ਕਲਪ ਬ੍ਰਿਖ ਮਿਲ ਜਾਵੇ। ਉਨ੍ਹਾਂ ਨੇ ਹੱਥ ਜੋੜੇ ਚਰਨ ਚੁੰਮੇ ਅਰਜ਼ ਕੀਤੀ, ਦਾਤਾ ਧਨ ਹੋ ਆਪ ਤੇ ਧਨ ਪਾਗ ਹਨ ਹਮ ਮੇਰੇ। ਜੋ ਇਹ ਮਿੱਟੀ ਦੀ ਮੜੋਲੀ ਅੱਜ ਕਿਸੇ ਅਰਥ ਲੱਗ ਰਹੀ ਹੈ, ਨਹੀਂ ਤਾਂ ਇਹ ਦੇ ਪਸ਼ੂਆਂ ਨਾਲੋਂ ਵੀ ਮਾੜੀ ਹੈ। ਅੰਗ 870। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਪਰ ਆਪ ਜੀ ਨੇ ਤਰਸ ਕਰਕੇ ਇਹ ਅਮੋਲਕ ਸੇਵਾ ਦਾ ਸਮਾਂ ਬਖਸ਼ਿਆ ਹੈ। ਮੈਂ ਹਜ਼ੂਰ ਦਾ ਬਚਨ ਸਤ ਕਰਕੇ ਸਿਰ ਮੱਥੇ ਤੇ ਮੰਨਦਾ ਹਾਂ। ਆਪ ਮੇਰੇ ਸਮੇਤ ਸਾਰੀ ਸੰਗਤ ਤੇ ਕਿਰਪਾ ਕਰੋ। ਸੰਤ ਲਾਲ ਸਿੰਘ ਜੀ ਦੇ ਮੁਖੋਂ ਇਸ ਪ੍ਰਕਾਰ ਦੇ ਬਚਨ ਸੁਣ ਕੇ ਸਾਰੀ ਸੰਗਤ ਦੇ ਮੁਰਝਾਏ ਮਨ ਇਉਂ ਖਿੜ ਪਏ ਜਿਵੇਂ ਸਵੇਰ ਦੇ ਸੂਰਜ ਦੀ ਲਾਲੀ ਤੱਕ ਕੇ ਰਾਤਰੀ ਦੇ ਮੁੰਦੇ ਹੋਏ ਕਮਲ ਖਿੜਦੇ ਹਨ। ਫੇਰ ਕੀ ਸੀ, ਸਾਰੇ ਆਖਣ ਲੱਗੇ, ਧੰਨ ਬਾਬਾ ਲਾਲ ਸਿੰਘ ਜੀ, ਤੁਸੀਂ ਗੁਰੂ ਕੇ ਅਮੋਲਕ ਲਾਲ ਹੋ। ਲਾਲ ਸੱਚਮੁੱਚ ਕੀਮਤ ਵਾਲਾ ਹੁੰਦਾ ਹੈ। ਤੁਸੀਂ ਆਪਣਾ ਨਾਮ ਸਕਾਰਤ ਕੀਤਾ ਹੈ, ਤੁਹਾਨੂੰ ਭਗਤੀ ਤੇ ਬ੍ਰਹਮ ਗਿਆਨ ਦਾ ਲਾਲ ਰੰਗ ਚੜਿਆ ਹੈ। ਯਥਾ ਅੰਗ 808। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਅਥਵਾ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸਚੋ। ਸਤਵੇਂ ਪਾਤਸ਼ਾਹ ਜੀ ਦੇ ਸਮੇਂ ਕਰਤਾਰਪੁਰ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਜ਼ਿੰਦਾ ਕਰਨ ਵਾਸਤੇ ਪਰਉਪਕਾਰ ਲਈ ਭਾਈ ਭਗਤੂ ਦੇ ਛੋਟੇ ਪੁੱਤਰ ਭਾਈ ਜੀਵਨ ਨੇ ਆਪਣਾ ਸਰੀਰ ਅਰਪਿਆ ਸੀ। ਉਸ ਨੇ ਸਤਿਗੁਰਾਂ ਦੀ ਮਹਾਨ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ, ਪਰ ਅੱਜ ਤੁਸੀਂ ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਬਲਕਿ ਲੱਖਾਂ ਪ੍ਰਾਣੀਆਂ ਦੇ ਉੱਤੇ ਪਰਉਪਕਾਰ ਕਰ ਰਹੇ ਹੋ। ਸਾਡੀ ਇਹ ਇੱਕ ਰਸਨਾ ਤੁਹਾਡਾ ਜਸ ਨਹੀਂ ਕਰ ਸਕਦੀ। ਬਸ ਇਤਨਾ ਹੀ ਕਹਿਣਾ ਕਾਫੀ ਹੈ, ਸਾਧ ਕੀ ਮਹਿਮਾ ਬੇਦ ਨ ਜਾਣ ਹੈ। ਜਿਵੇਂ ਚੰਦਨ ਦੀ ਸੰਗਤ ਨਾਲ ਹਰ ਇੱਕ ਬ੍ਰਿਛ ਚੰਦਨ ਬਣ ਜਾਂਦਾ ਹੈ, ਤੁਸੀਂ ਵੀ ਬਾਬਾ ਜੀ ਦੀ ਸੰਗਤ ਕਰਕੇ ਪੂਰਨ ਮਹਾਂਪੁਰਸ਼ ਬਣ ਗਏ ਹੋ। ਇਉਂ ਸੰਗਤਾਂ ਦੀ ਬੇਨਤੀ ਪ੍ਰਵਾਨ ਹੋ ਗਈ। ਬਾਬਾ ਜੀ ਕੁਰਸੀ ਤੋਂ ਉੱਠੇ, ਚੰਪਾਨ ਵਿਚ ਬੈਠ ਕੇ ਗੁਫਾ ਵੱਲ ਚਲੇ ਗਏ। ਸੰਤ ਲਾਲ ਸਿੰਘ ਜੀ ਪ੍ਰਸੰਨ ਚਿੱਤ ਲੰਗਰ ਵਿਚ ਆਪਣੀ ਡਿਊਟੀ ਤੇ ਹਾਜ਼ਰ ਹੋਏ। ਸੰਗਤ ਘਰਾਂ ਨੂੰ ਵਾਪਸ ਮੁੜ ਆਈ। ਸਾਰੇ ਕਹਿੰਦੇ ਹਨ, ਧੰਨ ਬਾਬਾ ਲਾਲ ਸਿੰਘ ਜੀ। ਇਹ ਬਾਬਾ ਲਾਲ ਸਿੰਘ ਜੀ ਦੇ ਪਰਉਪਕਾਰ ਵਾਲੀ ਵਾਰਤਾ ਜੰਗਲ ਦੀ ਅੱਗ ਵਾਂਗ ਸਾਰੇ ਇਲਾਕੇ ਵਿਚ ਫੈਲ ਗਈ। ਸੰਸਾਰ ਦੀ ਰਚਨਾ ਹੀ ਇਹੋ ਜਿਹੀ ਹੈ, ਇਸ ਵਿਚ ਕਈ ਖਿਆਲਾਂ ਦੇ ਮਨੁੱਖ ਹਨ। ਤਦੇ ਹੀ ਗੁਰੂ ਨਾਨਕ ਨਿਰੰਕਾਰੀ ਦਾ ਹੁਕਮ ਹੈ, ਇਸ ਕਲਿਓ ਪੰਜ ਬੀਤਿਓ ਕਿਉਂ ਕਰ ਰੱਖਾ ਪਾਤੇ, ਜੇ ਬੋਲਾਂ ਤਾਂ ਆਖੀਐ ਬੜ ਬੜ ਕਰੈ ਬਹੁਤ, ਚੁੱਪ ਕਰਾਂ ਤਾਂ ਆਖੀਐ ਇਤ ਘੱਟ ਨਾਹੀ ਮਤ, ਜੇ ਬਹੇ ਰਹਾਂ ਤਾਂ ਆਖੀਐ ਬੈਠਾ ਸੱਥਰ ਘੱਤ, ਉੱਠ ਜਾਈ ਤਾਂ ਆਖੀਐ ਛਾਰ ਗਇਆ ਸਿਰ ਘੱਤ, ਜੇ ਕਰ ਨਿਵਾ ਤਾਂ ਆਖੀਐ ਡਰਦਾ ਕਰੇ ਭਗਤ, ਕਾਈ ਗੱਲ ਨ ਮੇਵਨੀ ਜਿੱਥੇ ਕੱਢਾ ਝੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੈ ਪਤ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਅਧਿਆਏ 38। ਇਸੇ ਤਰ੍ਹਾਂ ਕਈ ਸ਼ਰਧਾਲੂ ਤਾਂ ਬੜੇ ਹੈਰਾਨ ਸਨ ਕਿ ਧੰਨ ਹਨ ਇਹੋ ਜਿਹੇ ਮਹਾਂਪੁਰਸ਼ ਪਰਉਪਕਾਰ ਵਾਸਤੇ ਜੀ ਦਾਨ ਕਰਨ ਵਾਲੇ, ਅਤੇ ਕਈ ਅਸ਼ਰਧ ਕਹਿਣ ਲੱਗੇ, ਇਹ ਗੱਲ ਕਿਵੇਂ ਹੋ ਸਕਦੀ ਹੈ। ਆਪਣੀ ਮਹਿਮਾ ਵਡਿਆਈ ਕਰਾਉਣ ਵਾਸਤੇ ਇਹ ਗੱਲ ਲੋਕਾਂ ਵਿਚ ਫੈਲਾ ਦਿੱਤੀ, ਪਰ ਦੂਜੇ ਦੀ ਥਾਂ ਤੇ ਕੌਣ ਮਰਦਾ ਹੈ।
ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਪ੍ਰੇਮੀਆਂ ਤੇ ਅਸ਼ਰਧਕਾਂ ਦੀ ਆਪਸ ਵਿਚ ਦੋਹਾਂ ਪਾਸਿਆਂ ਤੋਂ ਖਿੱਚਾ ਖਿੱਚੀ ਵੱਧਦੀ ਹੀ ਗਈ। ਉਸੇ ਤਰ੍ਹਾਂ ਹਜ਼ੂਰ ਨੇਤਾ ਪ੍ਰਤੀ ਸੰਗਤ ਨੂੰ ਦਰਸ਼ਨ ਦੀਦਾਰ ਤੇ ਉਪਦੇਸ਼ ਦੇ ਕੇ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਸਨ। ਦਿਨ ਬੀਤਦਿਆਂ ਦੇਰ ਨਹੀਂ ਲੱਗਦੀ, ਸਮਾਂ ਆ ਪਹੁੰਚਾ, ਸਿਰਫ ਇੱਕੋ ਹੀ ਦਿਨ ਬਾਕੀ ਰਹਿ ਗਿਆ। ਇਸ ਗੱਲ ਦਾ ਨਿਰਣਾ ਕਰਨ ਵਾਸਤੇ ਦੂਰੋਂ ਦੂਰੋਂ ਪ੍ਰੇਮੀਆਂ ਦੇ ਜਥੇ ਆਏ। ਨੁਸ਼ਹਿਰਾ, ਪਿਸ਼ੌਰ, ਪੰਜਾ ਸਾਹਿਬ, ਰਾਵਲਪਿੰਡੀ ਤੇ ਹੋਰ ਇਲਾਕਿਆਂ ਦੀ ਸੰਗਤ ਪੁੱਜੀ। ਹੋਤੀ ਦਾ ਪਠਾਨ, ਖਵਾਜਾ ਮੁਹੰਮਦ ਖਾਂ ਤੇ ਹੋਰ ਬੇਅੰਤ ਮੁਸਲਮਾਨਾਂ ਦਾ ਇਕੱਠ ਹੋਇਆ। ਅੱਜ ਸੰਤ ਲਾਲ ਸਿੰਘ ਜੀ ਦੇ ਸਮਾਉਣ ਵਾਲਾ ਅੱਠਵਾਂ ਦਿਨ ਹੈ। ਸੰਤ ਲਾਲ ਸਿੰਘ ਜੀ ਦਾ ਗੁਰਪੁਰੀ ਪਿਆਨਾ। 1957 ਬਿਕਰਮੀ ਸੰਮਤ ਮੱਘਰ ਸੁਦੀ ਚੌਥ ਤਰੀਕ 12 ਮੱਘਰ ਦਿਨ ਐਤਵਾਰ ਹੋਣ ਕਰਕੇ ਡੇਰੇ ਦੇ ਅੰਦਰ ਬਾਹਰ ਸੰਗਤਾਂ ਦੀ ਬੇਅੰਤ ਗਹਿਮਾ ਗਹਿਮ ਹੈ। ਭਾਈ ਲਾਲ ਸਿੰਘ ਜੀ ਉਸੇ ਤਰ੍ਹਾਂ ਹੀ ਪਹਿਲਾਂ ਵਾਂਗੂ ਸਭਨਾਂ ਦੀ ਸੰਭਾਲ ਕਰਦੇ, ਲੰਗਰ ਵਰਤਾਉਂਦੇ ਤੇ ਛਕਾਉਂਦੇ ਹਨ, ਜਿਸ ਕਰਕੇ ਦੇਖਣ ਵਾਲੇ ਹੋਰ ਵੀ ਹੈਰਾਨ ਹਨ ਕਿ ਅੱਜ ਆਖਰੀ ਦਿਨ ਹੈ ਪਰ ਇਹਨਾਂ ਦਾ ਸਰੀਰ ਤਾਂ ਬਿਲਕੁਲ ਅਰੋਗ ਤੇ ਸਾਵਧਾਨ ਹੈ, ਇਹ ਗੱਲ ਕਿਵੇਂ ਹੋਵੇਗੀ। ਜਿਨ੍ਹਾਂ ਨੇ ਸੰਤ ਲਾਲ ਸਿੰਘ ਜੀ ਦਾ ਅੱਜ ਪਹਿਲੀ ਵਾਰ ਹੀ ਦਰਸ਼ਨ ਕੀਤਾ ਹੈ, ਉਹ ਦੂਜਿਆਂ ਤੋਂ ਪੁੱਛਦੇ ਹਨ ਕਿ ਕਿਹੜੇ ਬਾਬੇ ਹਨ ਜਿਨ੍ਹਾਂ ਨੇ ਅੱਜ ਪਰਲੋਕ ਨੂੰ ਜਾਣਾ ਹੈ। ਦੂਸਰੇ ਪ੍ਰੇਮੀ ਜੋ ਵਾਕਫ ਹਨ ਉਹ ਦੱਸਦੇ ਹਨ ਕਿ ਉਹ ਸਾਹਮਣੇ ਖੱਦਰ ਦੀ ਖਫਨੀ ਵਾਲੇ ਜੋ ਕਮਰ ਕੱਸਾ ਕਰੀ ਲੰਗਰ ਵਰਤਾ ਰਹੇ ਹਨ ਇਹੋ ਹੀ ਸੰਤ ਹਨ। ਇਧਰੋਂ ਅੰਤਰਜਾਮੀ ਦਾਤੇ ਨੇ ਇੱਕ ਦਿਨ ਪਹਿਲਾਂ ਹੀ ਖੁੱਲਾ ਲੰਗਰ ਤਿਆਰ ਕਰਨ ਦੀ ਆਗਿਆ ਦੇ ਦਿੱਤੀ ਹੈ। ਵੱਡੇ ਵੱਡੇ ਕੜਾਹੇ ਚਾੜੇ ਗਏ, ਸਾਰੀ ਰਾਤ ਪ੍ਰਸ਼ਾਦਾ ਪੱਕਦਾ ਰਿਹਾ, ਸਵੇਰੇ ਹੀ ਅਰਦਾਸ ਕਰਕੇ ਵਰਤਾਉਣਾ ਸ਼ੁਰੂ ਕਰਵਾ ਦਿੱਤਾ। ਦਿਨ ਦੇ 12 ਵਜ ਗਏ, ਦੁਪਹਿਰ ਦਾ ਲੰਗਰ ਸਭਨਾਂ ਨੇ ਛਕ ਲਿਆ, ਸੰਤਾਂ ਦਾ ਪ੍ਰਸ਼ਾਦ ਬਾਹਰ ਗੁਫਾ ਤੇ ਹੀ ਭੇਜ ਦਿੱਤਾ। ਲੰਗਰ ਛਕਣ ਤੋਂ ਬਾਅਦ ਬਾਹਰੋਂ ਆਈ ਹੋਈ ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨਾਂ ਨੂੰ ਗੁਫਾ ਵੱਲ ਚਲੀ ਗਈ। ਸੰਤ ਮਹਾਰਾਜ ਜੀ ਵੀ ਅੱਜ ਆਪਣੇ ਪਿਆਰੇ ਗੁਰੂ ਨਾਨਕ ਦੇ ਸਿੱਖ ਦਾ ਪਰਲੋਕ ਪਿਆਨਾ ਜਾਣ ਕੇ ਬਿਰਾਜੇ ਨਹੀਂ, ਛਪਰੀਆਂ ਤੋਂ ਬਾਹਰ ਖੁੱਲੀ ਜਗ੍ਹਾ ਤੇ ਸਜੇ ਸਭਨਾਂ ਨੂੰ ਦਰਸ਼ਨ ਬਖਸ਼ ਰਹੇ ਹਨ। ਇਧਰੋਂ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਭਾਈ ਲਾਲ ਸਿੰਘ ਜੀ ਵੀ ਕੇਸੀ ਇਸ਼ਨਾਨ ਕਰਕੇ ਨਵੀਂ ਪੁਸ਼ਾਕ ਪਹਿਨ ਕੇ ਬਾਬਾ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਗਏ। ਭਾਵਨਾ ਨਾਲ ਮੱਥਾ ਟੇਕਿਆ, ਚਰਨ ਤੂੜੀ ਮਸਤਕ ਨੂੰ ਲਾਈ, ਹੰਝੂਆਂ ਨਾਲ ਚਰਨ ਧੋ ਦਿੱਤੇ, ਜ਼ਿੰਦਗੀ ਵਿਚ ਹੋਈਆਂ ਭੁੱਲਾਂ ਦੀ ਖਿਮਾ ਮੰਗੀ, ਹੱਥ ਜੋੜ ਕੇ ਬੇਨਤੀ ਕੀਤੀ, ਦਾਤਾ ਸਾਡੇ ਗੁਨਾਹਾਂ ਵੱਲ ਨਾ ਤੱਕਣਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ ਕੀ ਰੇ ਹਮ ਥਾਪੇ। ਫਿਰ ਸੰਤਾਂ ਕਿਹਾ, ਲਾਲ ਸਿੰਘ ਜੀ ਤੁਸੀਂ ਗੁਰੂ ਕੇ ਲਾਲ ਹੋ, ਗੁਰੂ ਨਾਨਕ ਤੁਹਾਡੇ ਅੰਗ ਸੰਗ ਹੈ, ਤੁਸੀਂ ਆਪਣਾ ਜਨਮ ਮਰਨ ਮੇਟ ਲਿਆ, ਤੁਸੀਂ ਸਦੀਵੀ ਦੋਹਾਂ ਲੋਕਾਂ ਵਿਚ ਸਾਡੇ ਨਾਲ ਮਿਲੇ ਹੋ, ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾ ਹੈ। ਧੰਨ ਬਾਬਾ ਭਾਈ ਲਾਲ ਸਿੰਘ ਜੀ। ਇਉਂ ਸੰਤਾਂ ਨੇ ਬੜੇ ਵਰ ਦਿੱਤੇ। ਸ਼ਾਮ ਦੇ 4 ਵਜ ਗਏ। ਸਮਾਂ ਹੋਇਆ ਜਾਣ ਕੇ ਮਹਾਂਪੁਰਸ਼ਾਂ ਦੀ ਆਗਿਆ ਪਾ ਕੇ ਸਰੀਰ ਤੇ ਚਾਦਰਾ ਤਾਣ ਕੇ ਲੰਮੇ ਪੈ ਗਏ ਅਤੇ ਹਜ਼ੂਰ ਦਾ ਦਰਸ਼ਨ ਕਰਦੇ ਸੱਚਖੰਡ ਜਾ ਬਿਰਾਜੇ। ਜਿਵੇਂ ਪੱਕੀ ਕੁੰਜ ਨੂੰ ਸੱਪ ਤਿਆਗਦਾ ਹੈ, ਇਉਂ ਸਰੀਰ ਦੀ ਕੈਦ ਤੋਂ ਆਜ਼ਾਦ ਹੋ ਕੇ ਜੀਵ ਆਤਮਾ ਵਿਆਪਕ ਬ੍ਰਹਮ ਵਿਚ ਲੀਨ ਹੋ ਗਿਆ। ਧੰਨ ਬਾਬਾ ਲਾਲ ਸਿੰਘ ਜੀ। ਸੰਤਾਂ ਦੀ ਆਗਿਆ ਪਾ ਕੇ ਰਾਗੀਆਂ ਨੇ ਕੀਰਤਨ ਸ਼ੁਰੂ ਕਰ ਦਿੱਤਾ। ਮਾਰੂ ਮਹੱਲਾ ਪੰਜਵਾਂ, ਮਾਨ ਮੋਹ ਅਰ ਲੋਭ ਵਿਕਾਰਾ, ਬੀਓ ਚੀਤ ਨ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ, ਲਾ ਦੇ ਵੱਖਰ ਲੈ ਚਾਲਿਓ, ਸੇਵਕ ਕੀ ਓੜ ਕੇ ਨਿਭ ਹੀ ਪ੍ਰੀਤ,
जीवत साहेब सेवो अपना, चलते राखेओ चीत रहाओ, जैसी आज्ञा कीनी ठाकुर, तिस्ते मुख नहीं मोरियो। सहज आनंद रखियो गृह पीतर, उठ वाहु कौ दौरियो। आज्ञा महे भूख सोई कर सुखा, सोग हरख नहीं जान्यो। जो जो हुकम भयो साहिब का, सो माथे लै मान्यो। भयो कृपाल ठाकुर सेवक को, सवेरे हलत पलाता। धन सेवक सफल ओह आया, जेने नानक खसम पछाता। अंग हजार। इतने नू मर्दान छौनी तो फौजी बैंड ते होर देसी वाजे आ गए। नरसिंगे शहनाइया ते नफीरिया दी आवाज ने सबना दे अंदर वैराग पैदा कर दिता। सुंदर विमान तैयार कीता गया, उस विच शरीर नू विराजमान करके उपर सेहरे पाए गए। ढोलकी छैणिया नाल शब्द पढ़दी संगत ने अपने मोढ़िया ते विमान चुक लिया ते डेरे लिया के खुली थां ते अंगीठा तैयार कीता गया। शरीर नू रख के पहला सारिया ने श्री जपजी साहिब जी दा पाठ कीता, फिर अरदासा करके चंडा ला दिता। कीर्तन सोहले दा पाठ करके सारे प्रेमी गुरुद्वारे साहिब आ गए। सतगुरां नू सीस निवा के संगत हजूरी विच सज गई। वडहंस राग विचों अलाणिया दा पाठ करके कड़ा प्रसाद दी अरदास कीती गई। सबना ने देग लई अते सज्जल नेत्री सारे ही प्रेमी धन बाबा लाल सिंह जी कहंदे होए अपने घरां नू चले गए। इउं भाई गुरदास साहिब जी आखदे हन, गुरमुख जन्म सवार दरगह चलिया, सच्ची दरगह जाए सच्चा पिड़ मल्लिया। गुरमुख भोजन पाओ चाओ अलल्या, गुरमुख नेह चल चित न हले हल्या। गुरमुख सच अलाओ भली हूं भल्या, गुरमुख सदे जान आवन कल्या। तथा अंग 687। सफल सफल पई सफल यात्रा, आवन जान रहे मिले सादा। तथा तानो 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 जानो आया, जैसो प्रसाद सब जगत तराया। नोट, इना दे सेवकां विचों एक संत जीवन सिंह जी पूर्ण महापुरुष होए हन, जिना दे शिष्य निर्मल इतिहास दे लेखक संत दयाल सिंह जी लाहौर वाले होए हन। कांड चौथा। संगता नाल प्यार ते संत दोखियां दा प्रहार। होती डेरे तो कुछ को मीलां दे फासले ते एक कट्टड़ ख्यालां दे रंगड़ ते दे पठान जाति दे मुसलमाना दा पिंड है, जो बाबा जी दे दर्शना नू आउण वाली संगत नू बड़ा मखौल कर दे। गुरसिख प्रेमी दुखी ता हुंदे पर चुप करे रहंदे। इना हंकारी पठाना दी बुद्धि ते होर भी अज्ञानता दा पर्दा छाई गया। इना विचों एक कबीले दे तीन चार घर ता ऐसे ढीठ ते बेसमझ सन, जो शराबी कबाबी गुरनिंदक संत द्रोही ते होर भी बहुत सारे औगणा नाल भरपूर सन। संगता नू आउंदियां देख के, क्योंकि होती डेरे तो नू आउण दा रस्ता इसे पिंड विचों सी, इना दे गबरू मुंडिया ने मगर कुत्ते ला देने। जे किसी ने संगत विचों इना दे कुत्तियां नू मारना कूरना ता इना डांगा लै के लड़न वास्ते तैयार हो जाना। कई वारी ओ कुत्ते सिखां नू कट भी दिंदे। संतां पास भी खबर पुजी। पहला ता काफी समा संतां ने चुप धारण करी रखी, क्योंकि पापी पुरश दा बेड़ा भर के ही डुबिया करदा है।
ਪਰ ਜਦੋਂ ਇਨ੍ਹਾਂ ਨੇ ਅੱਤ ਹੀ ਚੁੱਕ ਲਈ ਤਾਂ ਸੰਤਾਂ ਨੇ ਇਨ੍ਹਾਂ ਦੇ ਪਿੰਡ ਸਮਝਾਉਣ ਵਾਸਤੇ ਕੁਝ ਪ੍ਰੇਮੀ ਭੇਜੇ ਕਿ ਗੁਰੂ ਪੀਰਾਂ ਨਾਲ ਅੜਨਾ ਚੰਗਾ ਨਹੀਂ, ਇਨ੍ਹਾਂ ਦੀ ਨਾਰਾਜ਼ਗੀ ਤਾਂ ਕੁਲਾਂ ਗਾਲ ਦਿੰਦੀ ਹੈ। ਜਿਵੇਂ ਦੁਰਭਾਸ਼ਾ ਰਿਖੀ ਦੇ ਸ਼ਰਾਪ ਨੇ ਯਾਦਵਾਂ ਦਾ ਨਾਸ਼ ਕਰ ਦਿੱਤਾ ਸੀ, ਪਰ ਇਹ ਫਿਰ ਵੀ ਨਾ ਟਲੇ। ਕਹਿਣ ਲੱਗੇ, ਇਹੋ ਜਿਹੀ ਸਿੱਖਿਆ ਕਾਫਰ ਹਿੰਦੂਆਂ ਨੂੰ ਸੁਣਾਓ, ਅਸੀਂ ਨਹੀਂ ਸੁਣਦੇ। ਜਦੋਂ ਇਹ ਸੰਗਤਾਂ ਨੂੰ ਸਤਾਉਣੋਂ ਨਾ ਹਟੇ, ਸੰਤਾਂ ਪਾਸ ਰੋਜ਼ ਹੀ ਪ੍ਰੇਮੀਆਂ ਦੀ ਸ਼ਿਕਾਇਤਾਂ ਪੁੱਜਣ ਤਾਂ ਸੰਤਾਂ ਹੁਕਮ ਕੀਤਾ, ਗੁਰਸਿੱਖੋ, ਜੋ ਦਸਵੀਂ ਦੇ ਭੰਡਾਰੇ ਚੋਂ ਬਹੁਤ ਸਾਰੀ ਮਠਿਆਈ ਬਚੀ ਪਈ ਹੈ, ਉਹ ਉਨ੍ਹਾਂ ਬੇਮੁਖ ਲੋਕਾਂ ਨੂੰ ਜੀ ਪ੍ਰਤੀ ਇੱਕ ਇੱਕ ਸੇਰ ਦੇ ਆਓ ਅਤੇ ਆਖਣਾ ਕਿ ਜੇਕਰ ਤੁਸੀਂ ਹੁਣ ਵੀ ਆਪਣੀ ਖੋਟੀ ਆਦਤ ਤੋਂ ਨਾ ਟਲੋਗੇ ਤਾਂ ਫਿਰ ਇਸ ਨੂੰ ਮਿਠਾਈ ਦੇ ਲਿਫਾਫੇ ਨਾ ਸਮਝੋ, ਤੁਹਾਡੇ ਵਾਸਤੇ ਮੌਤ ਦੇ ਵਰੰਟ ਜਾਂ ਅਜਰਾਇਲ ਆਦਿਕ ਫਰਿਸ਼ਤੇ ਹੀ ਆਏ ਹਨ। ਬਾਬਾ ਜੀ ਦੇ ਹੁਕਮ ਅਨੁਸਾਰ ਪ੍ਰੇਮੀ ਗੁਰਸਿੱਖਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜਦੋਂ ਇਨ੍ਹਾਂ ਨੂੰ ਮਿਠਿਆਈ ਦਿੱਤੀ ਤਾਂ ਇਹ ਹੋਰ ਵੀ ਮੱਛਰ ਗਏ ਕਿ ਇਹ ਕਾਫਰ ਹਿੰਦੂ ਸਾਥੋਂ ਡਰਦੇ ਹੋਏ ਸਾਨੂੰ ਮਿਠਾਈਆਂ ਭੇਜਦੇ ਹਨ। ਹਰ ਇੱਕ ਇਨਸਾਨ ਆਪਣੀ ਆਦਤ ਤੋਂ ਮਜਬੂਰ ਹੈ। ਇਨ੍ਹਾਂ ਨੇ ਵੀ ਸੰਤਾਂ ਦੇ ਬਚਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਸਿੱਖ ਵਾਪਸ ਆ ਗਏ, ਨਤੀਜਾ ਉਹੋ ਹੀ ਨਿਕਲਿਆ ਜੋ ਨਿਕਲਣਾ ਸੀ। ਅਰਸ਼ੀ ਹੁਕਮ ਹੈ, ਅੰਗ 316। ਸੋਖੋ ਨ ਪਾਇਆ ਨੇ ਮੁਗਦ ਨਰ ਸੰਤ ਨਾਲ ਕਹੰਦੇ। ਮਹਾਂਪੁਰਸ਼ਾਂ ਦੀ ਕਰੂਪੀ ਬਾਦਸ਼ਾਹ ਨੂੰ ਵੀ ਧੂਏ ਦਾ ਫਕੀਰ ਬਣਾ ਦਿੰਦੀ ਹੈ। ਦੇਵਨੇਤ ਨਾਲ ਇਹੋ ਜਿਹੀ ਬਿਮਾਰੀ ਪਈ, ਇਹ ਇੱਕ ਖਾਨਦਾਨ ਦੇ 80 ਜੀ ਸਨ, 3 ਮਹੀਨਿਆਂ ਵਿਚ ਸਾਰੇ ਸਮਾਪਤ ਹੋ ਗਏ। ਸਿਰਫ 1 ਸਾਲ ਦਾ ਬੱਚਾ ਖੁਦਾ ਬਖਸ਼ ਤੇ ਉਸ ਦੀ ਮਾਂ ਨੀਮਾ ਹੀ ਬਚੀ। ਉਹ ਵਿਚਾਰੀ ਬਿਪਤਾ ਦੀ ਮਾਰੀ ਪੜਦਿਆਂ ਵਿਚ ਰਹਿਣ ਵਾਲੀ ਨੰਗੇ ਪੈਰੀ ਦੁਖੀ ਹੋ ਕੇ ਡੇਰੇ ਪੁੱਜੀ। ਸਜੇ ਦੀਵਾਨ ਵਿਚ ਆਪਣਾ ਬੱਚਾ ਸੰਤਾਂ ਦੇ ਚਰਨੀ ਪਾ ਦਿੱਤਾ ਤੇ ਭੁੱਬਾ ਮਾਰ ਮਾਰ ਕੇ ਵਿਰਲਾਪ ਕਰਨ ਲੱਗੀ, ਦਾਤਾ ਜੀ ਮਿਹਰ ਕਰੋ, ਫਕੀਰ ਜੀ ਦਇਆ ਕਰੋ, ਆਪ ਜੀ ਹੁਣ ਮੇਰੇ ਨਿਮਾਣੀ ਤੇ ਤਰਸ ਕਰੋ। ਇਨ੍ਹਾਂ ਮੂਰਖ ਬੇਸਮਝਾਂ ਨੇ ਆਪਣੀ ਕੀਤੀ ਦਾ ਫਲ ਪਾ ਲਿਆ, ਇੱਕੋ ਇੱਕ ਜੀਵ ਬਾਕੀ ਰਹਿ ਗਿਆ, ਹੁਣ ਆਪ ਇਸ ਦੀ ਤਿੜ ਲੱਗੀ ਰਹਿਣ ਦਿਓ, ਹੁਣ ਤਾਂ ਤੁਹਾਡੇ ਚਰਨਾਂ ਵਿਚ ਲਿਆ ਧਰਿਆ ਹੈ, ਆਪ ਆਪਣਾ ਜਾਣ ਕੇ ਰੱਖਿਆ ਕਰੋ। ਇਸ ਦੇ ਵੱਡੇ 4 ਭਰਾ ਮਰ ਚੁੱਕੇ ਹਨ, ਜਿਨ੍ਹਾਂ ਦਾ ਮੈਨੂੰ ਬੜਾ ਭਾਰੀ ਦੁੱਖ ਹੈ। ਜਵਾਨ ਪੁੱਤ ਦੀ ਮੌਤ ਦਾ ਮਾਪਿਆਂ ਨੂੰ ਦੁੱਖ। ਸੁੱਕੇ ਬੁੱਲੋਂ ਸੁੱਕੀ ਜੀਭੋਂ ਸੁੱਕੇ ਸੰਘੋਂ ਹੂਕ ਉੱਠੀ, ਮਾਪਿਆਂ ਨੂੰ ਛੱਡ ਕੇ ਕਿੱਥੇ ਚੱਲਿਆ ਹੈ ਬੇਟਿਆ, ਭਾਗਾਂ ਦੇ ਹੇਟਿਆਂ ਤੇ ਖਾਕ ਵਿਚ ਲੇਟਿਆ, ਉਹ ਘਰਾਂ ਸੰਬੰਧੀਆਂ ਦੇ ਲਾਡਲੇ ਰੰਝੇਟਿਆ, ਸਾਨੂੰ ਨਾ ਸੀ ਪਤਾ ਕਿ ਕਸਾਈ ਕਾਲ ਛੁਰੀ ਲੈ ਕੇ ਚਾਹੁੰਦਾ ਹੈ ਨਾਮ ਤੇ ਨਿਸ਼ਾਨ ਤੇਰਾ ਮੇਟਿਆ, ਹਾਏ ਜਿਨ੍ਹਾਂ ਸੋਹਣੀਆਂ ਪੁਸ਼ਾਕਾਂ ਨਿਤ ਪਾਵਦੇ ਸਾਂ, ਕਿਵੇਂ ਦੇਖ ਸਕੀਏ ਉਹ ਕਫਨ ਚ ਲਪੇਟਿਆ, ਲਾਲ ਜਿੱਥੇ ਚੱਲਿਆ ਹੈ ਪਤਾ ਵੀ ਊ ਕਿਤੇ ਕੀਤਾ ਕੁਝ, ਕੈਸੀ ਹੈ ਉਹ ਜਗ੍ਹਾ ਪ੍ਰਬੰਧ ਕੀ ਗੁਜ਼ਾਰੇ ਦਾ, ਕੌਣ ਉੱਥੇ ਰੱਖੇਗਾ ਖਿਆਲ, ਹਾਏ ਅੱਠੇ ਪਹਿਰ ਨਿੱਕੀ ਨਿੱਕੀ ਚੀਜ਼ ਲਈ ਅਸਾਂ ਦੇ ਦੁਲਾਰੇ ਦਾ, ਚਿੱਠੀ ਨਹੀਂ ਜਾਣੀ ਤਾਰ ਖਬਰ ਨਾ ਆਣੀ ਕੋਈ, ਪਤਾ ਥੋ ਨਹੀਂ ਉਸ ਸਿੰਧ ਦੇ ਕਿਨਾਰੇ ਦਾ, ਹੀਰਿਆਂ ਕੀ ਕਦੀ ਵੀ ਨਾ ਦਿਸੇਗੀ ਸ਼ਕਲ ਤੇਰੀ, ਹਾਲ ਹੋਸੀ ਕੀ ਪਤਾ ਬੁੱਢੜੇ ਵਿਚਾਰੇ ਦਾ, ਸੋ ਪਹਿਲਾਂ ਪੈਦਾ ਹੋਣ ਸਮੇਂ ਫਿਰ ਪਾਲਣ ਸਮੇਂ, ਜੇ ਨਲੈਕ ਨਿਕਲ ਜਾਵੇ ਤਾਂ ਉਸ ਸਮੇਂ ਅਤੇ ਅੰਤ ਨੂੰ ਮੌਤ ਸਮੇਂ, ਪੁੱਤਰ ਦੁੱਖ ਰੂਪ ਹੈ, ਜਿਵੇਂ ਵਿਚਾਰ ਸਾਗਰ ਵਿਚ ਅੰਕਿਤ ਹੈ, ਕਰ ਵਿਚਾਰ ਜੋ ਦੇਖੀਏ ਪੁੱਤਰ ਅਤ ਦੁੱਖ ਰੂਪ,
ਸੁਖ ਚਾਹਤ ਜੋ ਪੁੱਤਰ ਤੇ ਸੋ ਮੁੱਢਣ ਕੇ ਭੂਪ। ਜੀ ਦਾਤਾ ਨੇ ਮੁਸਕਰਾ ਕੇ ਕਿਹਾ, ਚੰਗਾ, ਅੱਗੇ ਵਾਸਤੇ ਕਿਸੇ ਸਿੱਖ ਸਾਧ ਨੂੰ ਮਖੌਲ ਨਾ ਕਰਨਾ ਤੇ ਬੁਰਾ ਨਹੀਂ ਚਿਤਵਨਾ, ਜਾ ਲੈ ਜਾ, ਤੇਰੀ ਵੇਲ ਹਰੀ ਰਹੇਗੀ। ਸੰਤਾਂ ਪਾਸੋਂ ਇਹ ਅੰਮ੍ਰਿਤਮਈ ਬਚਨ ਸੁਣ ਕੇ ਉਹ ਪਠਾਣੀ ਮਾਈ ਪ੍ਰਸੰਨ ਚਿਤ ਮਹਾਂਪੁਰਸ਼ਾਂ ਦੀ ਆਗਿਆ ਪਾ ਕੇ ਘਰ ਆਈ ਤੇ ਚਾਵਾਂ ਨਾਲ ਲੜਕੇ ਦੀ ਪਾਲਣਾ ਕਰਨ ਲੱਗੀ। ਜਦੋਂ ਇਹ 15 ਸਾਲਾਂ ਦਾ ਹੋਇਆ ਤਾਂ ਸੰਗਤ ਉਸੇ ਤਰ੍ਹਾਂ ਇੱਥੋਂ ਲੰਘਦੀ ਸੀ। ਇੱਕ ਦਿਨ ਇਸ ਦੇ ਸ਼ਰੀਕਾਂ ਨੇ ਇਸ ਨੂੰ ਬੋਲੀ ਮਾਰੀ ਕਿ ਤੇਰੇ ਵੱਡਿਆਂ ਨੂੰ ਇਹਨਾਂ ਨੇ ਆਪਣੇ ਗੁਰੂ ਤੋਂ ਸਰਾਪ ਦਵਾ ਕੇ ਮਰਵਾ ਦਿੱਤਾ ਸੀ, ਤੂੰ ਨਲਾਇਕ ਹੈ, ਉਹਨਾਂ ਦਾ ਬਦਲਾ ਨਹੀਂ ਲੈਂਦਾ। ਇਹਨਾਂ ਦਾ ਖਿਆਲ ਸੀ ਇਹ ਵੀ ਮਰ ਜਾਵੇ, ਅਸੀਂ ਸਾਰੀ ਜਾਇਦਾਦ ਦੇ ਮਾਲਕ ਬਣ ਜਾਵਾਂਗੇ। ਇਹ ਅਣਜਾਣ ਸੀ, ਨਾਲੇ ਰੋਜ਼ ਦੀ ਖੋਟੀ ਸਿੱਖਿਆ ਨੇ ਤਾਂ ਪ੍ਰਹਿਲਾਦ ਦਾ ਮਨ ਵੀ ਵਿਗਾੜ ਦਿੱਤਾ ਸੀ। ਉਹ ਵੀ ਆਪਣੇ ਪਿਓ ਦਾ ਵੈਰ ਲੈਣ ਵਾਸਤੇ ਵਿਸ਼ਨੂੰ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਗਿਆ ਸੀ। ਇਸ ਨੂੰ ਵੀ ਪਠਾਣੀ ਅਣਖ ਜਾਗੀ ਤੇ ਸੰਗਤ ਮਗਰ ਕੁੱਤੇ ਲਾ ਦਿੱਤੇ, ਪਰ ਜਦੋਂ ਇਸ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਛੁਰਾ ਲੈ ਕੇ ਮਗਰ ਭੱਜੀ ਤੇ ਕਿਹਾ, ਜੇ ਤੂੰ ਗੁਰੂ ਪੀਰਾਂ ਦੇ ਬਚਨਾਂ ਨਾਲ ਹੀ ਮਰਨਾ ਹੈ ਤਾਂ ਲੈ, ਮੈਂ ਆਪਣੇ ਹੱਥੀ ਤੈਨੂੰ ਮਾਰ ਦੇਵਾਂ। ਲੜਕਾ ਦੌੜ ਗਿਆ, ਉਹ ਵਿਚਾਰੀ ਬੜੀ ਦੁਖੀ ਹੋਈ, ਡੇਰੇ ਆ ਕੇ ਸੰਤਾਂ ਪਾਸ ਰੋਈ, ਚਰਨ ਫੜ ਕੇ ਅਰਜ਼ ਕੀਤੀ, ਦਾਤਾ ਮਿਹਰ ਕਰੋ, ਖੋਟੀ ਸਿੱਖਿਆ ਨੇ ਮੁੰਡਾ ਵਿਗਾੜ ਦਿੱਤਾ ਹੈ। ਨਾਲਾਇਕ ਪੁੱਤਰ ਦਾ ਦੁੱਖ। ਲਿਖਿਆ ਸ਼ਾਸਤਰਾਂ ਵਿੱਚ ਹੈ ਪੁੱਤਰਾਂ ਦਾ ਚਾਰ ਭਾਂਤ ਦਾ ਦੁੱਖ ਸੰਸਾਰ ਹੋਣਾ। ਇੱਕ ਤਾਂ ਹੋਣਾ ਹੀ ਪੁੱਤਰ ਨਾ ਉਮਰ ਸਾਰੀ, ਦੂਜਾ ਜੰਮ ਕੇ ਜਗਤ ਤੋਂ ਪਾਰ ਹੋਣਾ, ਤੀਜਾ ਪੁੱਤ ਲੂਲਾ ਫੀਨਾ ਅੰਗ ਹੀਣਾ ਨੀਮ ਮੁਰਦਾ ਸਦੀ ਵੀ ਬਿਮਾਰ ਹੋਣਾ, ਚੌਥਾ ਨਿਕਲ ਆਉਣਾ ਪੁੱਤਰ ਚੌੜ ਚਾਨਣ ਸਾੜ ਹੱਡਾਂ ਦਾ ਮਹਾਂ ਬੁਰਿਆਰ ਹੋਣਾ। ਪਹਿਲੇ ਤਿੰਨ ਮਾਪੇ ਤਾਂ ਕਰ ਸਬਰ ਲੈਂਦੇ, ਚੌਥੇ ਮਾਪਿਆਂ ਦਾ ਬੁਰਾ ਹਾਲ ਰਹਿੰਦਾ, ਭਖਦਾ ਕੋਲਾ ਕਲੇਜੇ ਤੇ ਰਹੇ ਹਰਦਮ, ਸਵਾਸ ਸਵਾਸ ਰੋਂਦਾ ਵਾਲ ਵਾਲ ਰਹਿੰਦਾ। ਪਰ ਜਦੋਂ ਪੁੱਤਰ ਮਾਤਾ ਪਿਤਾ ਦੇ ਆਖੇ ਨਾ ਲੱਗੇ, ਨਿਤ ਦੇ ਉਲਾਂਬੇ ਆਉਣ ਤਾਂ ਮਾਪਿਆਂ ਦਾ ਹਿਰਦਾ ਬੜਾ ਦੁਖੀ ਹੁੰਦਾ ਹੈ। ਹੱਦੋਂ ਵੱਧ ਸੜ ਪੁਰਸ਼ ਇੱਕ ਕਹਿਣ ਲੱਗਾ, ਬੇਸ਼ੱਕ ਬੁਰਾ ਹੁੰਦਾ ਚੰਬਲ ਲੂਤ ਦਾ ਦੁੱਖ, ਬੇਸ਼ੱਕ ਦਿੱਕ ਦੇ ਸਿਲ ਵੀ ਬੁਰੇ ਹੁੰਦੇ, ਬੇਸ਼ੱਕ ਬੁਰਾ ਹੈ ਚੁੰਬੜੇ ਭੂਤ ਦਾ ਦੁੱਖ, ਬੇਸ਼ੱਕ ਬੁਰੇ ਨੇ ਹੈਜ਼ਾ ਪਲੇਗ ਦੋਵੇਂ, ਬੇਸ਼ੱਕ ਪਾਪੀ ਲਈ ਬੁਰਾ ਜਮਦੂਤ ਦਾ ਦੁੱਖ, ਬੇਸ਼ੱਕ ਬੁਰਾ ਕੰਗਾਲੀ ਦਾ ਕਸ਼ਟ ਭਾਰਾ, ਵਿਗੜੇ ਤਿਗੜੇ ਲਈ ਬੁਰਾ ਹੈ ਜੂਤ ਦਾ ਦੁੱਖ, ਬੇਸ਼ੱਕ ਔਤਰਾ ਹੋਣਾ ਹੈ ਬੜੀ ਬਿਪਤਾ, ਵੱਡਾ ਰੋਗ ਆਖਣ ਕੋੜ ਛੂਤ ਦਾ ਦੁੱਖ, ਐਪਰ ਦੋਹਾਂ ਜਹਾਨਾਂ ਦੇ ਦੁੱਖ ਨਾਲੋਂ ਸਭ ਤੋਂ ਵੱਡਾ ਹੈ ਯਾਰੋ ਕਪੂਤ ਦਾ ਦੁੱਖ। ਹਜ਼ੂਰ ਕਹਿਣ ਲੱਗੇ, ਸਾਨੂੰ ਸਾਰਾ ਪਤਾ ਹੈ, ਸ਼ਰੀਕਾਂ ਨੇ ਜ਼ਮੀਨ ਦਾ ਲਾਲਚ ਕਰਕੇ ਉਸ ਨੂੰ ਸਿਖਲਾਇਆ ਹੈ, ਪਰ ਹੁਣ ਇਹ ਨਹੀਂ ਮਰੇਗਾ, ਅਸੀਂ ਇਸ ਨੂੰ ਆਪਣਾ ਬਣਾ ਲਿਆ ਹੈ, ਹੁਣ ਚਾਹੇ ਕੋਈ ਕਿਤਨਾ ਵੀ ਸਿਖਾਏ ਇਸ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਮਾਂ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ, ਬੱਚੇ ਲਈ ਠੰਡੀ ਛਾਂ ਹੈ। ਦੂਸਰੀ ਇਸਤਰੀ ਜਾਂ ਪੁਰਸ਼ ਚੰਗੇ ਚੰਗੇ ਬਸਤਰ ਤੇ ਸੋਹਣੇ ਸੋਹਣੇ ਖਿਡਾਉਣੇ ਤੇ ਮਿਠਾਈਆਂ ਦੇ ਕੇ ਵੀ ਬੱਚੇ ਨੂੰ ਪ੍ਰਸੰਨ ਨਹੀਂ ਰੱਖ ਸਕਦੇ, ਜਿੰਨਾ ਕਿ ਉਹ ਆਪਣੀ ਮਾਂ ਦੀ ਹਿੱਕ ਨਾਲ ਲੱਗ ਕੇ ਆਨੰਦ ਮਾਣਦਾ ਹੈ। ਮਾਂ ਬੱਚੇ ਨੂੰ ਦੇਖ ਦੇਖ ਕੇ ਉਸ ਦੀਆਂ ਤੋਤਲੀਆਂ ਗੱਲਾਂ ਸੁਣ ਸੁਣ ਕੇ ਫੁੱਲੀ ਨਹੀਂ ਸਮਾਉਂਦੀ। ਬੱਚਾ ਵੀ ਜੇਕਰ ਪਲ ਭਰ ਲਈ ਮਾਂ ਤੋਂ ਦੂਰ ਹੋ ਜਾਵੇ ਤਾਂ ਰੋ ਰੋ ਕੇ ਤੂਫਾਨ ਲਿਆ ਦਿੰਦਾ ਹੈ। ਮਾਂ ਦਾ ਦਿਲ, ਮਾਵਾਂ ਠੰਡੀਆਂ ਛਾਵਾਂ, ਬੜੀ ਪ੍ਰਸੰਨ ਹੋਈ, ਮਾਨੋ ਮੁਰਦੇ ਦੇ ਮੂੰਹ ਵਿੱਚ ਅੰਮ੍ਰਿਤ ਪੈ ਗਿਆ। ਘਰ ਆਈ, ਬੜਾ ਪੁੰਨ ਦਾਨ ਕੀਤਾ, ਸੋਚਿਆ ਲੜਕੇ ਦਾ ਨਿਕਾਹ ਕਰ ਦੇਵਾਂ, ਸ਼ਾਇਦ ਕੁਝ ਸੁਧਰ ਜਾਵੇ। ਥੋੜੇ ਦਿਨਾਂ ਤੋਂ ਬਾਅਦ ਉਸ ਦਾ ਨਿਕਾਹ ਕਰ ਦਿੱਤਾ, ਪਰ ਫਿਰ ਵੀ ਉਸ ਦੇ ਅੰਦਰੋਂ ਕੁਸੰਗਤ ਦਾ ਅਸਰ ਦੂਰ ਨਹੀਂ ਹੋਇਆ। ਮਾਂ ਲੜਦੀ ਹੈ, ਘਰ ਵਾਲੀ ਸਮਝਾਉਂਦੀ ਹੈ, ਪਰ ਉਸ ਨੂੰ ਕਿਸੇ ਦੀ ਗੱਲ ਨਹੀਂ ਪਾਉਂਦੀ।
ਅਮੀਰ ਲੜਕਾ ਸੀ ਇੱਕ ਦਿਨ ਰੁੱਸ ਕੇ 500 ਰੁਪਏ ਲੈ ਕੇ ਘਰੋਂ ਨਿਕਲ ਗਿਆ ਤੇ ਕਲਕੱਤੇ ਚਲਾ ਗਿਆ। ਇੱਥੇ ਆ ਕੇ 3 ਮਹੀਨੇ ਫਿਰਦਾ ਰਿਹਾ। ਅਮੀਰ ਘਰਾਣੇ ਦਾ ਨੌਜਵਾਨ ਤੇ ਪਠਾਨ ਪੁੱਤਰ ਸੀ, ਕੰਮ ਕਦੇ ਕੀਤਾ ਨਹੀਂ ਸੀ। ਮਜ਼ਦੂਰੀ ਤੇ ਵਾਕਫੀ ਬਗੈਰ ਜਵਾਨ ਮੁੰਡੇ ਨੂੰ ਕੌਣ ਰੱਖਦਾ ਹੈ? ਕੋਲ ਵਾਲੀ ਪੂੰਜੀ ਮੁੱਕ ਗਈ, ਪ੍ਰਦੇਸ਼ਾਂ ਵਿਚ ਮਾਇਆ ਨਹੀਂ ਠਹਿਰਦੀ, ਜੇਬ ਖਾਲੀ ਹੋ ਗਈ, ਭੁੱਖਾ ਬਾਜ਼ਾਰਾਂ ਵਿਚ ਦੁਖੀ ਹੁੰਦਾ ਫਿਰ ਰਿਹਾ ਹੈ। ਇਧਰੋਂ ਮਾਂ ਦੀਆਂ ਆਂਦਰਾਂ ਭੁੱਜਦੀਆਂ ਹਨ, ਪਤੀ ਵਿਯੋਗ ਵਿਚ ਘਰਵਾਲੀ ਦਾ ਹਿਰਦਾ ਸੜਦਾ ਹੈ। ਖਬਰੇ ਕਿੱਥੇ ਹੈ, ਦੁਖੀ ਹੈ ਕਿ ਸੁਖੀ ਹੈ, ਭੁੱਖਾ ਹੈ ਕਿ ਰੱਜਿਆ, ਕੋਈ ਪਤਾ ਨਹੀਂ। ਇਥੋਂ ਤੱਕ ਫਿਕਰ ਹੋ ਗਿਆ ਕਿ ਉਹ ਜਿਉਂਦਾ ਵੀ ਹੈ ਕਿ ਨਹੀਂ। ਕੋਈ ਖਤ ਪੱਤਰ ਸੁਖ ਸੁਨੇਹਾ ਵੀ ਨਹੀਂ ਆਇਆ। ਬੱਚੇ ਵਾਸਤੇ ਮਾਂ ਦੀ ਕੁਰਬਾਨੀ। ਬੱਚੇ ਨੇ ਕੁਹਾੜਾ ਮਾਰ ਮਾਂ ਦਾ ਜੋਬਨ ਕੁੱਟ ਸੁੱਟਿਆ, ਉਸ ਦੇ ਰਸੀਲੇ ਨੈਣਾ ਦੇ ਡੋਰੇ ਧੋ ਸੁੱਟੇ, ਉਸ ਦੀ ਵਡਮੁੱਲੀ ਪੁਸ਼ਾਕ ਤੇ ਪਿਸ਼ਾਬ ਦੀ ਧਾਰ ਮਾਰੀ। ਪਰ ਮਾਂ ਹੈ ਕਿ ਹੁਸਨ ਜਵਾਨੀ ਤੇ ਸ਼ਿੰਗਾਰ ਕੁਰਬਾਨ ਕਰਕੇ ਬਿਗਸ ਰਹੀ ਹੈ। ਉਹ ਰਾਤ ਪਿਸ਼ਾਬ ਨਾਲ ਭਿੱਜੇ ਬਿਸਤਰੇ ਤੇ ਆਪ ਸੌਂਦੀ ਤੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਉਹ ਆਪਣੀ ਸੁੰਦਰਤਾ ਅਤੇ ਜੋਬਨ ਛਾਤੀਆਂ ਰਾਹੀਂ ਖੋਰ ਖੋਰ ਕੇ ਬੱਚੇ ਨੂੰ ਚੁੰਘਾਉਂਦੀ ਹੈ ਤੇ ਕੁਰਬਾਨੀ ਦੀ ਜਾਚ ਸਿਖਾਉਂਦੀ ਹੈ। ਇਸ ਪ੍ਰਕਾਰ ਗ੍ਰਹਿਸਥ ਦਾ ਆਰੰਭ ਹੀ ਕੁਰਬਾਨੀ ਤੋਂ ਤੁਰਦਾ ਹੈ ਅਤੇ ਉਸ ਦੇ ਨਾਲ ਨਾਲ ਹੀ ਕੁਰਬਾਨੀ ਦਾ ਸੁਭਾਅ ਵਧਦਾ ਹੈ। ਪਰ ਅਧੀਨ ਨੂੰ ਇਹ ਸੁਭਾਗ ਨਹੀਂ ਹੁੰਦਾ। ਮਾਂ ਬਣ ਕੇ ਤਾਂ ਇਸਤਰੀ ਦੀ ਪੁਜੀਸ਼ਨ ਬਹੁਤ ਉੱਚੀ ਹੋ ਜਾਂਦੀ ਹੈ। ਸਹੀ ਅਰਥਾਂ ਵਿਚ ਮਾਂ ਪੰਨਾ ਪਤਨੀ ਦੇ ਪ੍ਰਤੀਕ ਜੀਵਨ ਦਾ ਫਲ ਹੈ ਜੋ ਕੁਰਬਾਨੀ ਤੇ ਪਰਉਪਕਾਰ ਦੇ ਰਸਾਂ ਨਾਲ ਪੱਕਦਾ ਹੈ। ਅਖੀਰ ਨੂੰ ਦੋਵੇਂ ਸੱਸ ਨੂੰ ਦਾਤੇ ਦੇ ਦਰ ਤੇ ਪੁੱਜੀਆਂ, ਜਿੱਥੋਂ ਦੀ ਸੰਤਾਂ ਨੇ ਚੰਪਾਨ ਤੇ ਬੈਠ ਕੇ ਗੁਫਾ ਵੱਲ ਜਾਣਾ ਸੀ। ਮਾਂ ਰਾਹ ਵਿਚ ਝੋਲੀ ਅੱਡ ਕੇ ਖਲੋ ਗਈ, ਚੰਪਾਨ ਰੁਕਿਆ। ਇਹ ਅੱਗੇ ਵਧੀ, ਘਿਘਿਆ ਕੇ ਅਰਜ ਕੀਤੀ, ਹੇ ਅੱਲਾ ਦੇ ਨੂਰ ਪੀਰ ਜੀ, ਮੇਰੀ ਝੋਲੀ ਵਿਚ ਖੈਰ ਪਾਵੋ, ਮੇਰੇ ਲੱਖ ਤੇ ਜਿਗਰ ਨੂੰ ਪ੍ਰਦੇਸ਼ ਚੋਂ ਮੰਗਵਾ ਦੇਵੋ, ਮੇਰੇ ਤੇ ਤਰਸ ਕਰੋ, ਮੇਰਾ ਦੁਨੀਆਂ ਵਿਚ ਕੋਈ ਨਹੀਂ, ਮੈਂ ਪੁੱਤਰ ਵਿਯੋਗ ਵਿਚ ਫਕੀਰਨੀ ਬਣ ਜਾਵਾਂਗੀ। ਹਜ਼ੂਰ ਨੇ ਕੋਈ ਉੱਤਰ ਨਹੀਂ ਦਿੱਤਾ, ਮੁਸਕਰਾ ਕੇ ਅੱਗੇ ਚਲੇ ਗਏ। ਇਹ ਇਸ ਥਾਂ ਤੇ ਰੋਜ਼ ਆਉਂਦੀ ਅਤੇ ਝੋਲੀ ਅੱਡ ਕੇ ਬੇਨਤੀਆਂ ਕਰਦੀ, ਸੰਤ ਸੁਣ ਕੇ ਚੁੱਪ ਕਰ ਜਾਂਦੇ। ਜਦ ਇਸ ਨੂੰ ਆਉਂਦਿਆਂ 7ਵਾਂ ਦਿਨ ਹੋ ਗਿਆ, ਝੋਲੀ ਅੱਡੀ ਰਾਹ ਵਿਚ ਖੜੀ ਵਿਲਕ ਰਹੀ ਸੀ। ਅੱਜ ਬਾਬਾ ਜੀ ਚੰਪਾਨ ਤੇ ਨਹੀਂ, ਸਗੋਂ ਪੈਦਲ ਹੀ ਫੌਜੀ ਸਿੰਘਾਂ ਨਾਲ ਬਚਨ ਵਿਲਾਸ ਕਰਦੇ ਆ ਰਹੇ ਸਨ। ਇਹ ਅੱਗੇ ਵਧੀ, ਅਰਜ ਕੀਤੀ। ਹਜ਼ੂਰ ਨੇ ਮੁਸਕਰਾ ਕੇ ਆਖਿਆ, ਜਾ ਆਰਾਮ ਨਾਲ ਘਰ ਬੈਠ, ਅੱਜ ਤੋਂ ਚੌਥੇ ਨੂੰ ਤੇਰਾ ਪੁੱਤਰ ਆ ਜਾਵੇਗਾ। ਬਸ ਫਿਰ ਕੀ ਸੀ, ਮੇਹਰਾਂ ਦਾ ਮੀਂਹ ਪੈ ਗਿਆ, ਜਿਸ ਨਾਲ ਕਰਮਾਂ ਦੀ ਸੁੱਕੀ ਹੋਈ ਖੇਤੀ ਫਿਰ ਤੋਂ ਹਰੀ ਹੋ ਗਈ। ਸੰਤਾਂ ਦੀ ਰੂਹਾਨੀ ਸ਼ਕਤੀ। ਸੰਤ ਗੁਫਾ ਵਿਚ ਪੁੱਜੇ, ਸੇਵਾਦਾਰ ਨੂੰ ਆਖਿਆ, ਅੱਜ ਸਾਡਾ ਦੁਪਹਿਰ ਦਾ ਭੋਜਨ ਨਹੀਂ ਲਿਆਉਣਾ, ਨਾ ਹੀ ਸਾਨੂੰ ਕਿਸੇ ਨੇ ਬੁਲਾਉਣਾ, ਅਸੀਂ ਆਪੇ ਹੀ ਬਾਹਰ ਆ ਜਾਵਾਂਗੇ। ਇਉਂ ਆਖ ਕੇ ਅੰਦਰੋਂ ਕੁੰਡਾ ਮਾਰ ਕੇ ਗੁਫਾ ਵਿਚ ਬੈਠ ਗਏ ਤੇ ਆਪਣੀ ਰੂਹਾਨੀ ਸ਼ਕਤੀ ਨਾਲ ਕਲਕੱਤੇ ਪੁੱਜੇ। ਇਧਰੋਂ ਇਹ ਪਠਾਨ ਪੁੱਤਰ ਦੁਖੀ ਹੋਇਆ, ਢਿੱਡੋਂ ਭੁੱਖਾ ਬਾਜ਼ਾਰ ਵਿਚ ਫਿਰ ਰਿਹਾ ਸੀ। ਸੰਤ ਇਸ ਦੇ ਪਾਸ ਗਏ, ਸਾਰੀ ਵਾਰਤਾ ਪੁੱਛੀ। ਇਸ ਨੇ ਵੀ ਕੋਈ ਪੰਜਾਬੋ ਆਇਆ ਸਿੱਖ ਸਰਦਾਰ ਜਾਣ ਕੇ ਦੱਸਿਆ ਕਿ ਮੇਰੇ ਕੋਲੋਂ ਖਰਚ ਮੁੱਕ ਗਿਆ ਹੈ, ਨੌਕਰੀ ਕੋਈ ਮਿਲਦੀ ਨਹੀਂ, ਬੜਾ ਦੁਖੀ ਹਾਂ, ਇਸ ਵੇਲੇ ਵਾਪਸ ਜਾਣ ਲਈ ਵੀ ਭਾੜਾ ਨਹੀਂ, 3 ਦਿਨਾਂ ਦਾ ਭੁੱਖਾ ਬਾਜ਼ਾਰਾਂ ਵਿਚ ਘੁੰਮਦਾ ਹਾਂ। ਸੰਤਾਂ ਨੇ ਉਸ ਨੂੰ ਹੋਟਲ ਵਿਚ ਲਿਜਾ ਕੇ ਰੋਟੀ ਖਵਾਈ ਤੇ ਫਿਰ ਟਿਕਟ ਲੈ ਕੇ ਹਾਵੜਾ ਸਟੇਸ਼ਨ ਤੋਂ ਗੱਡੀ ਚ ਬਿਠਾਇਆ ਅਤੇ ਕਿਹਾ, ਸਿੱਧਾ ਘਰ ਜਾਵੀ, ਤੇਰੀ ਮਾਂ ਤੇ ਘਰਵਾਲੀ ਬੜੀਆਂ ਦੁਖੀ ਹਨ। ਇਉਂ ਇਸ ਨੂੰ ਗੱਡੀ ਵਿਚ ਬਿਠਾ ਕੇ ਸੰਤ ਜੀ ਵਾਪਸ ਆ ਗਏ। ਰਾਤ ਦੇ ਵਕਤ ਗੁਫਾ ਦਾ ਬੂਹਾ ਖੋਲਿਆ ਤੇ ਬਾਹਰ ਆ ਕੇ ਸੰਗਤ ਨੂੰ ਦਰਸ਼ਨ ਦਿੱਤਾ। ਇਧਰੋਂ ਇਹ ਵੀ ਚੌਥੇ ਦਿਨ ਆਪਣੇ ਘਰ ਆ ਗਿਆ।
ਪਰਿਵਾਰ ਵਿੱਚ ਬੜੀਆਂ ਖੁਸ਼ੀਆਂ ਹੋਈਆਂ, ਦਾਨ ਪੁੰਨ ਕੀਤਾ ਗਿਆ। ਫਿਰ ਮਾਂ ਨੇ ਇਸ ਨੂੰ ਆਪਣੇ ਨਾਲ ਲਿਆ ਤੇ ਆਖਿਆ, ਚੱਲ ਗੁਰੂ ਪੀਰ ਦੇ ਦਰ ਮੱਥਾ ਟੇਕੀਏ, ਜਿਨ੍ਹਾਂ ਦੀ ਕਿਰਪਾ ਨਾਲ ਤੇਰਾ ਮੂੰਹ ਦੇਖਿਆ ਹੈ। ਜਦੋਂ ਇਹ ਮੁੰਡਾ ਡੇਰੇ ਆਇਆ ਤਾਂ ਸੰਤਾਂ ਨੂੰ ਦੇਖ ਕੇ ਦੂਰੋਂ ਹੀ ਰੌਲਾ ਪਾਉਣ ਲੱਗ ਪਿਆ, ਅੰਮੀ ਅੰਮੀ, ਇਹ ਤਾਂ ਉਹ ਹੀ ਪੀਰ ਹਨ ਜਿਨ੍ਹਾਂ ਨੇ ਮੈਨੂੰ ਅੱਜ ਤੋਂ 4 ਦਿਨ ਪਹਿਲਾਂ ਕਲਕੱਤੇ ਹੋਟਲ ਵਿੱਚ ਰੋਟੀ ਖਵਾਈ ਤੇ ਟਿਕਟ ਲੈ ਕੇ ਹਾਵੜੇ ਸਟੇਸ਼ਨ ਤੋਂ ਗੱਡੀ ਚ ਬਿਠਾਇਆ ਸੀ। ਮਾਂ ਤਾਂ ਸਾਰੀ ਗੱਲ ਜਾਣਦੀ ਹੀ ਸੀ ਕਿ ਇਹਨਾਂ ਦੀ ਹੀ ਕਿਰਪਾ ਹੋਈ ਹੈ, ਇਹ ਵੀ ਵਾਰ ਵਾਰ ਆਖੀ ਜਾਵੇ। ਸੰਤਾਂ ਨੇ ਕਿਹਾ, ਅਨੇਕਾਂ ਹੀ ਮਨੁੱਖਾਂ ਦੀਆਂ ਸ਼ਕਲਾਂ ਆਪਸ ਵਿੱਚ ਮਿਲ ਜਾਂਦੀਆਂ ਹਨ, ਤੂੰ ਭੁੱਲਦਾ ਹੈ, ਅਸੀਂ ਨਹੀਂ ਕੋਈ ਹੋਰ ਹੋਵੇਗਾ। ਉਹ ਕਹਿੰਦਾ, ਜੀ ਨਹੀਂ, ਮੈਂ ਕੀ ਭੁੱਲਿਆ ਹਾਂ, ਤੁਸਾਂ ਆ ਆ ਗੱਲਾਂ ਮੈਨੂੰ ਆਖੀਆਂ ਸਨ, ਰੋਟੀ ਖਵਾਈ, ਭਾੜਾ ਦਿੱਤਾ। ਸੰਤ ਹੱਸ ਪਏ ਤੇ ਕਿਹਾ, ਚੰਗਾ ਬਈ ਤੇਰੀ ਮਰਜ਼ੀ। ਫਿਰ ਤਾਂ ਸਾਰੀ ਸੰਗਤ ਨੂੰ ਨਿਸ਼ਚਾ ਹੋ ਗਿਆ ਕਿ ਉਸ ਦਿਨ ਸੰਤਾਂ ਨੇ ਦੁਪਹਿਰ ਦਾ ਪ੍ਰਸ਼ਾਦ ਨਹੀਂ ਸੀ ਚੱਕਿਆ ਤੇ ਗੁਫਾ ਦਾ ਬੂਹਾ ਵੀ ਬੰਦ ਰੱਖਿਆ ਸੀ। ਉਸ ਸਮੇਂ ਕਲਕੱਤੇ ਗਏ ਸਨ ਸਾਰੇ ਆਖਣ, ਧੰਨ ਬਾਬਾ ਕਰਮ ਸਿੰਘ ਜੀ, ਅੱਗੇ ਵਾਸਤੇ ਉਹ ਪਠਾਣ ਬੱਚਾ ਵੀ ਸੰਤਾਂ ਦਾ ਸ਼ਰਧਾਲੂ ਤੇ ਡੇਰੇ ਦਾ ਸੇਵਾਦਾਰ ਬਣ ਗਿਆ। ਸਰਬੱਤ ਦਾ ਭਲਾ। ਇੱਕ ਸਮੇਂ ਇਸ ਇਲਾਕੇ ਵਿੱਚ ਪੰਜਾਬ ਤੋਂ ਜਲਸਾ ਕਰਨ ਵਾਲੇ ਨਚਾਰ ਆ ਗਏ। ਕੁਝ ਦਿਨ ਤਾਂ ਉਹ ਆਪਣਾ ਗਾਉਣਾ ਵਜਾਉਣਾ ਕਰਦੇ ਰਹੇ। ਬਹੁਤ ਸਾਰੇ ਬੇਸਮਝ ਲੋਕ ਤੇ ਗੱਭਰੂ ਮੁੰਡੇ ਜਾ ਕੇ ਸੁਣਦੇ ਸਨ, ਜਿਨ੍ਹਾਂ ਦੀਆਂ ਜ਼ਿੰਦਗੀਆਂ ਤੇ ਬੁਰਾ ਅਸਰ ਪੈਂਦਾ ਸੀ। ਉਨ੍ਹਾਂ ਨੂੰ ਪੈਸੇ ਦੇਣੇ, ਸ਼ਰਾਬਾਂ ਪੀਣੀਆਂ ਤੇ ਸਾਰੀ ਰਾਤ ਗੰਦੀਆਂ ਬੋਲੀਆਂ ਪਾਉਣੀਆਂ, ਸੁਣਾਉਣੀਆਂ ਤੇ ਲੋਕਾਂ ਨੂੰ ਤੰਗ ਕਰਨਾ। ਸੰਤਾਂ ਪਾਸ ਵੀ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਮਹਾਰਾਜ ਇਹ ਸਾਰੀ ਰਾਤ ਦਾ ਗੰਦ ਬਕਦੇ ਰਹਿੰਦੇ ਹਨ, ਪਹਿਲੀ ਰਾਤ ਤਾਂ ਸੌਣ ਹੀ ਨਹੀਂ ਦਿੰਦੇ, ਫਿਰ ਇਤਨੇ ਨੂੰ ਜਾਗਣ ਦਾ ਟਾਈਮ ਹੋ ਜਾਂਦਾ ਹੈ। ਸੰਤ ਸੁਣ ਕੇ ਮੁਸਕਰਾ ਪਏ ਤੇ ਫਿਰ ਚੁੱਪ ਹੋਏ। ਦੇਵ ਨੇਤ ਨਾਲ ਜੋ ਉਨ੍ਹਾਂ ਦਾ ਮੁਖੀ ਨਾਚਾ ਸੀ ਉਸ ਦਾ ਗਲਾ ਬੈਠ ਗਿਆ। ਭਾਵੇਂ ਆਪਣੇ ਖਿਆਲਾਂ ਮੁਤਾਬਕ ਬੜੇ ਇਲਾਜ ਵੀ ਕੀਤੇ ਪਰ ਕੋਈ ਫਰਕ ਨਾ ਪਿਆ। ਕਿਸੇ ਨੇ ਦੱਸਿਆ ਕਿ ਇੱਥੇ ਨਜ਼ਦੀਕ ਹੀ ਅੱਲਾ ਦਾ ਪਿਆਰਾ ਪੂਰਨ ਫਕੀਰ ਰਹਿੰਦਾ ਹੈ, ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਤੇ ਉਸ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ। ਤੂੰ ਵੀ ਜਾ ਕੇ ਉਸ ਦਰਵੇਸ਼ ਦੀਆਂ ਅਸੀਸਾਂ ਲੈ, ਤੇਰਾ ਵੀ ਗਲਾ ਠੀਕ ਹੋ ਜਾਵੇਗਾ। ਇਹ ਸੁਣ ਕੇ ਉਹ ਨਚਾਰ ਬੜਾ ਸ਼ਰਮਾਉਂਦਾ ਹੋਇਆ ਕਹਿਣ ਲੱਗਾ ਕਿ ਗੁਰੂ ਪੀਰਾਂ ਦੇ ਪਾਸ ਇਹੋ ਜਿਹੇ ਬਚਨ ਕਹਿਣੇ ਤੇ ਵਰ ਮੰਗਣੇ ਇਹ ਕਿਵੇਂ ਹੋ ਸਕਦਾ ਹੈ। ਲੋਕਾਂ ਨੇ ਕਿਹਾ, ਤੂੰ ਕੋਈ ਖਿਆਲ ਨਾ ਕਰ, ਉਹਨਾਂ ਦੇ ਦਰ ਤੇ ਤਾਂ ਅਮੀਰ ਗਰੀਬ, ਹਿੰਦੂ ਮੁਸਲਮਾਨ, ਪਾਪੀ ਪੁੰਨੀ, ਪਾਤਸ਼ਾਹ ਤੇ ਕੰਗਾਲ ਸਭ ਇੱਕੋ ਹਨ। ਉਹ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਜੀ ਦੇ ਪਿਆਰੇ ਹਨ। ਅਖੀਰ ਨੂੰ ਬਹੁਤਿਆਂ ਦਾ ਪ੍ਰੇਰਿਆ ਹੋਇਆ ਉਹ ਨਚਾਰ ਮਰਦਾਵੇ ਬਸਤਰ ਪਾ ਕੇ ਸੰਤਾਂ ਦੇ ਡੇਰੇ ਸਜੇ ਦੀਵਾਨ ਵਿੱਚ ਹਾਜ਼ਰ ਹੋਇਆ ਤੇ ਮੱਥਾ ਟੇਕ ਕੇ ਦੂਰ ਹੀ ਖਲੋ ਗਿਆ। ਸਭ ਦੇ ਰਹਿਬਰ ਅੰਤਰਜਾਮੀ ਦਾਤੇ ਨੇ ਪੁੱਛਿਆ, ਕੀ ਗੱਲ ਹੈ? ਉਸਨੇ ਦੂਰੋਂ ਹੀ ਅਰਜ ਕੀਤੀ, ਦਾਤਾ ਇੱਕ ਬੇਨਤੀ ਕਰਨ ਆਇਆ ਹਾਂ, ਪਰ ਜੇਕਰ ਆਪ ਇਕੱਲੇ ਹੋ ਕੇ ਸੁਣੋ। ਮੈਨੂੰ ਸਾਰਿਆਂ ਵਿੱਚ ਦੱਸਦਿਆਂ ਸ਼ਰਮ ਆਉਂਦੀ ਹੈ। ਬਾਬਾ ਜੀ ਕਹਿਣ ਲੱਗੇ, ਗੁਰੂ ਪੀਰਾਂ ਪਾਸੋਂ ਸੰਗੀ ਦਾ ਨਹੀਂ, ਸੰਗਤ ਗੁਰੂ ਦਾ ਰੂਪ ਹੈ, ਤੂੰ ਇਨ੍ਹਾਂ ਦੇ ਸਾਹਮਣੇ ਹੀ ਆਪਣੀ ਅਰਜ ਕਰ, ਗੁਰੂ ਨਾਨਕ ਭਲੀ ਕਰਨਗੇ। ਉਸਨੇ ਡਰਦਿਆਂ ਤੇ ਸੰਗਦਿਆਂ ਬੇਨਤੀ ਕੀਤੀ, ਮਹਾਰਾਜ ਮੇਰੀ ਰੋਜੀ ਬੰਦ ਹੋ ਗਈ ਹੈ, ਆਪ ਮੇਰੇ ਤੇ ਕਿਰਪਾ ਕਰੋ। ਸੰਤਾਂ ਨੇ ਉੱਤਰ ਦਿੱਤਾ, ਇਹ ਕਿਵੇਂ ਹੋ ਸਕਦਾ ਹੈ? ਰੋਜੀ ਤਾਂ ਪਰਮੇਸ਼ਰ ਕਿਸੇ ਦੀ ਵੀ ਬੰਦ ਨਹੀਂ ਕਰਦਾ, ਪੱਥਰ ਦੇ ਕੀੜੇ ਨੂੰ ਵੀ ਪਾਲਦਾ ਹੈ। ਹੱਥਾਂ ਪੈਰਾਂ ਤੋਂ ਬਿਨਾਂ ਜੋ ਪੰਛੀ ਹਨ ਉਹ ਵੀ ਉਸ ਦਾ ਦਿੱਤਾ ਖਾਂਦੇ ਹਨ। ਤੂੰ ਤਾਂ ਫਿਰ ਮਨੁੱਖ ਹੈ, ਕੋਈ ਕਿਰਤ ਕਮਾਈ ਕਰ ਸਕਦਾ ਹੈ। ਉਸਨੇ ਫਿਰ ਹੱਥ ਜੋੜੇ ਤੇ ਕਿਹਾ, ਮਹਾਰਾਜ ਮੈਂ ਹੋਰ ਕੋਈ ਕੰਮ ਨਹੀਂ ਜਾਣਦਾ, ਕੇਵਲ ਗਾ ਵਜਾ ਕੇ ਹੀ ਆਪਣੀ ਉਪਜੀਵਿਕਾ ਚਲਾਉਂਦਾ ਹਾਂ।
ਦੋ ਤਿੰਨ ਦਿਨ ਤੋਂ ਹੋ ਗਏ ਗਲਾ ਬੈਠ ਗਿਆ ਹੈ, ਹੁਣ ਉਹ ਵੀ ਬੰਦ ਹੋ ਗਈ। ਆਪ ਕਿਰਪਾ ਕਰੋ ਗਲਾ ਠੀਕ ਹੋ ਜਾਵੇ ਤੇ ਮੇਰੀ ਰੋਜੀ ਰੋਟੀ ਚੱਲ ਪਵੇ। ਜਦੋਂ ਇਸ ਸੱਚ ਦੀ ਦੁਕਾਨ ਤੇ ਆ ਕੇ ਸੰਸਾਰੀ ਪ੍ਰੀਤਾਂ ਦੇ ਵਣਜਾਰੇ ਨੇ ਅਸਚਰਜ ਮੰਗ ਮੰਗੀ ਤਾਂ ਸੰਤ ਜੀ ਮਹਾਰਾਜ ਬੜੇ ਹੱਸੇ ਤੇ ਕਿਹਾ, ਬਈ ਕਸਤੂਰੀ ਵੇਚਣ ਵਾਲੇ ਪਾਸ ਲਾਲ ਮਿਰਚਾਂ ਨਹੀਂ ਹੁੰਦੀਆਂ, ਗਾਂਧੀ ਦੀ ਦੁਕਾਨ ਤੋਂ ਗਾਜਰਾਂ ਮੂਲੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਇਹ ਸੰਤਾਂ ਦਾ ਦਰ ਹੈ, ਭਜਨ ਸਿਮਰਨ ਦੀ ਸੱਚੀ ਹੱਟ ਹੈ। ਇੱਥੇ ਤਾਂ ਕੋਈ ਨਾਮ ਦਾ ਗਾਹਕ ਸਰਬੰਸ ਦੀ ਪੂੰਜੀ ਅਰਪ ਕੇ ਹੀ ਇਹ ਮਹਿੰਗਾ ਸੌਦਾ ਖਰੀਦਦਾ ਹੈ। ਉਸਨੇ ਫਿਰ ਹੱਥ ਜੋੜੇ ਤੇ ਅਰਜ ਕੀਤੀ, ਦਾਤਾ ਮੈਂ ਤਾਂ ਬੜੀਆਂ ਸਿਫਤਾਂ ਸੁਣ ਕੇ ਆਇਆ ਹਾਂ, ਹੁਣ ਆਪ ਮੈਨੂੰ ਖਾਲੀ ਨਾ ਮੋੜੋ, ਤਰਸ ਕਰੋ। ਮੇਰੇ ਵਰਗੇ ਪਾਪੀਆਂ ਦਾ ਬੇੜਾ ਆਪ ਤੇ ਬਿਨਾਂ ਕੌਣ ਪਾਰ ਕਰੇਗਾ। ਸੰਤਾਂ ਨੇ ਵਿਚਾਰਿਆ ਕਿ ਜੇਕਰ ਭੂਮੀਆ ਚੋਰ ਗੁਰੂ ਨਾਨਕ ਨੂੰ ਮਿਲਿਆ ਤਾਂ ਉਨ੍ਹਾਂ ਨੇ ਉਸ ਨੂੰ ਦੁਰਕਾਰਿਆ ਨਹੀਂ, ਚੋਰੀ ਛੱਡਣ ਦਾ ਹੁਕਮ ਵੀ ਨਹੀਂ ਦਿੱਤਾ, ਪਰ ਤਰੀਕੇ ਨਾਲ ਚਾਰ ਗੱਲਾਂ ਦੱਸ ਕੇ ਉਸ ਦੀ ਚੋਰੀ ਛੁਡਵਾ ਦਿੱਤੀ ਕਿ ਚੋਰੀ ਕਰ ਪਰ ਗਰੀਬ ਦੀ ਨਾ ਕਰੀ, ਲੂਣ ਖਾ ਕੇ ਕਿਸੇ ਦਾ ਬੁਰਾ ਨਾ ਮੰਗੀ, ਸਦਾ ਸੱਚ ਬੋਲੀ ਤੇ ਗਰੀਬ ਦੀ ਰੱਖਿਆ ਕਰੀ। ਇਹ ਗੁਰੂ ਨਾਨਕ ਦੇਵ ਜੀ ਦੇ ਚਾਰੇ ਹੀ ਬਚਨ ਭੂਮੀਏ ਚੋਰ ਨੂੰ ਤਾਰ ਗਏ ਅਤੇ ਉਹ ਸੱਚਾ ਸੰਤ ਬਣ ਗਿਆ। ਇਹ ਵੀ ਉਸੇ ਗੁਰੂ ਨਾਨਕ ਦਾ ਦਰ ਹੈ, ਸੰਤਾਂ ਦੇ ਦਰ ਤੇ ਆ ਕੇ ਕੋਈ ਖਾਲੀ ਮੁੜੇ ਇਹ ਗੱਲ ਸੋਭਦੀ ਨਹੀਂ, ਕਿਉਂਕਿ ਇਨ੍ਹਾਂ ਚੌਹਾਂ ਗੱਲਾਂ ਨੂੰ ਕਹਿੰਦਿਆਂ ਸੰਤਾਂ ਦੀ ਜੀਵ ਲਜਿਆਵਨ ਹੁੰਦੀ ਹੈ। ਜਿਵੇਂ ਪੰਡਿਤ ਹਰਦਿਆਲ ਜੀ ਸਾਰ ਕੁਤਾਵਲੀ ਵਿੱਚ ਕਥਨ ਕਰਦੇ ਹਨ, ਸਵੈ ਗੁਣ ਦੋਖ ਪਰ ਜਾਚਨਾ ਅਰਥੀ ਵਿਅਰਥ ਭਜੰਤ, ਇਹਨਾਂ ਚਾਰੋ ਕੇ ਕਹਿਣ ਮੈਂ ਸੰਤਨ ਜੀਵ ਲਜੰਤ। ਅਧਿਆਇ 11। ਆਪਣੇ ਗੁਣ ਪਰਾਏ ਦੇ ਔਗੁਣ, ਦਰ ਤੇ ਆਏ ਸਵਾਲੀ ਨੂੰ ਖਾਲੀ ਮੋੜਨਾ ਤੇ ਕਿਸੇ ਪਾਸੋਂ ਕੁਝ ਮੰਗਣਾ, ਇਉਂ ਜਾਣ ਕੇ ਬਾਬਾ ਜੀ ਕਹਿਣ ਲੱਗੇ ਕਿ ਜੇ ਤੂੰ ਰਾਜ਼ੀ ਹੋਣਾ ਚਾਹੁੰਦਾ ਹੈ ਤਾਂ ਇਹ ਨਿਯਮ ਕਰ ਕਿ ਅੱਗੇ ਵਾਸਤੇ ਕੋਈ ਗੰਦੀ ਬੋਲੀ ਨਾ ਪਾਵੀਂ, ਚੰਗੀ ਸਿੱਖਿਆ ਦਾ ਇੱਕ ਪਾਵੀਂ, ਜਾ ਤੇਰਾ ਗਲਾ ਠੀਕ ਹੋ ਜਾਵੇਗਾ ਤੇ ਦੁਨੀਆ ਵੀ ਤੈਨੂੰ ਪਹਿਲਾਂ ਨਾਲੋਂ ਬਹੁਤੀ ਮਾਇਆ ਦੇਵੇਗੀ। ਸੰਤਾਂ ਦੀ ਪਾਵਨ ਰਸਨਾ ਤੋਂ ਇਹ ਮੇਰਾ ਭਰੇ ਬਚਨ ਸੁਣ ਕੇ ਉਹ ਬੜਾ ਪ੍ਰਸੰਨ ਹੋਇਆ, ਝੁੱਕ ਕੇ ਸਿਜਦਾ ਕੀਤਾ ਤੇ ਜਸ ਕਰਦਾ ਹੋਇਆ ਆਪਣੇ ਟਿਕਾਣੇ ਤੇ ਪੁੱਜਾ। ਬਾਬਾ ਜੀ ਦੀ ਕਿਰਪਾ ਨਾਲ ਹਫ਼ਤੇ ਦਾ ਬੈਠਾ ਹੋਇਆ ਗਲਾ ਸ਼ਾਮ ਤੱਕ ਠੀਕ ਹੋ ਗਿਆ, ਫਿਰ ਕਦੀ ਉਸ ਨੇ ਗੰਦੀ ਬੋਲੀ ਨਹੀਂ ਪਾਈ, ਚੰਗੀਆਂ ਚੰਗੀਆਂ ਸਿੱਖਿਆਦਾਇਕ ਬੋਲੀਆਂ ਸੁਣਾਇਆ ਕਰੇ, ਲੋਕੀ ਬੜੇ ਪ੍ਰਸੰਨ ਤੇ ਅਸਚਰਜ ਹੋਣ ਤੇ ਮਾਇਆ ਦੇਣ। ਇਉਂ ਉਸ ਦਾ ਜੀਵਨ ਹੀ ਪਲਟ ਗਿਆ। ਜਦੋਂ ਬਹੁਤਾ ਆਦਰ ਹੋਣ ਲੱਗਾ ਤਾਂ ਇਸ ਦੇ ਆਪਣੇ ਮਨ ਨੂੰ ਵੀ ਬੜੀ ਸ਼ਰਮ ਆਈ ਅਤੇ ਬਾਬਾ ਜੀ ਦੀ ਕਿਰਪਾ ਸਦਕਾ ਫਿਰ ਇਹ ਇਸ ਕੌਮ ਨੂੰ ਛੱਡ ਹੀ ਗਿਆ ਅਤੇ ਬੰਦਗੀ ਵਿੱਚ ਜੁੜ ਬੈਠਾ। ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਮਹਾਰਾਜ। ਚੋਰਾਂ ਦਾ ਸੁਧਾਰ। ਇੱਕ ਸਮੇਂ ਰਾਤ ਦੇ ਟਾਈਮ ਬਾਬਾ ਜੀ ਕਲਪਾਣੀ ਦੇ ਕੰਡੇ ਬਰੇਤੀ ਤੇ ਬੈਠੇ ਸਨ। ਹੋਰ ਵੀ ਬੇਅੰਤ ਸੰਗਤ ਹਜ਼ੂਰ ਦੇ ਚਰਨਾਂ ਵਿੱਚ ਸਜੀ ਸੰਤਾਂ ਦੇ ਦਰਸ਼ਨ ਤੇ ਰੱਬੀ ਬਾਣੀ ਦਾ ਕੀਰਤਨ ਸੁਣ ਰਹੇ ਸਨ। ਉਸ ਸਮੇਂ ਡੇਰੇ ਤੋਂ ਦੌੜਦਾ ਹੋਇਆ ਇੱਕ ਪ੍ਰੇਮੀ ਆਇਆ। ਇਹ ਬਾਬਾ ਜੀ ਦੀ ਘੋੜੀ ਦਾ ਸੇਵਾਦਾਰ ਸੀ। ਪਾਸ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਹਜ਼ੂਰੀਏ ਸੇਵਕ ਬਾਬਾ ਆਇਆ ਸਿੰਘ ਜੀ ਦੇ ਕੰਨ ਵਿੱਚ ਅਰਜ ਕੀਤੀ ਕਿ ਤੁਸੀਂ ਬਾਬਾ ਜੀ ਨੂੰ ਆਖੋ ਕਿ ਉਹਨਾਂ ਦੀ ਘੋੜੀ ਨੂੰ ਚੋਰ ਲੈ ਗਏ ਹਨ। ਇਹ ਘੁਸਰ ਮੁਸਰ ਪਾਸ ਬੈਠੇ ਸੰਤਾਂ ਦੇ ਕੰਨੀ ਵੀ ਪੈ ਗਈ। ਉਹਨਾਂ ਨੇ ਆਖਿਆ, ਕੀ ਗੱਲ ਹੈ, ਸੰਗਤ ਵਿੱਚ ਕਿਉਂ ਬਚਨ ਕਰਦੇ ਹੋ?
ਉਸ ਨੇ ਅਰਜ ਕੀਤੀ, ਦਾਤਾ ਹਜ਼ੂਰ ਦੀ ਘੋੜੀ ਚੋਰੀ ਹੋ ਗਈ। ਸੰਤਾਂ ਨੇ ਹੱਸ ਕੇ ਕਿਹਾ, ਚੰਗਾ ਹੋਇਆ, ਤੈਨੂੰ ਤਾਂ ਚੋਰਾਂ ਨੇ ਵਿਹਲਾ ਕਰ ਦਿੱਤਾ, ਪੱਠੇ ਪਾਉਣ ਤੋਂ ਛੁੱਟ ਗਿਆ ਹੈ, ਤੈਨੂੰ ਤਾਂ ਸਗੋਂ ਖੁਸ਼ੀ ਮਨਾਉਣੀ ਚਾਹੀਦੀ ਹੈ, ਉਲਟਾ ਉਦਾਸ ਹੈ। ਉਸ ਨੇ ਕਿਹਾ, ਮਹਾਰਾਜ ਕਿਰਪਾ ਕਰੋ, ਚੋਰ ਹੁਣੇ ਹੀ ਲੈ ਕੇ ਗਏ ਹਨ, ਅਜੇ ਨੇੜੇ ਹੀ ਗਏ ਹੋਣਗੇ, ਦੋ ਚਾਰ ਬੰਦੇ ਭੇਜੋ ਜੋ ਘੋੜੀ ਨੂੰ ਮੋੜ ਲਿਆਉਣ। ਸੰਤਾਂ ਨੇ ਕਿਹਾ, ਆਰਾਮ ਨਾਲ ਬੈਠ ਕੇ ਕੀਰਤਨ ਸੁਣੋ, ਜੇ ਸਾਡੀ ਹੋਈ ਤਾਂ ਆਪੇ ਹੀ ਆ ਜਾਵੇਗੀ। ਉਹ ਵਿਚਾਰਾ ਚੁੱਪ ਕਰ ਗਿਆ। ਚੋਰ ਘੋੜੀ ਲੈ ਕੇ ਅਜੇ ਡੇਰੇ ਤੋਂ ਇੱਕ ਮੀਲ ਹੀ ਗਏ ਸਨ ਕਿ ਚੋਰਾਂ ਨੂੰ ਦਿਸਣੋ ਬੰਦ ਹੋ ਗਿਆ। ਬੜੇ ਭੈ ਭੀਤ ਹੋ ਕੇ ਡੇਰੇ ਵੱਲ ਆਉਣ ਤਾਂ ਦਿਸਦਾ ਹੈ, ਬਾਹਰ ਜਾਣ ਤਾਂ ਅੰਨੇ ਹੁੰਦੇ ਹਨ। ਗੁਰਸਿੱਖਾਂ ਦਾ ਭੈ ਕਰਕੇ ਹੁਣ ਡੇਰੇ ਵੱਲ ਵੀ ਨਹੀਂ ਜਾਂਦੇ। ਉਸੇ ਜਗ੍ਹਾ ਹੀ ਘੁੰਮਦਿਆਂ ਨੂੰ ਸਾਰੀ ਰਾਤ ਲੰਘ ਗਈ। ਦਿਨ ਚੜਿਆ ਤਾਂ ਡੇਰੇ ਜਾਣ ਵਾਲੇ ਪ੍ਰੇਮੀਆਂ ਨੇ ਤੱਕਿਆ ਕਿ ਘੋੜੀ ਸੰਤਾਂ ਦੀ ਹੈ, ਇਹ ਇੱਥੇ ਕਿਵੇਂ ਲਈ ਖੜੇ ਹਨ। ਪਾਸ ਆ ਕੇ ਸਾਰੀ ਵਾਰਤਾ ਪੁੱਛੀ ਤਾਂ ਉਹਨਾਂ ਨੇ ਹੱਥ ਜੋੜੇ, ਡਰਦਿਆਂ ਡਰਦਿਆਂ ਅਰਜ ਕੀਤੀ, ਅਸੀਂ ਬੜੇ ਗੁਨਾਹਗਾਰ ਹਾਂ, ਪੀਰ ਜੀ ਦੀ ਘੋੜੀ ਚੋਰੀ ਕਰ ਲਈ, ਹੁਣ ਵਾਪਸ ਡੇਰੇ ਜਾ ਕੇ ਮੁਆਫ਼ੀ ਵੀ ਨਹੀਂ ਮੰਗ ਸਕਦੇ, ਜੇ ਬਾਹਰ ਜਾਂਦੇ ਹਾਂ ਤਾਂ ਅੰਨੇ ਹੁੰਦੇ ਹਾਂ। ਭਾਈ ਲੱਦੇ ਵਾਂਗੂ ਉਹਨਾਂ ਗੁਰੂ ਪਿਆਰਿਆਂ ਨੇ ਇਹਨਾਂ ਤੇ ਤਰਸ ਕੀਤਾ ਤੇ ਕਿਹਾ, ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਸੰਤਾਂ ਤੋਂ ਮੁਆਫ਼ੀ ਮੰਗਵਾ ਦਿੰਦੇ ਹਾਂ। ਉਹ ਪ੍ਰੇਮੀ ਇਹਨਾਂ ਚੋਰਾਂ ਨੂੰ ਨਾਲ ਲੈ ਕੇ ਡੇਰੇ ਪੁੱਜੇ ਅਤੇ ਆਖਿਆ ਕਿ ਜਿੱਥੋਂ ਘੋੜੀ ਖੋਲੀ ਹੈ ਉੱਥੇ ਹੀ ਬੰਨ ਦੇਵੋ, ਤੁਸੀਂ ਦੀਵਾਨ ਵਿੱਚ ਹਾਜ਼ਰ ਹੋਵੋ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜਦੋਂ ਦੀਵਾਨ ਵਿੱਚ ਆਏ ਤਾਂ ਸੰਤਾਂ ਤੋਂ ਡਰਦੇ ਹੋਏ ਦੂਰ ਹੀ ਖੜੇ ਹੋ ਗਏ। ਇਨ੍ਹਾਂ ਪ੍ਰੇਮੀਆਂ ਨੇ ਅਰਜ ਕੀਤੀ, ਹੇ ਗੁਨਾਹਾਂ ਦੇ ਬਖਸ਼ਣ ਹਾਰੇ ਪਤਿਤ ਪਾਵਨ ਦਾਤਾ ਜੀ, ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਹਾਂ, ਇਹ ਆਪ ਜੀ ਦੇ ਦੋਸ਼ੀ ਖੜੇ ਹਨ, ਘੋੜੀ ਚੋਰੀ ਕਰਕੇ ਲੈ ਗਏ ਸਨ, ਆਪ ਜੀ ਨੇ ਆਪਣੇ ਕਿਰਪਾਲੂ ਸੁਭਾਅ ਅਨੁਸਾਰ ਇਹਨਾਂ ਤੇ ਕਿਰਪਾ ਕਰਨੀ, ਔਗਣਾ ਵੱਲ ਨਹੀਂ ਤੱਕਣਾ। ਮਹਾਂਪੁਰਸ਼ਾਂ ਨੇ ਕਿਹਾ, ਬਈ ਅੱਗੇ ਆਓ। ਉਹ ਚਾਰੇ ਪਠਾਨ ਅੱਗੇ ਵਧੇ, ਚਰਨ ਧੂੜ ਮਸਤਕ ਨੂੰ ਲਾਈ ਤੇ ਗਲ ਵਿੱਚ ਪੱਲਾ ਪਾ ਕੇ ਖਲੋ ਗਏ। ਸੰਤਾਂ ਨੇ ਪੁੱਛਿਆ ਕਿ ਤੁਹਾਡਾ ਇਹੋ ਹੀ ਕੰਮ ਹੈ? ਉਹਨਾਂ ਕਿਹਾ, ਜੀ ਹਾਂ, ਅਸੀਂ ਕਈ ਪੁਸ਼ਤਾਂ ਤੋਂ ਚੋਰੀ ਦਾ ਕੰਮ ਕਰਦੇ ਹਾਂ। ਸੰਤਾਂ ਨੇ ਕਿਹਾ, ਗੁਰੂ ਨਾਨਕ ਜੀ ਦਾ ਹੁਕਮ ਹੈ, ਚੋਰ ਕੀ ਹਾਮਾ ਭਰੇ ਨ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਅੱਗੇ ਵਾਸਤੇ ਤੁਹਾਨੂੰ ਚੋਰੀ ਛੱਡਣੀ ਪਵੇਗੀ। ਉਹਨਾਂ ਨੇ ਕਿਹਾ, ਮਹਾਰਾਜ ਆਪ ਸਾਡੇ ਤੇ ਕਿਰਪਾ ਕਰੋ, ਅੱਗੇ ਵਾਸਤੇ ਅਸੀਂ ਚੋਰੀ ਨਹੀਂ ਕਰਾਂਗੇ। ਸੰਤਾਂ ਨੇ ਕਿਹਾ, ਇਹ ਮੁਰਸ਼ਦ ਦਾ ਘਰ ਹੈ, ਜੇਕਰ ਤੁਸੀਂ ਅੱਗੇ ਵਾਸਤੇ ਕਿਸੇ ਦਾ ਤੀਲਾ ਵੀ ਚੁੱਕਿਆ ਤਾਂ ਸਾਰੀ ਉਮਰ ਦਿਸਣਾ ਨਹੀਂ, ਅੰਨੇ ਹੀ ਰਹੋਗੇ, ਸੱਚ ਬੋਲਣਾ, ਜਾਓ, ਹੁਣ ਤੁਹਾਡੀ ਨਿਗਾਹ ਪਹਿਲਾਂ ਵਾਂਗ ਹੀ ਠੀਕ ਹੋ ਜਾਵੇਗੀ। ਪਰ ਉਸ ਸਮੇਂ ਸੰਤਾਂ ਦਾ ਬਚਨ ਸੁਣ ਕੇ ਇਹ ਬੜੇ ਭੈ ਭੀਤ ਹੋਏ, ਅੱਗੇ ਵਾਸਤੇ ਚੋਰੀ ਕਰਨ ਦਾ ਮੰਦਾ ਕੰਮ ਛੱਡ ਕੇ ਨੇਕ ਬਣ ਗਏ ਅਤੇ ਧਰਮ ਦੀ ਕਿਰਤ ਕਰਕੇ ਡੇਰੇ ਨੂੰ ਦਸਵੰਧ ਦਿੰਦੇ ਰਹੇ। ਨੋਟ: ਸੰਤ ਕਰਮ ਸਿੰਘ ਜੀ ਦੇ ਸੇਵਕ ਬਾਬਾ ਬੇਅੰਤ ਸਿੰਘ ਜੀ ਅਵਧੂਤ, ਜੋ 1948 ਈਸਵੀ ਵਿੱਚ ਕਰਮਸਰ ਡੇਰੇ ਆਏ ਸਨ, ਦਾਸ ਨੇ ਵੀ ਦਰਸ਼ਨ ਕੀਤੇ ਹਨ। ਉਹ ਕਹਿੰਦੇ ਸਨ ਕਿ ਅਸੀਂ ਉਸ ਸਮੇਂ ਸੰਤਾਂ ਦੇ ਪਾਸ ਸੀ, ਅੱਖੀ ਡਿੱਠਾ ਪ੍ਰਸੰਗ ਉਹਨਾਂ ਨੇ ਭਗਤ ਭਾਨ ਸਿੰਘ ਨੂੰ ਦੱਸਿਆ ਤੇ ਦਾਸ ਨੇ ਅੰਕਿਤ ਕੀਤਾ। ਸੈਯਦ ਰਹਿਮਤ ਉੱਲਾ ਉੱਤੇ ਰਹਿਮਤ। ਸੰਤਾਂ ਦੇ ਚਰਨਾਂ ਦੀ ਸ਼ਰਧਾਵਾਨ ਮਾਈ ਨੂਰਾਂ ਦੇ ਘਰ ਪੁੱਤਰ ਨਹੀਂ ਸੀ। ਉਸ ਨੇ ਡੇਰੇ ਆ ਕੇ ਆਪਣੇ ਮਨ ਵਿੱਚ ਇਹ ਸੁਖਣਾ ਸੁਖੀ, ਹੇ ਮਿਹਰਾ ਦੇ ਸਾਈਂ, ਅੱਲਾ ਦੇ ਪਿਆਰੇ, ਸੱਚੇ ਫਕੀਰ, ਆਪ ਮੇਰੇ ਤੇ ਕਿਰਪਾ ਕਰੋ ਤੇ ਪੁੱਤਰ ਦੀ ਦਾਤ ਬਖਸ਼ੋ।
ਮੈਂ ਤੁਹਾਡੇ ਪਹਿਨਣ ਵਾਸਤੇ ਇੱਕ ਸੁੰਦਰ ਚੋਲਾ ਤਿਆਰ ਕਰਕੇ ਭੇਟਾ ਕਰਾਂਗੀ। ਸਮਾਂ ਪਾ ਕੇ ਭਾਵਨਾ ਅਨੁਸਾਰ ਉਸ ਮਾਈ ਦੀ ਸੁੱਖ ਪੂਰੀ ਹੋ ਗਈ ਤੇ ਸਾਲ ਤੋਂ ਬਾਅਦ ਉਸ ਦੇ ਘਰ ਇੱਕ ਸੁੰਦਰ ਬਾਲਕ ਨੇ ਜਨਮ ਲਿਆ। ਮਾਈ ਤੇ ਉਸ ਦੇ ਹੋਰ ਪਰਿਵਾਰ ਨੇ ਬੜੀਆਂ ਖੁਸ਼ੀਆਂ ਮਨਾਈਆਂ। ਜਦੋਂ ਉਹ ਲੜਕਾ ਕੁਝ ਮਹੀਨਿਆਂ ਦਾ ਹੋ ਗਿਆ ਤਾਂ ਮਾਈ ਉਸ ਨੂੰ ਨਾਲ ਲੈ ਕੇ ਸੰਤਾਂ ਦੇ ਚਰਨਾਂ ਤੇ ਮੱਥਾ ਟੇਕਣ ਆਈ। ਇੱਥੇ ਆ ਕੇ ਇੱਕ ਬੜਾ ਕੀਮਤੀ ਚੋਲਾ ਜਿਸ ਦੇ ਦੋਵੇਂ ਪੱਲੇ ਜਰੀ ਨਾਲ ਘੜੇ ਹੋਏ ਸਨ ਸੰਤਾਂ ਦੀ ਭੇਟਾ ਕੀਤਾ ਅਤੇ ਆਪਣਾ ਬੱਚਾ ਬਾਬਾ ਜੀ ਦੇ ਚਰਨੀ ਪਾਇਆ ਤੇ ਅਰਜ ਕੀਤੀ, ਹੇ ਪੂਰਨ ਫਕੀਰ, ਇਹ ਆਪ ਜੀ ਦੀ ਹੀ ਬਖਸ਼ਿਸ਼ ਹੋਈ ਬਖਸ਼ੀ ਹੋਈ ਦਾਤ ਹੈ, ਆਪ ਇਸ ਤੇ ਕਿਰਪਾ ਕਰੋ। ਸੰਤਾਂ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਅਸੀਸ ਕਹੀ। ਉਸ ਸੁੰਦਰ ਬਣੇ ਹੋਏ ਚੋਲੇ ਨੂੰ ਦੇਖ ਕੇ ਸਾਰੀ ਹੀ ਸੰਗਤ ਪ੍ਰਸੰਨ ਹੋਈ। ਉਸ ਸਮੇਂ ਇੱਕ ਸੱਯਦ ਜਾਤੀ ਦਾ ਮੁਸਲਮਾਨ ਰਹਿਮਤ ਉੱਲਾ ਵੀ ਹਜ਼ੂਰੀ ਬੈਠਾ ਸੀ। ਚੋਲੇ ਦੀ ਸੁੰਦਰਤਾ ਤੇ ਬਨਾਵਟ ਤੱਕ ਕੇ ਉਸ ਦਾ ਮਨ ਕਾਬੂ ਵਿੱਚ ਨਾ ਰਿਹਾ। ਦੀਵਾਨ ਸਮਾਪਤ ਹੋਇਆ, ਸਾਰੇ ਹੀ ਪ੍ਰੇਮੀ ਆਪੋ ਆਪਣੀ ਥਾਈ ਚਲੇ ਗਏ। ਉਸ ਚੋਲੇ ਨੂੰ ਸੇਵਾਦਾਰ ਨੇ ਜਿੱਥੇ ਸੰਭਾਲ ਕੇ ਰੱਖਿਆ ਸੀ, ਇਹ ਸੱਯਦ ਉਸ ਪਾਸੇ ਦੇਖਦਾ ਰਿਹਾ ਅਤੇ ਰਾਤ ਨੂੰ ਚੋਰੀ ਕਰਨ ਆ ਗਿਆ। ਜਦੋਂ ਇਹ ਡੇਰੇ ਅੰਦਰ ਪ੍ਰਵੇਸ਼ ਹੋ ਕੇ ਚੋਲੇ ਵਾਲੀ ਥਾਂ ਤੇ ਪੁੱਜਣ ਲਈ ਗੇੜੇ ਕੱਢਣ ਲੱਗਾ ਤਾਂ ਝੱਟ ਹੀ ਪਹਿਰੇ ਵਾਲੇ ਸਿੱਖਾਂ ਦੇ ਕਾਬੂ ਆ ਗਿਆ। ਉਹਨਾਂ ਨੇ ਉਸ ਸਮੇਂ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਇੱਕ ਖਾਲੀ ਕਮਰੇ ਵਿੱਚ ਡੱਕ ਦਿੱਤਾ। ਸਵੇਰ ਸਮੇਂ ਸੰਤਾਂ ਦੇ ਪਾਸ ਦੀਵਾਨ ਵਿੱਚ ਹਾਜ਼ਰ ਕੀਤਾ। ਅੰਤਰਜਾਮੀ ਦਾਤੇ ਨੇ ਹੱਸ ਕੇ ਕਿਹਾ, ਕੀ ਗੱਲ ਹੈ, ਇਸ ਨੂੰ ਮੁਸ਼ਕਾਂ ਕਿਉਂ ਦਿੱਤੀਆਂ ਹਨ? ਇਹ ਤਾਂ ਹਜ਼ਰਤ ਮੁਹੰਮਦ ਸਾਹਿਬ ਦੀ ਕੁੱਲ ਵਿੱਚੋਂ ਪੂਜਨੀਕ ਸੱਯਦ ਹੈ। ਉਸ ਨੇ ਆਪਣੇ ਆਪ ਰੋ ਕੇ ਸੰਤਾਂ ਦੇ ਪਾਸ ਸਾਰੀ ਵਾਰਤਾ ਦੱਸੀ ਕਿ ਗਰੀਬ ਨਿਵਾਜ, ਮੈਂ ਹਜ਼ੂਰ ਦਾ ਬੜਾ ਗੁਨਾਹਗਾਰ ਤੇ ਦੋਸ਼ੀ ਚੋਰ ਹਾਂ। ਚੋਲੇ ਦੀ ਸੁੰਦਰਤਾ ਦੇਖ ਕੇ ਰਹਿ ਨਹੀਂ ਸਕਿਆ, ਉਸ ਨੂੰ ਚੁਰਾਉਣ ਆਇਆ ਇਨ੍ਹਾਂ ਸਿੱਖਾਂ ਦੇ ਹੱਥ ਆ ਗਿਆ। ਹੁਣ ਆਪ ਮੈਨੂੰ ਜੋ ਵੀ ਸਜ਼ਾ ਦਿਓ, ਮੈਂ ਉਹ ਹੀ ਭੁਗਤਣ ਲਈ ਤਿਆਰ ਹਾਂ। ਬੁਰਿਆਂ ਉੱਪਰ ਨੇਕੀ ਕਰਨ ਦੇ ਸੁਭਾਅ ਅਨੁਸਾਰ ਆਪ ਨੇ ਸੇਵਾਦਾਰਾਂ ਤੋਂ ਉਸ ਦੀਆਂ ਮੁਸ਼ਕਾਂ ਖੁਲਵਾਈਆਂ, ਪਾਸ ਬੁਲਾਇਆ ਤੇ ਨਿੱਜੀ ਸੇਵਾਦਾਰ ਤੋਂ ਉਸ ਮਾਈ ਦੀ ਭੇਟਾ ਵਾਲਾ ਚੋਲਾ ਮੰਗਵਾ ਕੇ ਆਪਣੇ ਹੱਥੀਂ ਇਸ ਦੇ ਗਲੇ ਪਾਇਆ। ਉਸ ਚੋਰ ਨੂੰ ਇਹ ਅਲੌਕਿਕ ਸਜ਼ਾ ਦੇਖ ਕੇ ਸਾਰੀ ਸੰਗਤ ਹੈਰਾਨ ਰਹਿ ਗਈ। ਭਰੇ ਦੀਵਾਨ ਵਿੱਚ ਇਸੇ ਤਰ੍ਹਾਂ ਦਾ ਵਰਤਾਓ ਤੱਕ ਕੇ ਉਸ ਸੱਯਦ ਨੂੰ ਤਾਂ ਇਤਨੀ ਸ਼ਰਮ ਆਈ ਕਿ ਬਾਬਾ ਜੀ ਦੇ ਚਰਨ ਫੜ ਲਏ ਅਤੇ ਅਰਜ ਕੀਤੀ, ਦਾਤਾ, ਜੇਕਰ ਹੱਥੀਂ ਪਾਇਆ ਹੈ ਤਾਂ ਇਸ ਦੀ ਲਾਜ ਵੀ ਤੁਸਾਂ ਨੇ ਹੀ ਰੱਖਣੀ ਹੈ। ਫਿਰ ਉਹ ਸਾਰੀ ਉਮਰ ਡੇਰੇ ਹੀ ਰਿਹਾ, ਸੇਵਾ ਤੇ ਸਿਮਰਨ ਕਰਕੇ ਸੱਚਾ ਫਕੀਰ ਬਣ ਗਿਆ ਅਤੇ ਆਪਣਾ ਜੀਵਨ ਸਫਲਾ ਕੀਤਾ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਗੁੱਜਰ ਗੜੀ ਦੀ ਮਾਈ ਰੱਜੀ ਨੂੰ ਰਾਜੀ ਕੀਤਾ। ਇੱਕ ਸਮੇਂ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਡੇਰੇ ਵਿੱਚ ਕੁਰਸੀ ਤੇ ਸਜੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰ ਰਹੇ ਸਨ। ਅੱਗੇ ਤਾਂ ਹਰ ਰੋਜ਼ 10 ਵਜੇ ਦੇ ਕਰੀਬ ਕੁਰਸੀ ਤੋਂ ਉੱਠ ਕੇ ਪਾਲਕੀ ਵਿੱਚ ਬੈਠ ਕੇ ਗੁਫਾ ਵੱਲ ਚਲੇ ਜਾਂਦੇ ਸਨ, ਪਰ ਅੱਜ 10:30 ਵੱਜ ਗਏ। ਡਿਊਟੀਆਂ ਵਾਲੇ ਸਾਰੇ ਪ੍ਰੇਮੀ ਹੈਰਾਨ ਸਨ ਕਿ ਅੱਜ ਕੀ ਕਾਰਨ ਹੈ, ਸੰਤ ਜੀ ਗੁਫਾ ਵੱਲ ਨਹੀਂ ਗਏ, ਅਸੀਂ ਵੀ ਆਪੋ ਆਪਣੀ ਸੇਵਾ ਤੇ ਹਾਜ਼ਰ ਹੋਣਾ ਹੈ। ਅੰਤਰਜਾਮੀ ਦਾਤੇ ਨੇ ਇਨ੍ਹਾਂ ਦੀ ਦਿਲਾਂ ਦੀਆਂ ਜਾਣ ਕੇ ਹੁਕਮ ਕੀਤਾ, ਸੰਗਤ ਜੀ ਸਾਨੂੰ ਅੱਜ ਇੱਥੇ ਕੁਝ ਸਮਾਂ ਹੋਰ ਲੱਗ ਜਾਣਾ ਹੈ, ਡਿਊਟੀਆਂ ਤੇ ਜਾਣ ਵਾਲੇ ਪ੍ਰੇਮੀ ਜਾ ਸਕਦੇ ਹਨ। ਪਰ ਸੰਤਾਂ ਦੇ ਇਹ ਬਚਨ ਸੁਣ ਕੇ ਕੋਈ ਵੀ ਪ੍ਰੇਮੀ ਨਾ ਹਿੱਲਿਆ, ਆਪੋ ਆਪਣੀ ਥਾਂ ਤੇ ਬੈਠੇ ਦੇਖਦੇ ਰਹੇ ਕਿ ਅੱਜ ਕਿਸ ਵਡਭਾਗੀ ਦੀ ਉਡੀਕ ਕਰ ਰਹੇ ਹਨ। ਬਾਬਾ ਜੀ ਉਸ ਸਮੇਂ ਕਦੇ ਗੋਡੇ ਨੂੰ ਫੜਨ, ਕਦੇ ਪੈਰ ਨੂੰ ਨੱਪਣ, ਕਦੇ ਪਿੰਜਣੀ ਨੂੰ ਮੱਲਣ ਤੇ ਆਪਣਾ ਪੱਟ ਕੁੱਟਣ, ਪਰ ਇਸ ਭੇਦ ਦਾ ਕਿਸੇ ਨੂੰ ਕੋਈ ਪਤਾ ਨ ਲੱਗੇ। ਅਖੀਰ ਨੂੰ ਜਦ 2 ਵੱਜ ਗਏ ਤਾਂ ਇੱਕ ਮਾਈ ਲੰਗੜਾਉਂਦੀ ਹੋਈ ਜੋ ਨਜ਼ਦੀਕ ਦੇ ਨਗਰ ਦੀ ਹੀ ਸੀ ਹਜ਼ੂਰੀ ਵਿੱਚ ਪੁੱਜੀ। ਇਹ ਬਿਨਾਂ ਨਾਗਾ ਰੋਜ਼ ਦਰਸ਼ਨਾਂ ਨੂੰ ਆਇਆ ਕਰਦੀ। ਸੰਤਾਂ ਨੇ ਅੱਜ ਇਸ ਨੂੰ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ
ਤਾਂ ਕਿ ਸੰਗਤ ਦੀ ਹੈਰਾਨਗੀ ਦੂਰ ਹੋ ਜਾਵੇ। ਇਸ ਨੇ ਅਰਜ ਕੀਤੀ ਕਿ ਮਹਾਰਾਜ, ਮੈਂ ਅੱਜ ਘਰੋਂ ਵੀ ਲੇਟ ਚੱਲੀ ਤੇ ਵਾਹੋ ਦਾ ਹੀ ਰਸਤੇ ਵਿਚ ਭੱਜੀ ਆ ਰਹੀ ਸੀ ਕਿ ਹਜ਼ੂਰ ਦੇ ਦਰਸ਼ਨਾਂ ਤੋਂ ਵਾਂਝੀ ਨਾ ਰਹਿ ਜਾਵਾਂ, ਕੁਰਸੀ ਦੇ ਟਾਈਮ ਤੇ ਪੁੱਜ ਜਾਵਾਂ। ਅੰਤਰ ਆਤਮੇ ਸਿਮਰਨ ਵਿਚ ਜੁੜੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਦਾ ਧਿਆਨ ਵਸਾਈ ਨੇਤਰ ਬੰਦ ਕਰਕੇ ਆ ਰਹੀ ਸਾਂ ਕਿ ਰਸਤੇ ਵਿਚ ਕਿਤੇ ਗੋਹੇ ਦੀ ਢੇਰੀ ਪਈ ਸੀ, ਉਸ ਪਾਸ ਸੱਪ ਬੈਠਾ ਸੀ। ਮੈਨੂੰ ਪਤਾ ਨਾ ਲੱਗਿਆ, ਉਸ ਨੇ ਪੈਰ ਤੇ ਡੰਗ ਮਾਰਿਆ, ਸੱਪ ਜ਼ਹਿਰੀਲਾ ਸੀ। ਮੈਨੂੰ 2 ਘੰਟੇ ਹੋਸ਼ ਨਾ ਆਈ, ਫਿਰ ਸੁਰਤ ਪਰਤੀ ਤੇ ਅੱਖ ਪੁੱਟੀ। ਆਹਿਸਤਾ ਆਹਿਸਤਾ ਬੈਠੀ ਹੋਈ, ਤੁਰਿਆ ਨਾ ਜਾਵੇ। ਕੁਝ ਕਦਮ ਤਾਂ ਗੋਡਿਆਂ ਦੇ ਭਾਰ ਰਿੜਦੀ ਰਹੀ, ਫਿਰ ਹੌਲੀ ਹੌਲੀ ਤੁਰ ਕੇ ਲੰਘ ਮਾਰਦੀ ਇੱਥੇ ਆਈ ਹਾਂ। ਮਾਈ ਦੇ ਬਚਨ ਸੁਣ ਕੇ ਸੰਤ ਤਾਂ ਚੁੱਪ ਕਰ ਗਏ, ਪਰ ਸੰਗਤ ਨੇ ਨਿਸ਼ਚਾ ਕੀਤਾ ਕਿ ਪਰਾਈ ਪੀੜਾ ਦੇ ਹਰਤਾ ਨੇ ਇਸ ਦੀ ਪੀੜ ਨੂੰ ਆਪਣੇ ਸਰੀਰ ਤੇ ਲੈ ਕੇ ਦੂਰ ਕਰ ਦਿੱਤਾ ਅਤੇ ਜੋ ਆਪਣੇ ਅੰਗ ਨੱਪਦੇ ਸਨ ਇਸ ਦਾ ਵੀ ਇਹੋ ਹੀ ਕਾਰਨ ਸੀ। ਇਸ ਦੇ ਪ੍ਰੇਮ ਦੇ ਬੱਝੇ ਹੋਏ ਹੀ ਅੱਜ ਗੁਫਾ ਨੂੰ ਨਹੀਂ ਗਏ, ਇੱਥੇ ਹੀ ਬੈਠੇ ਰਹੇ। ਸੰਤਾਂ ਨੇ ਫਿਰ ਉਸ ਮਾਈ ਨੂੰ ਪੁੱਛਿਆ, ਹੁਣ ਤਾਂ ਦਰਦ ਨਹੀਂ? ਇਸ ਨੇ ਹੱਥ ਜੋੜ ਕੇ ਅਰਜ ਕੀਤੀ, ਦਾਤਾ ਤੇਰੀਆਂ ਤੂੰ ਜਾਣੇ। ਉਸ ਸਮੇਂ ਬਾਬਾ ਜੀ ਨੇ ਉਸ ਮਾਈ ਨੂੰ ਮੁਖਾਤਬ ਕਰਕੇ ਸਾਰੀ ਸੰਗਤ ਨੂੰ ਉਪਦੇਸ਼ ਕੀਤਾ ਕਿ ਮਾਤਾ, ਇਸ ਸ਼ਹਿਰ ਨੂੰ ਤਾਂ ਹੋਰ ਮਾਂਦਰੀਆਂ ਗਾਰੜੂ ਮੰਤਰ ਦੁਆਰਾ ਦੂਰ ਕਰ ਸਕਦਾ ਸੀ, ਪਰ ਹਰ ਇੱਕ ਜੀਵ ਨੂੰ ਜੋ 5 ਵਿਕਾਰਾਂ ਰੂਪੀ ਸੱਪਾਂ ਦੀ ਵੇਹੋ ਚੜੀ ਹੈ, ਉਹ ਕਿਸੇ ਪੂਰਨ ਮਹਾਂਪੁਰਸ਼ ਦੀ ਕਿਰਪਾ ਦੁਆਰਾ ਹੀ ਉਤਰਦੀ ਹੈ। ਹਜ਼ੂਰ ਦੀ ਪਾਵਨ ਰਸਨਾ ਤੋਂ ਇਹ ਬਚਨ ਸੁਣ ਕੇ ਸਾਰੀ ਸੰਗਤ ਗਦਗਦ ਹੋਈ ਤੇ ਜਸ ਕਰਦੇ ਹੋਏ ਆਪੋ ਆਪਣੇ ਘਰੀ ਚਲੇ ਗਏ। ਬਾਬਾ ਜੀ ਪਾਲਕੀ ਵਿਚ ਬੈਠ ਕੇ ਗੁਫਾ ਵੱਲ ਚਲੇ ਗਏ। ਫੌਜੀ ਸਿੰਘਾਂ ਨੂੰ ਲੰਗਰ ਛਕਾਇਆ। ਭਾਵੇਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਲਈ ਹਰ ਸਮੇਂ ਹੀ ਸੰਗਤ ਜੁੜੀ ਰਹਿੰਦੀ, ਆਪ ਪ੍ਰੇਮੀਆਂ ਤੋਂ ਇਲਾਵਾ 2-3 ਹਜ਼ਾਰ ਫੌਜੀ ਸਿੰਘ ਵੀ ਰੋਜ਼ ਹੀ ਦਰਸ਼ਨਾਂ ਨੂੰ ਆਉਂਦੇ। ਇੱਕ ਵਾਰੀ ਛੁੱਟੀ ਦੇ ਦਿਨਾਂ ਵਿਚ ਇਕੱਠੀਆਂ ਹੀ 12 ਪਲਟਨਾਂ ਹਜ਼ੂਰ ਦੇ ਦੀਦਾਰ ਨੂੰ ਹੋਤੀ ਆਈਆਂ। ਸਾਰੇ ਪਲਟਨੀ ਅਫਸਰਾਂ ਨੇ ਆਪੋ ਆਪਣੀ ਸੈਕਸ਼ਨ ਨੂੰ ਪਹਿਲਾਂ ਹੀ ਸਿਖਾ ਲਿਆ ਸੀ ਕਿ ਅੱਜ ਸੰਤਾਂ ਦੇ ਡੇਰੇ ਚੱਲੇ ਹਾਂ, ਇਹ ਤਪੱਸਵੀ ਫਕੀਰਾਂ ਦਾ ਅਸਥਾਨ ਹੈ, ਇੱਥੇ ਕੋਈ ਜਗੀਰ ਨਹੀਂ ਲੱਗੀ ਹੋਈ, ਹੋਰ ਵੀ ਆਮਦਨੀ ਦਾ ਵਸੀਲਾ ਨਹੀਂ, ਤੁਸੀਂ ਉਸ ਜਗ੍ਹਾ ਲੰਗਰ ਪ੍ਰਸ਼ਾਦਾ ਨਾ ਛਕਣਾ, ਐਵੇਂ ਉਹਨਾਂ ਨੂੰ ਇਤਨੀ ਖੇਚਲ ਹੋਵੇਗੀ। ਜੇਕਰ ਬਹੁਤਾ ਹੀ ਕਹਿਣ ਤਾਂ ਡੇਰੇ ਦਾ ਪ੍ਰਸ਼ਾਦ ਜਾਣ ਕੇ ਕਿਣਕਾ ਮਾਤਰ ਜਲ ਪਾਣੀ ਛਕ ਲੈਣਾ। ਇਧਰੋਂ ਦਿਲਾਂ ਦੀਆਂ ਜਾਣਨ ਵਾਲੇ ਸੰਤਾਂ ਨੇ ਸਾਰੀ ਗੱਲ ਜਾਣ ਕੇ ਛੋਟੇ ਸੰਤ ਬਾਬਾ ਆਇਆ ਸਿੰਘ ਜੀ ਨੂੰ ਹੁਕਮ ਕੀਤਾ ਕਿ ਅੱਜ ਬਾਹਰ ਤੋਂ ਬਹੁਤ ਸਾਰੀ ਸੰਗਤ ਆ ਰਹੀ ਹੈ, ਤੁਸੀਂ ਡੇਰੇ ਤੋਂ ਬਾਹਰ ਹੀ ਵੱਖ ਵੱਖ 13 ਲੰਗਰ ਖੋਲ ਦੇਵੋ। ਸੰਤਾਂ ਨੇ ਉਸ ਸਮੇਂ ਬਾਬਾ ਜੀ ਦੇ ਬਚਨਾਂ ਦੀ ਪਾਲਣ ਕੀਤੀ, ਛੇਤੀ ਛੇਤੀ ਚੋਰਾ ਪੁੱਟ ਕੇ ਦਾਲਾਂ ਦੇ ਦੇਗੇ ਚਾੜ ਦਿੱਤੇ, ਕੜਾ ਪ੍ਰਸਾਦ ਲਈ ਕੜਾਹੇ ਬੀੜੇ ਗਏ, ਲੋਹਾ ਤਪਾ ਦਿੱਤੀਆਂ, ਪੂੜੇ ਤੇ ਪੂਰੀਆਂ ਤਲੀਆਂ ਜਾਣ ਲੱਗੀਆਂ। ਇਉਂ ਸਾਰੇ ਹੀ ਲੰਗਰ ਤਿਆਰ ਹੋਣ ਲੱਗ ਪਏ। ਚੁਫੇਰੇ ਕਨਾਤਾਂ ਲਗਾ ਕੇ ਵਿਚ ਸੰਗਤਾਂ ਦੇ ਬੈਠਣ ਵਾਸਤੇ ਪੱਟੀਆਂ ਵਿਛ ਗਈਆਂ। ਇਧਰੋਂ ਜਦੋਂ ਬਾਬਾ ਜੀ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪੰਡਾਲ ਵਿਚ ਸੱਜੇ ਤਾਂ ਸਾਰੇ ਫੌਜੀਆਂ ਨੇ ਆ ਕੇ ਭਾਵਨਾ ਨਾਲ ਪੇਟਾ ਅਰਪੀ, ਮੱਥਾ ਟੇਕਿਆ ਤੇ ਇਸ਼ਾਰੇ ਪਾ ਕੇ ਪਾਸ ਹੀ ਬੈਠ ਗਏ। ਉਸ ਸਮੇਂ ਸੰਤਾਂ ਨੇ ਫੌਜ ਦੇ ਜਰਨੈਲਾਂ ਨੂੰ ਆਖਿਆ, ਕਿਉਂ ਬਈ, ਇਹ ਗੁਰੂ ਨਾਨਕ ਜੀ ਦਾ ਘਰ ਹੈ, ਜਿੱਥੋਂ ਭਾਵਨਾ ਨਾਲ ਸੇਵਾ ਕਰਕੇ ਕੰਗਲੇ ਬਾਦਸ਼ਾਹੀਆਂ ਦਾ ਵਰ ਲੈਂਦੇ ਹਨ, ਤੁਸੀਂ ਕੀ ਸਮਝਿਆ ਕਿ ਇੱਥੇ ਫੌਜ ਨੂੰ ਲੰਗਰ ਨਹੀਂ ਮਿਲੇਗਾ? ਤਦੇ ਹੀ ਸਭਨਾਂ ਨੂੰ ਸਿਖਾ ਲਿਆਂਦਾ ਹੈ ਕਿ ਉੱਥੇ ਕਿਸੇ ਨੇ ਰੋਟੀ ਨਹੀਂ ਖਾਣੀ, ਪਰ ਇਤਨਾ ਪੱਕਿਆ ਹੋਇਆ ਲੰਗਰ ਹੁਣ ਕਿੱਧਰ ਨੂੰ ਜਾਵੇਗਾ? ਇਹ 12 ਲੰਗਰ ਤਾਂ 12 ਪਲਟਨਾਂ ਵਾਸਤੇ ਹਨ, ਆਪ ਹੀ ਵਰਤਾਓ ਤੇ ਆਪ ਹੀ ਛਕੋ। ਇਹ 13ਵਾਂ ਲੰਗਰ ਹੋਰ ਬਾਹਰੋਂ ਆਈ ਸੰਗਤ ਲਈ ਹੈ, ਸਭਨਾਂ ਨੂੰ ਕਹੋ
राजे राजे भोजन खावो मेरे भाई, अमृत नाम रिद मा हित्याई। अंग 807। जे कोई अज गुरु घरों भुखा गया ता फिर ओ सारी उम्र भुखा ही रहेगा। संतां दी रसना तो ए बचन सुन के सारे अफसर ते सिपाही भै पीत हो गए। चरण फड़े भुल बख्शाई गुरु के लंगरों, प्रसाद छक के त्रिपत होए। फिर आग्या पा के संतां दा जस करदे होए ड्यूटी ते हाजर होए ते कहन लगे, धन बाबा करम सिंह जी महाराज। नोट: जदों संत लाल सिंह जी गुरपुरी सिधार गए सन तदों उन्हां दी सेवा संभाल वाली ड्यूटी संत आया सिंह जी नूं सौंप दित्ती गई सी। इन्हां दा विस्तार सहित जीवन अगे दूसरे भाग विच आवेगा। गुरु के लंगर लई सरफा ना करो। जद तों डेरे दी रचना होई उस समय तों ही बाबा जी दी आग्या अनुसार लंगर विच हर रोज घिओ भुनवे पक्के मिठे चौल बनदे सन। कई वारी लंगर विच नवे आए सेवादारा ने खंड दा इतना खर्च हुंदा देख के विचार करनी के की हर्ज है जे चौलां विच गुड़ पा दिता जावे, पर बाबा जी दे भै करके इस तरह नहीं सन करदे। एक वारी किसे वल्लों चौलां विच पाउण वास्ते लाल रंग दी देसी खंड आ गई। उस दे उपर काफी मैल सी, ओह ला के उस दे चौल बनाए पर रंग चिट्टा ना होया। फिर संकल्प फुरिया के देखो खंड दे उपर भी तां मैल हुंदी है, इसे तरह गुड़ दे उपरों भी मैल ला के चंगे चौल बन सकदे हन। लांगरी सिंह कई दिन इस ते विचार विच पए रहे, पर किसे दा हिया ना पिया के संतां दे हुक्म तो बगैर कोई अपने आप लंगर विच कच्चा मिठा वरत सके। एक दिन सारे लांगरी संतां दे पास हाजर होए, हाथ जोड़ के मत्था टेकिया। फिर श्रीमान ने जो लंगर दा मुखिया सी अर्ज कीती, महाराज देखो खंड दे चौल भी लाल रंग दे बने हन, देसी खंड दे उपर मैल हुंदी है ओह भी लाउणी पैंदी है। जेकर आप हुक्म करो ता जिस दिन चीनी ना होवे उस दिन बजाए देसी खंड दे चंगी तरह मैल ला के चौलां विच गुड़ पा लिया करिए। पहलां ता संत जी महाराज चुप कर गए, फिर कहन लगे, जेकर देसी खंड दे उपर मैल आ जांदी है ता फिर तुसी अज तो चौलां विच खंड पाउणी बंद कर दिओ, मिश्री पाया करो, मिश्री भी बीकानेरी जिस दे उपर मैल नहीं हुंदी। हजूर दी रसना तो इस प्रकार दे बचन सुन के सारे डर गए अते सोचदे हन के साडा ता ए ख्याल सी कि संत जी चौलां विच गुड़ पाउण दा हुक्म देणगे ते चीनी दा खर्चा घट जावेगा, पर उस दिन तो बाद चौलां विच मिश्री पैंदी रही। काफी समय तो बाद फिर इना लांगरियां दा ख्याल होया कि हुण तां बाबा जी उस गल नूं भुल गए होणगे। अज मिश्री मुक्की है अते अंदर गुड़ पिया है, क्यों ना अज चंगी तरह साफ करके चौलां विच गुड़ पा दिता जावे। इउं विचार के चंगी तरह मैल उतार के गुड़ दे चौल बना लए। रोज ही घंटी तो अगों बाबा जी दा थाल 11 बजे गुफा ते पुज जाया करदा अते फिर 12 बजे लंगर दी घंटी वजदी। अज जदों संत आया सिंह जी संतां दा प्रसाद लै के गुफा ते पुजे, जानी जान दाते ने थाल दे जांदियां ही उपरों रुमाल उतार लिया। जदों चौलां दी रंगत लाल देखी ता संत आया सिंह जी नूं पुछया कि इह चौल कितों बाहरों आए हन। उन्हां अर्ज कीती, नहीं गरीब निवाज, इह गुरु दे घर दा लंगर दा ही भंडारा है। बाबा जी ने उस समय थाल ते रुमाल पा के एक सेवादार दे हथीं वापस भेज दिता अते बूहे तों बाहर बैठे दो प्रेमी सेवादार लंगर वल भजाए कि छेती जा के लांगरियां नूं आखो कि अज लंगर दी घंटी ना लाउण, असी आप आ रहे हां। ਇਹ ਦੋਵੇਂ ਸੱਜਣ ਦੌੜ ਕੇ ਡੇਰੇ ਪੁੱਜੇ ਤੇ ਆ ਕੇ ਬਾਬਾ ਜੀ ਦਾ ਹੁਕਮ ਸ੍ਰੀ ਮਾਨ ਨੂੰ ਸੁਣਾ ਦਿੱਤਾ। ਉਹ ਸਾਰੇ ਹੀ ਭੈ ਪੀਤ ਹੋ ਗਏ। ਇਤਨੇ ਨੂੰ ਸੰਤ ਆਇਆ ਸਿੰਘ ਜੀ ਦੇ ਸਮੇਤ ਬਾਬਾ ਜੀ ਆਪ ਡੇਰੇ ਆਏ।
ਬਾਹਰੋਂ ਆਈ ਹੋਈ ਸੰਗਤ ਜੋ ਦਰਸ਼ਨਾਂ ਨੂੰ ਖੜੀ ਤਰਸ ਰਹੀ ਸੀ ਦੌੜ ਕੇ ਚਰਨ ਪਰਸਨ ਲਈ ਨੇੜੇ ਆਈ। ਸੰਤਾਂ ਨੇ ਸਭਨਾਂ ਨੂੰ ਰੋਕ ਦਿੱਤਾ ਕਿ ਅਜੇ ਪਿੱਛੇ ਰਹੋ, ਅਸੀਂ ਗੁਪਤ ਬਚਨ ਕਰਨੇ ਹਨ, ਤੁਸੀਂ ਫੇਰ ਮੱਥਾ ਟੇਕ ਲੈਣਾ। ਉਸ ਸਮੇਂ ਹਜ਼ੂਰ ਲੰਗਰ ਵਿੱਚ ਪੁੱਜੇ, ਸਾਰੇ ਲਾਂਗਰੀਆਂ ਤੇ ਸ੍ਰੀਮਾਨ ਨੂੰ ਸੱਦਿਆ। ਉਸ ਸਮੇਂ ਸੰਤਾਂ ਦਾ ਤੇਜ ਪ੍ਰਤਾਪ ਦੇਖ ਕੇ ਕੋਈ ਸਾਹਮਣੇ ਤੱਕ ਨਹੀਂ ਸੀ ਸਕਦਾ। ਸਾਰੇ ਥਰ ਥਰ ਕੰਬੀ ਜਾਣ, ਪਾਸ ਆਏ ਹੱਥ ਜੋੜੇ ਮੱਥਾ ਟੇਕਿਆ ਤੇ ਡਰਦੇ ਹੋਏ ਦੂਰ ਹੀ ਖਲੋ ਗਏ। ਸੰਤਾਂ ਨੇ ਪੁੱਛਿਆ, ਦੱਸੋ ਬਈ ਕੀ ਗੱਲ ਹੈ? ਜਦੋਂ ਤੁਹਾਨੂੰ ਇੱਕ ਵਾਰੀ ਆਖ ਦਿੱਤਾ ਕਿ ਸਾਡੇ ਸਰੀਰ ਦੇ ਹੁੰਦਿਆਂ ਲੰਗਰ ਵਿੱਚ ਕੱਚਾ ਮਿੱਠਾ ਨਹੀਂ ਵਰਤਣਾ, ਫਿਰ ਤੁਸੀਂ ਅੱਜ ਚੌਲਾਂ ਵਿੱਚ ਗੁੜ ਕਿਉਂ ਪਾਇਆ ਹੈ? ਉਹਨਾਂ ਅਰਜ ਕੀਤੀ, ਮਹਾਰਾਜ ਮਿਸ਼ਰੀ ਮੁੱਕ ਗਈ ਸੀ, ਮੰਗਵਾਉਣ ਦਾ ਚੇਤਾ ਭੁੱਲ ਗਿਆ ਸੀ, ਗੁੜ ਅੰਦਰ ਪਿਆ ਸੀ। ਅਸੀਂ ਸੋਚਿਆ ਕਿ ਨਿਤਨੇਮ ਵਿੱਚ ਫਰਕ ਨਾ ਪੈ ਜਾਵੇ, ਅੱਜ ਗੁੜ ਹੀ ਪਾ ਦਿੰਦੇ ਹਾਂ। ਸੰਤ ਜੀ ਮਹਾਰਾਜ ਨੇ ਕਿਹਾ, ਜੇਕਰ ਮਿਸ਼ਰੀ ਨਹੀਂ ਸੀ ਤਾਂ ਚੌਲ ਨਾ ਬਣਾਉਂਦੇ, ਪਰ ਕੱਚਾ ਮਿੱਠਾ ਕਿਉਂ ਪਾਇਆ? ਚਲੋ ਸਾਨੂੰ ਉਹ ਜਗ੍ਹਾ ਦਿਖਾਓ ਜਿੱਥੇ ਮਿਸ਼ਰੀ ਰੱਖਦੇ ਹੁੰਦੇ ਹੋ। ਸੰਤ ਜੀ ਮਹਾਰਾਜ ਨਾਲ ਗਏ। ਸੰਤਾਂ ਦੇ ਸੇਵਕ ਬਾਬਾ ਸੁੱਚਾ ਸਿੰਘ ਜੀ ਨੇ ਇਹ ਸਾਖੀ ਆਪ ਭਗਤ ਜੀ ਨੂੰ ਦੱਸੀ ਸੀ ਕਿ ਅਸੀਂ ਉਸ ਸਮੇਂ ਕੋਲ ਖੜੇ ਸਾਂ। ਪਹਿਲਾਂ ਅੰਦਰ ਇੱਕ ਡਲੀ ਵੀ ਮਿਸ਼ਰੀ ਨਹੀਂ ਸੀ, ਪਰ ਜਦੋਂ ਬੂਹਾ ਖੋਲਿਆ ਤਾਂ ਕੀ ਵੇਖਿਆ? ਅੰਦਰ 50 ਮਣ ਮਿਸ਼ਰੀ ਪਈ ਹੈ। ਸਾਰੇ ਹੈਰਾਨ ਹੋ ਗਏ। ਸੰਤਾਂ ਨੇ ਕਿਹਾ, ਆਹ ਦੇਖੋ ਕਿਤਨੀ ਮਿਸ਼ਰੀ ਪਈ ਹੈ। ਬਾਬਾ ਸੁੱਚਾ ਸਿੰਘ ਜੀ ਨੇ ਅਰਜ ਕੀਤੀ, ਮਹਾਰਾਜ ਪਹਿਲਾਂ ਤਾਂ ਇੱਥੇ ਇੱਕ ਡਲੀ ਵੀ ਨਹੀਂ ਸੀ, ਪਰ ਆਪ ਤਾਂ ਨਿਗਾਹ ਪਾ ਕੇ ਲੂਣ ਦੇ ਪਹਾੜ ਨੂੰ ਵੀ ਮਿਸ਼ਰੀ ਦਾ ਬਣਾ ਸਕਦੇ ਹੋ। ਤੁਹਾਡੀ ਦ੍ਰਿਸ਼ਟੀ ਨਾਲ ਰੇਤੇ ਦਾ ਟਿੱਬਾ ਖੰਡ ਬਣ ਸਕਦਾ ਹੈ। ਸੰਤਾਂ ਨੇ ਹੱਸ ਕੇ ਕਿਹਾ ਕਿ ਅੱਗੇ ਵਾਸਤੇ ਇਹੋ ਜਿਹੀ ਗਲਤੀ ਨਹੀਂ ਕਰਨੀ, ਕਦੇ ਵੀ ਗੁਰੂ ਨਾਨਕ ਦੇ ਲੰਗਰ ਦਾ ਸਰਫਾ ਨਹੀਂ ਕਰਨਾ। ਇਸ ਗੱਲ ਦਾ ਤਾਂ ਸਾਨੂੰ ਫਿਕਰ ਹੋਣਾ ਚਾਹੀਦਾ ਹੈ, ਤੁਹਾਨੂੰ ਕਾਹਦੀ ਚਿੰਤਾ ਹੈ? ਹੁਣ ਇਉਂ ਕਰੋ, ਭਾਵੇਂ ਦੇਰ ਹੋ ਗਈ ਹੈ, ਇਹ ਸਾਰੇ ਕੱਚੇ ਮਿੱਠੇ ਦੇ ਚੌਲ ਜਲ ਪ੍ਰਵਾਹ ਕਰ ਦਿਓ ਤੇ ਹੋਰ ਮਿਸ਼ਰੀ ਦੇ ਬਣਾ ਕੇ ਫੇਰ ਘੰਟੀ ਲਗਾਉਣੀ। ਹਜ਼ੂਰ ਦਾ ਹੁਕਮ ਮੰਨ ਕੇ ਲਾਂਗਰੀਆਂ ਨੇ ਇਸੇ ਤਰ੍ਹਾਂ ਹੀ ਕੀਤਾ। ਫਿਰ ਬਾਬਾ ਜੀ ਸਭਨਾਂ ਨੂੰ ਦਰਸ਼ਨ ਦੇ ਕੇ ਗੁਫਾ ਵਿੱਚ ਚਲੇ ਗਏ।